आरपी 1550 एएम ते तुहाडा स्वागत है। मैं तुहाडा मेजबान हरजीत सिंह गिल। 11:12 होए ने, निघा तुहाडा हार्दिक स्वागत है। 1 सितंबर 2020 दा ते 17 भादों ननकशे समत 552 अज दी लोक सत्त दे विच अहम घटनावां गल्लां बातां गीत संगीत सुलग दे मसलां ते गल्लबात होएगी। इमीग्रेशन संबंधी जानकारी, उस तों बाद दो विषय ने राजनीति च वी की हो रहा है सूबे की, इस दे विच गलबात करांगे ते फिर दो विषय तुहाडे नाल सांझे करने ने। एक विषय उहदे विच इह है कि साडे बजुर्गां दी सेहत संभाल जिहड़ी है अजकल हस्पतालां विच कहि जी हो रही। एक बजुर्ग उत्थे ते परिवार दी हड बीती जिहड़ी है, मैं तुहानूं सुणावांगा की मुश्किल आउंदियां ने COVID-19 करके, जां फिर बजुर्गां जद 70-75 वरियां दे नूं लैके जांदे आ हस्पताल दे स्टाफ दा की रवैया हुंदा। इहदे ते बहुत गल्लां होईआं, बहुत लोकां दा तजर्बा, उह कहिंदे ख्याल नहीं रखदे, कहिंदे ने वी दसो हुण इहदा की करना है, जाण दी अगे एक रखणा है, मीटिंग करो। इह जिहड़ा इह हुण इस नूं सिद्ध करना औखा, पर लोग तजर्बे दे विचों इह दस रहे। इस ते तुहाडे नाल गलबात होएगी। COVID-19 कदा आया, बजुर्ग जिहड़े अंदर जांदे आ उहनां नूं कोई भी किसे नूं भी नहीं कोई मिलन दिंदा। बापे नूं जिहड़ा धी पुत मिलना चाहुंदे आ, उह कहिंदे नहीं तुसीं अंदर नहीं जा सकदे, सेफ्टी दा इशू आ बहुत। ऑबवियसली ठीक आ, पहलां कोरोना तों पहलां इह नहीं सी, कोई भी जा सकदा सी, मिल सकदा बजुर्गां नूं, पर हुण कोविड तां इस तरह ही रहा। कुछ चेंजेस जिहड़ियां चाहीदियां ने, जां ਕੀ ਵਾਕਈ ਅਣਗਹਿਲੀ ਹੋ ਜਾਂਦੀ ਹੈ ਕਿਸੇ ਪਰਿਵਾਰ ਨੇ ਜਿਹੜਾ ਕੁਛ ਲਿਖਿਆ, ਮੈਂ ਤੁਹਾਡੇ ਸਨਮੁੱਖ ਕਰਾਂਗਾ ਬਿਨਾਂ ਨਾਂ ਦੱਸੇ ਕਿ ਕੀ ਹੋ ਕੀ ਰਿਹਾ। ਤੇ ਫਿਰ ਇਹਨਾਂ ਦਿਨਾਂ ਵਿੱਚ ਬਾਰਡਰ ਕਰੋਸਿੰਗ ਹੈ ਜਿਹੜੀ, ਅਮਰੀਕਾ ਵਾਲੇ ਪਾਸੇ ਨੂੰ ਮੋਸਟਲੀ ਟਰੱਕ ਦੇ ਜਾਂਦੇ ਆ, ਐਸੈਂਸ਼ੀਅਲ ਸਰਵਿਸ ਵਾਲਿਆਂ ਨੂੰ ਜਾਣ ਦਿੰਦੇ ਆ ਤੇ ਉਹੀ ਮੁੜ ਕੇ ਆਉਂਦੇ ਆ, ਉਹਨਾਂ ਦਾ ਕੀ ਖਿਆਲ ਰੱਖਣ ਦੀ ਲੋੜ ਆ। ਤੇ ਅੱਜ ਕੱਲ੍ਹ ਕੈਨੇਡੀਅਨ ਪਾਸੇ ਨੂੰ ਜਦ ਅਮਰੀਕਾ ਤੋਂ ਮੁੜ ਕੇ ਆਉਂਦੇ ਆ ਟਰੱਕਰਸ, ਜਿਹੜੇ ਕਿਹੜੇ ਸਵਾਲ ਉਹਨਾਂ ਨੂੰ ਪੁੱਛੇ ਜਾਂਦੇ ਆ, ਇਸ ਤੇ ਗੱਲਬਾਤ। ਤੇ ਪੰਜਾਬ 200 ਵਰੇ ਪਹਿਲਾਂ ਕਿਹੋ ਜਿਹਾ ਪੰਜਾਬ ਸੀ, 1808 ਦੀ ਇੱਕ ਵਾਰਤਾ ਤੁਹਾਨੂੰ ਸੁਣਾਉਣੀ ਹੈ। ਇੱਕ ਗੋਰੇ ਮਿਲਟਰੀ ਦਾ ਬੰਦਾ ਸੀ, ਸੂਈ ਏਜੰਸੀ ਦਾ, ਈਸਟ ਇੰਡੀਆ ਕੰਪਨੀ ਨੇ ਭੇਜਿਆ ਸੀ 1808 ਦੇ ਵਿੱਚ। ਉਹਨੇ ਕੀ ਵੇਖਿਆ ਜਦ ਉਹ ਦੇਸ਼ ਪੰਜਾਬ 'ਚ ਆਇਆ, ਰਾਜੇ ਬਾਰੇ, ਦਰਬਾਰ ਸਾਹਿਬ ਬਾਰੇ, ਪਿੰਡਾਂ ਦੇ ਬਾਰੇ, ਉਹ ਮੈਂ ਪੜ੍ਹ ਕੇ ਤੁਹਾਨੂੰ ਸੁਣਾਉਣਾ ਚਾਹੁੰਦਾ। 1-844-247-1550 ਆਨ ਏਅਰ ਨੰਬਰ ਹੈ, 1-844-247-1550 KRPRadio.com ਸਿੱਧਾ ਪ੍ਰਸਾਰਣ ਪ੍ਰੋਗਰਾਮ ਰਹਿ ਜੇ ਤਾਂ ਯੂਟਿਊਬ ਤੇ ਪਾਇਆ ਹੁੰਦਾ ਲੋਕ ਸੱਥ ਤੇ। ਦਫ਼ਤਰ ਦਾ ਨੰਬਰ ਹੈ 604-440-6462। ਨਿੰਮੀ ਡੌਲਾ ਜੀ ਇਸ ਨੰਬਰ ਤੇ ਗੱਲਬਾਤ ਕਰਦੇ ਨੇ ਤੇ ਮੈਨੂੰ ਜਾਂ ਤੁਸੀਂ ਫੋਨ ਤੇ ਸੁਨੇਹਾ ਭੇਜਣਾ ਜਾਂ ਕੋਈ ਗੱਲਬਾਤ ਕਰਨੀ ਹੈ ਤਾਂ 604-729-1224 604-729-1224 harjeet.g@krpradio.com ਈਮੇਲ ਹੈ ਤੇ ਫੇਸਬੁੱਕ ਦਾ ਪੇਜ ਹਰਜੀਤ ਸਿੰਘ ਗਿੱਲ ਦਾ ਜਿੱਥੇ ਤੁਸੀਂ ਨਾਲ ਨਾਲ ਰਹਿੰਦੇ। ਕੀ ਪੁੱਛਦਾ ਸਾਡੀ ਵਾਰਤਾ ਆ ਬੈਠ ਸੁਣਾਈਏ, ਅਸੀਂ ਮਿੱਟੀ ਦੇ ਪੁੱਤ ਸੁਣੀ ਦੇ ਅਸੀਂ ਮਿੱਟੀ ਗਾਈਏ, ਅਸੀਂ ਜੋਗੀ ਯਾਰੀਆਂ ਵਾਸਤੇ ਕੰਨ ਪਾਈਏ ਮੁੰਦਰਾਂ, ਅਸੀਂ ਜਤੀ ਲੰਗੋਟੇ ਜੋਗ ਦੇ ਛੱਡ ਆਈਏ ਸੁੰਦਰਾਂ, ਸਾਡੇ ਹੱਥ ਕਦੇ ਤਲਵਾਰ ਤੇ ਕਦੇ ਹਲ ਦੀਆਂ ਮੁੰਨੀਆਂ, ਸਾਡੇ ਜੰਗਲ ਲੱਗਦੇ ਜੰਗਲੀ ਕਦੇ ਗਲੀਆਂ ਸੁੰਨੀਆਂ, ਕਦੇ ਸਾਡੇ ਮੰਗਲ ਲੱਗਦੇ ਜੰਗਲੀ ਕਦੇ ਗਲੀਆਂ ਸੁੰਨੀ, ਸਾਡੇ ਰਹਿਵਰ ਕਰਨ ਉਦਾਸੀਆਂ ਉਹ ਸੱਚੇ ਰਾਹੀ, ਉਹ ਹਿੰਦ ਦੀ ਚਾਦਰ ਬਣ ਗਏ ਉਹ ਸੰਤ ਸਿਪਾਹੀ, ਸਾਨੂੰ ਗੁੜਤੀ ਦਿੱਤੀ ਖੰਡਿਆਂ ਅਸੀਂ ਉੱਠ ਖਲੋ ਗਏ, ਅਸੀਂ ਜਾਤੋਂ ਪਾਤੋਂ ਨਿਕਲ ਕੇ ਫਿਰ ਇੱਕੋ ਹੋ ਗਏ, ਸਾਡੀ ਗੜਕ ਬਲੈਤੀ ਗੂੰਜ ਦੀ ਕਾਬਲ ਲਲਕਾਰੇ, ਸਾਡਾ ਪਿੰਡ ਲਾਹੌਰ ਸੀ ਸੁਨੀਦਾ ਉਹਦੀ ਚਰਚਾ ਸਾਰੇ, ਅਸੀਂ ਅਣਖਾਂ ਮੜਕਾਂ ਸਾਂਭੀਆਂ ਸਰਦਾਰ ਸਦਾਏ, ਅਸੀਂ ਕਰਨੀ ਕਹਿਣੀ ਦੇ ਬਲੀ ਸਰਕਾਰ ਕਹਾਏ, ਸਾਡੀ ਨਜ਼ਰ ਲੱਗ ਗਈ ਵਿਹੜਿਆਂ ਨੂੰ ਬਲਾ ਕੋਈ ਪੈ ਗਈ, ਇੱਕ ਇੱਕ ਕਰਕੇ ਸੂਰਮੇ ਸਾਡੇ ਖੋਹ ਕੇ ਲੈ ਗਈ, ਫਿਰ ਕੈਦੋਂ ਲੁੱਟ ਗਏ ਚੂਰੀਆਂ ਸਾਡੇ ਝੰਗ ਉਜਾੜੇ, ਸਾਡੇ ਵੇਲੇ ਵਸਦੇ ਬਣ ਗਏ ਕਤਲਾਂ ਦੇ ਖਾੜੇ, ਸਾਡੇ ਬਾਬਿਆਂ ਦੇ ਸਿਰ ਟੌਹਰਿਆਂ ਨੂੰ ਬਿਜਲੀ ਪੈ ਗਈ, ਇੱਕ ਵੰਡ ਪੰਜਾਬ ਦੀ ਆਣ ਕੇ ਸਾਡੇ ਹੱਡੀ ਬਹਿ ਗਈ, ਕੁਝ ਆਣ ਵਪਾਰੀ ਤੋਲ ਗਏ ਤਕਦੀਰ ਸਾਡੀ, ਅਸੀਂ ਨੀਤੀ ਹਰ ਇੱਕ ਖੇਡ ਦੇ ਸਾਨੂੰ ਰੱਖਿਆ ਪਾਡੀ,
ਸਾਨੂੰ ਘੇਰਿਆ ਕਦੇ 47 ਤੇ ਕਦੇ 84। ਸਾਡੇ ਲਹੂ ਨਾਲ ਰਹੀ ਰੱਜ ਦੀ ਸਦਾ ਮੌਤ ਪਿਆਸੀ, ਅਸੀਂ ਅੱਖਾਂ ਦੇਖੀਆਂ ਪਿਓ ਦੀਆਂ ਫਿਕਰਾਂ ਵਿੱਚ ਗੁੰਨੀਆਂ, ਸਿਰ ਮਾਵਾਂ ਸਾਡੀਆਂ ਲੱਦੀਆਂ ਦੇ ਚਿੱਟੀਆਂ ਚੁੰਨੀਆਂ। ਅਸੀਂ ਸਦਾ ਰਹੇ ਸਰਬੱਤ ਦੀ ਵੀ ਖੈਰ ਮਨਾਉਂਦੇ, ਅਸੀਂ ਸਦਾ ਰਹੇ ਸਰਬੱਤ ਦੀ ਹੀ ਖੈਰ ਮਨਾਉਂਦੇ, ਅਸੀਂ ਮੁੱਠਕ ਛੋਲੇ ਚੱਬ ਕੇ ਰਹੇ ਛੋਲੇ ਗਾਉਂਦੇ, ਅਸੀਂ ਅਮਰ ਵੇਲਾ ਨਾਲ ਲੱਦ ਗਏ ਪਰ ਹਲੇ ਨੀ ਸੁੱਕੇ, ਸਾਨੂੰ ਚੜ੍ਹਦੀ ਕਲਾ ਦਾ ਥਾਪੜਾ ਅਸੀਂ ਹਲੇ ਨੀ ਮੁੱਕੇ, ਸਾਡੇ ਰਗਾਂ ਦੇ ਵਿੱਚ ਪੰਜਾਬ ਤੇ ਸਾਡੇ ਦਿਲੀ ਪੰਜਾਬੀ, ਅਸੀਂ ਖਿੰਡੇ ਹੋਏ ਵੀ ਮਿਲਾਂਗੇ ਦਾਤਿਆ ਖਿਦਰਾਣੇ ਢਾਬੀ, ਅਸੀਂ ਖਿੰਡੇ ਹੋਏ ਵੀ ਮਿਲਾਂਗੇ ਖਿਦਰਾਣੇ ਢਾਬੀ। ਦਾਊ ਮਾਜਰਾ ਲਿਖਦਾ ਹੈ। ਸਾਰਿਆਂ ਦਾ ਧੰਨਵਾਦ ਜੀ, ਜਿੱਥੇ ਵੀ ਬੈਠੇ ਹੋ। ਮੰਗਲਵਾਰ ਦਾ ਦਿਨ ਹੈ, ਹਫ਼ਤੇ ਦਾ ਦੂਸਰਾ ਤੇ 1 ਸਤੰਬਰ ਹੋ ਗਿਆ ਮਿੱਤਰੋ, ਮਹੀਨੇ ਰਹਿ ਗਏ 4, ਸਤੰਬਰ ਅਕਤੂਬਰ ਨਵੰਬਰ ਤੇ ਦਸੰਬਰ, ਤੇ ਸਾਲ ਗਿਆ ਹੋ, 1 ਸਾਲ ਹੋ ਗਿਆ ਮਾਡਲ ਪੁਰਾਣਾ। ਤੇ ਜਨਮ ਦਿਨ ਤਾਂ ਮਨਾਈ ਜਾਂਦੇ ਹੈ, ਜਨਮ ਦਿਨ ਕਾਹਦਾ ਮਨਾਉਣਾ, ਜ਼ਿੰਦਗੀ ਦੇ ਤਾਂ ਸਾਲ ਘਟੀ ਜਾਂਦੇ ਹੈ, ਪਰ ਫਿਰ ਵੀ ਇਸ ਨੂੰ ਜਿਉਣਾ ਤੇ ਭੋਗਣਾ ਜਿਹੜਾ, ਇਹ ਦੋ ਅਲੱਗ ਚੀਜ਼ਾਂ ਨੇ। ਚੀਜ਼ਾਂ ਕਦੇ ਵੀ ਨਹੀਂ ਪੂਰੀਆਂ ਹੋਣੀਆਂ, ਜੇ ਆਪਾਂ ਕਹੀਏ ਵੀ ਸਾਡੀਆਂ ਖਾਹਿਸ਼ਾਂ ਪੂਰੀਆਂ ਹੋ ਜਾਣਗੀਆਂ, ਪੂਰੀਆਂ ਤਾਂ ਹੋ ਜਾਂਦੀਆਂ ਪਰ ਸਾਡੀ ਲਲਕ ਵੱਧ ਜਾਂਦੀ, ਅੱਗੇ ਤੋਂ ਅੱਗੇ ਅਸੀਂ ਹੋਰ ਚਾਹੁੰਦੇ ਹਾਂ, ਆਹ ਮਿਲ ਜਾਏ, ਆਹ ਮਿਲ ਜਾਏ, ਆਹ ਮਿਲ ਜਾਵੇ, ਅੰਤ ਹੈ ਨਹੀਂ ਕਿਸੇ ਚੀਜ਼ ਦਾ, ਕਿਤੇ ਨਾ ਕਿਤੇ ਖੜਨਾ ਪੈਣਾ। ਹੁਣ ਕਾਰਨ ਇਹ ਹੈ ਵੀ 100 ਦੇ ਵਿੱਚੋਂ 95 ਭੱਜੇ ਫਿਰਦੇ ਆ, 5 ਟਿਕ ਨਹੀਂ ਹੁੰਦਾ 5 ਤੋਂ, ਉਹ ਨਾਲ ਦੇ ਜਾਂ ਭੱਜੀ ਜਾਂਦੇ ਆ, ਬੈਠਾ ਹੋ ਗਿਆ ਯਾਰ ਤੁਰ ਤਾਂ ਸਹੀ, ਹੁਣ ਇਹ ਤਾਂ ਖੜਦਾ ਹੀ ਨਹੀਂ। ਅੱਛਾ, ਬਹੁਤ ਲੋਕ ਅਜਿਹੇ ਨੇ ਜਿਹੜੇ ਜਿਹਨਾਂ ਕੋਲ ਡਾਲਰ ਬਹੁਤ ਹੋ ਗਏ, ਜਿਹਨਾਂ ਨੂੰ ਆਲੇ ਨਾਲੇ ਆਪਾਂ ਦੇਖਦੇ ਆ, ਪਰ ਉਹ ਉਹਨਾਂ ਡਾਲਰਾਂ ਦਾ ਫਾਇਦਾ ਕੋਈ ਨਹੀਂ ਦੇਖਦੇ, ਕੋਈ ਜ਼ਿੰਦਗੀ 'ਚ ਉਹਨਾਂ ਦਾ ਫਰਕ ਨਹੀਂ, ਉਹ ਤਰਜ਼ ਜ਼ਿੰਦਗੀ ਵੀ ਉਹੋ ਜਿਹੀ ਹੈ, ਫਿਰ ਉਹ ਕਾਹਦੇ ਲਈ ਇਕੱਠੇ ਕਰ ਰਹੇ ਨੇ, ਸਮਝ ਨਹੀਂ ਆਉਂਦੀ। ਇਹ ਬਹੁਤ ਵੱਡਾ ਇੱਕ ਵਿਚਾਰ ਮਨ 'ਚ ਆਉਂਦਾ, 15-20 ਸਾਲਾਂ 'ਚ ਜਿਹਨਾਂ ਨੂੰ ਵੇਖਿਆ, ਜਿਹਨਾਂ ਕੋਲ ਕੁਛ ਕੁ ਹਜ਼ਾਰ ਡਾਲਰ ਸੀ, ਉਹਨਾਂ ਕੋਲ ਲੱਖਾਂ ਹੀ ਡਾਲਰ ਆਏ ਨੇ, ਤਰੱਕੀ ਆਹ 15-20 ਸਾਲਾਂ 'ਚ ਹੋਈਆਂ, ਪਹਿਲਾਂ ਅਸਲ 2000 ਤੋਂ ਬਾਅਦ ਹੀ, 2003-04 ਦੇ ਮੂਮ ਨੇ ਸਾਰਾ ਕੁਛ ਕੀਤਾ, 15 ਵਰ੍ਹਿਆਂ ਦੀ ਉਹ ਕਹਾਣੀ ਹੈ। ਹੱਥੀ ਕੰਮ ਕਰਨ ਵਾਲੇ ਲੋਕ ਅੱਜ ਉਹਨਾਂ ਕੋਲ 200-300 ਲੋਕ ਕੰਮ ਕਰਦੇ ਹੈ, ਤੇ 1000-1500 ਯੂਨਿਟ ਬਣਾ ਕੇ ਉਹ ਘਰਾਂ ਦੀ, ਟਾਊਨ ਹਾਊਸਾਂ ਦੀ ਵੇਚਦੇ ਆ, ਤਰੱਕੀਆਂ ਹੋ ਗਈਆਂ, ਪਰ ਨਾਲ ਖਰਚਣ ਵਾਲੀ ਕਹਾਣੀ ਘਟ ਗਈ। ਬਸ ਉਹ ਇਕੱਠਾ ਜਿਹਾ ਹੋਈ ਜਾਂਦਾ ਕੰਮ, ਇੱਥੋਂ ਕਰ ਲਓ, ਇੱਥੋਂ ਕਰ ਲਓ, ਤੇ ਹੁਣ ਮਨੀ ਨਾਲ ਮਨੀ ਬਣਦੀ ਹੈ, ਇਕੱਠੇ ਹੋਏ ਪੈਸਿਆਂ ਨਾਲ ਉਹ ਖਰੀਦਣਾ ਚਾਹੁੰਦੇ ਆ ਕੁਛ ਨਾ ਕੁਛ, ਵੀ ਆਹ ਵੀ ਖਰੀਦੋ, ਆਹ ਵੀ ਖਰੀਦੋ, ਆਹ ਵੀ ਖਰੀਦੋ। ਸੋ ਇਹ ਜ਼ਿੰਦਗੀ ਦੇ ਵਿੱਚ ਕਮਾਏ ਡਾਲਰ ਤੇ ਅਗਲੀ ਪੀੜ੍ਹੀ ਨੂੰ ਦਿੱਤੇ ਡਾਲਰ ਜਿੰਨੇ ਕੁ ਮਰਜ਼ੀ ਦੇ ਜਾਓ, ਜਿੰਨੇ ਵੱਧ ਦੇ ਜਾਓ, ਜਿੰਨੇ ਘੱਟ ਦੇ ਜਾਓ, ਕੁਛ ਕਰ ਲਓ, ਪਰ ਖਾਸ ਖਿਆਲ ਰੱਖਣ ਦੀ ਲੋੜ ਹੈ ਕਿ ਕੀ ਇਸ ਨੂੰ ਆਪਾਂ ਜ਼ਿੰਦਗੀ ਨੂੰ ਭੋਗ ਰਹੇ ਹਾਂ ਸਵਾਰ ਕੇ ਜਾਂ ਕੱਟ ਰਹੇ ਹਾਂ। ਸੋ ਇਸ ਦੀ ਜਿਹੜੀ ਆਲੇ ਦੁਆਲੇ ਵੇਖ ਕੇ ਕਾਰਨ ਇੱਥੇ ਕੀ ਹੈ ਕਿ ਵੱਧ ਤੇ ਘੱਟ ਡਾਲਰਾਂ ਨਾਲ ਫਰਕ ਨਹੀਂ ਜ਼ਿੰਦਗੀ 'ਚ ਕੋਈ ਪੈਂਦਾ, ਤਰਜ਼ੇ ਜ਼ਿੰਦਗੀ 'ਚ ਨਹੀਂ। ਹਾਂ, ਜ਼ਰੂਰ ਇਹ ਆ ਵੀ ਡਾਲਰ ਵਾਫਰ ਹੋਏ ਹੋਣ, ਬੰਦਾ ਬੁੜਾ ਨਹੀਂ ਹੁੰਦਾ। ਅਸੀਂ ਵੇਖਿਆ ਆਲੇ ਦੁਆਲੇ ਭਾਈ ਬੰਦਾ ਨੂੰ ਬੁਢਾਪਾ ਨੇੜੇ ਵੀ ਨਹੀਂ ਆਉਂਦਾ, 70 ਦੇ ਨੇੜੇ ਚਲੇ ਗਏ, ਹਲੇ ਵੀ ਐਨ ਲਾਲੀ ਆ ਚੇਅਰ, ਜੇ ਗੱਲ ਕਰ ਲਓ ਤਾਂ ਜਗਨ ਕੈਸ਼ ਜੇਬ ਦੇ ਵਿੱਚ ਹੈ, ਲੋੜ ਨਹੀਂ ਹੈ, ਨਾ ਕੋਈ ਕ੍ਰੈਡਿਟ ਕਾਰਡ ਵਰਤਣਾ ਸੀ, ਨਾ ਅਸੀਂ ਬੈਂਕਾਂ 'ਚ ਜਾਣਾ, ਭੂਰੇ ਰੰਗ ਦੇ ਨੋਟ ਹੀ ਵਰਤਦੇ ਹਾਂ, ਵਕਤ ਵਕਤ ਦੀ ਗੱਲ ਹੈ। ਪਰ ਇਹ ਵੀ ਬਹੁਤ ਬੜੱਪਣ ਹੁੰਦਾ, ਪੈਸੇ ਆਇਆ ਤੇ ਤੁਸੀਂ ਖਰਚ ਸਕਦੇ ਹੋ, ਨਹੀਂ ਤਾਂ ਕਮਾਉਣ ਦੇ ਲਈ ਭੱਜੇ ਫਿਰਦਾ। ਹਾਂ, ਜੇ ਜ਼ਿੰਦਗੀ ਬਸਰ ਕਰਨ ਲਈ ਕਮਾ ਹੁੰਦੇ ਨੇ ਭੱਜ ਨੱਠ ਕੇ, ਫਿਰ ਸਲਿਊਟ ਹੈ, ਪਰ ਜਿਹਨਾਂ ਕੋਲ ਬਾਫਰ ਹੋ ਗਏ ਉਹ ਕਿਤੇ ਵਰਤਣ ਕੋਈ ਚੈਰਿਟੀ 'ਚ, ਕਿਤੇ ਆਲੇ ਦੁਆਲੇ ਕਿਸੇ ਗਰੀਬ ਗੁਰਬੇ ਨੂੰ ਕੁਛ ਕਰਕੇ ਦੇਣ। ਬਹੁਤ ਲੋਕ ਨੇ ਜਿਹਨਾਂ ਦੇ ਸਿਰ 'ਤੇ ਛੱਤ ਨਹੀਂ, ਬਹੁਤ ਲੋਕ ਨੇ ਜਿਹੜੇ ਉੱਜੜੇ ਫਿਰਦੇ ਆ, ਬਹੁਤ ਲੋਕ ਨੇ ਜਿਹੜੇ ਮੀਹਾਂ ਦੇ ਵਿੱਚ ਭਿੱਜਦੇ ਫਿਰਦੇ ਆ, ਉਹਨਾਂ ਨੂੰ ਘੱਟੋ ਘੱਟ 50-100 ਨੂੰ ਯੂਨਿਟਾਂ ਹੀ ਬਣਾ ਕੇ ਦੇ ਦੇਣ, ਕੀ ਕਰਨੇ ਨੇ ਤੁਸੀਂ ਇੰਨੇ ਡਾਲਰ ਇਕੱਠੇ ਕਰਦੇ। ਤੇ ਸਭ ਤੋਂ ਵੱਡੀ ਗੱਲ, ਜਿਹਨਾਂ ਕੋਲ ਜਾਂ ਡਾਲਰ ਇਕੱਠੇ ਹੋ ਗਏ,
ठीक है कट्ठे करने तो पहला कुछ तत् पड़ती की हुई, पर हुण जद कट्ठे हो गए जिहड़े हुण भी नहीं टिकदे उहनां नूं तां फिर मिहणा ही है। हुण तां मेरे ख्याल आपां सिद्ध ही जिंदगी जीउण लग जाईए, हुण तां इधर उधर नालों भी इत्थे कर ला उत्थे कर ला, इत्थे फिट कर ला बंदा उत्थे फिट कर ला, इत्थे जमीन लै ला उत्थे लै ला, इह तां हट जाओ। जे तुसीं कह रहे हो तुहाडे कोल अद्धा बिलियन डॉलर है तां हुण हटना चाहीदा, नहीं फिर झूठ बोलदे हो गल्लां दोनों। ਤੇ ਕਿਸੇ ਨੂੰ ਨੀਵੇਂ ਨੂੰ ਫੜ ਕੇ ਬਰਾਬਰ ਖੜਾ ਕਰਨਾ, ਇਹ ਆ ਅਸਲ ਕਹਾਣੀ। ਵੱਡਿਆਂ ਨਾਲ ਬਹਿ ਕੇ ਵੱਡੀਆਂ ਗੱਲਾਂ ਕਰਨੀਆਂ ਇਹ ਨਹੀਂ, ਐਟਲੀਸਟ ਤੁਹਾਨੂੰ ਲੋਕ ਆਪਣੀ ਮੁਸ਼ਕਲ ਦੇ ਲਈ ਫੋਨ ਕਰਨ, ਤੁਹਾਨੂੰ ਆਪਣੀ ਲੋਕ ਮੁਸ਼ਕਲ ਦੱਸਣ ਮਾਣਦਾ, ਉਹ ਰੁਤਬਾ ਚਾਹੀਦਾ। ਅਮਨ ਖਹਿਰਾ ਜੀ ਮੇਰੇ ਨਾਲ ਨੇ ਅੱਜ, ਖਾਸ ਇਮੀਗ੍ਰੇਸ਼ਨ ਸੰਬੰਧੀ ਕੁਛ ਜਾਣਕਾਰੀਆਂ ਸਵਾਲ ਤੁਹਾਡੇ ਬਹੁਤ ਨੇ ਉਹ ਇਹਨਾਂ ਤੋਂ ਪੁੱਛਦੇ। ਅਮਨ ਖਹਿਰਾ ਜੀ ਸਵਾਗਤ, ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਬਾਈ ਜੀ, ਔਰ ਸਾਰੇ ਹੀ ਲਿਸਨਰਸ ਨੂੰ ਤੁਹਾਡੇ ਵੱਲੋਂ ਪਿਆਰ ਭਰੀ, ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ, ਨਮਸਕਾਰ ਤੇ ਆਦਾਬ ਜੀ। ਜਾਨੂੰ ਤੁਸੀਂ ਆਉਂਦੇ ਹੋ 15 ਦਿਨਾਂ ਨੂੰ, ਜਾਨੂੰ ਸਵਾਲ ਮੇਰੇ ਨਿੱਜੀ ਬਹੁਤ ਵੱਧ ਜਾਂਦੇ ਨੇ। ਪਹਿਲਾ ਸਵਾਲ ਇਹ ਦੱਸਿਓ, ਅੱਜ ਜੇ ਕਿਸੇ ਨੇ ਪੁੱਛਿਆ ਕੈਲਗਰੀਓ ਬਈ ਨਾਨਾ ਨਾਨੀ ਦਾਦਾ ਦਾਦੀ ਜੇ ਕੋਈ ਸਿੰਗਲ ਹੈ ਤੇ ਇੱਥੇ ਆਇਆ ਹੋਇਆ ਸੁਪਰ ਵੀਜ਼ੇ ਤੇ, ਪਰ ਉਹਦਾ ਜੀਵਨ ਸਾਥੀ ਨਾਲ ਨੀ, ਜਾਂ ਉਹਨਾਂ ਦੀ ਡੈਥ ਹੋ ਗਈ ਜਾਂ ਡਿਵੋਰਸ ਹੋ ਗਿਆ, ਸਿੰਗਲ ਨੇ ਉਹ, ਕੀ ਉਹਨਾਂ ਦੀ ਇਮੀਗ੍ਰੇਸ਼ਨ ਲਈ ਸਰਕਾਰ ਨੇ ਕੁਛ ਨਵਾਂ ਕਾਨੂੰਨ ਕੀਤਾ ਕਿ ਉਹ ਪੱਕੇ ਹੋ ਸਕਦੇ? ਨਹੀਂ ਜੀ, ਨਵਾਂ ਕੁਛ ਨੀ ਕੀਤਾ ਬਾਈ ਜੀ। ਜਿਹੜਾ ਫੈਮਿਲੀ ਰੀਯੂਨੀਫਿਕੇਸ਼ਨ ਪ੍ਰੋਗਰਾਮ ਹੈ ਇਹਦੇ ਤਹਿਤ ਇੱਕ ਜਿਹੜੀ ਸਟਰੀਮ ਪਹਿਲਾਂ ਹੀ ਸਰਕਾਰ ਨੇ ਚਲਾਈ ਹੋਈ ਸੀ, ਜਿਹਦੇ ਚ ਤੁਸੀਂ ਫੈਮਿਲੀ ਨੂੰ ਆਪਣੇ ਫੈਮਿਲੀ ਮੈਂਬਰਸ ਨੂੰ ਜਿਹੜੇ ਸਪੋਂਸਰਸ਼ਿਪ ਦੇ ਸਕਦੇ ਸੀ, ਤੁਸੀਂ ਸਾਬਤ ਕਰਨਾ ਹੁੰਦਾ ਸੀ ਵੀ ਜਿਹੜੇ ਇੰਡੀਵਿਜੁਅਲ ਨੂੰ ਤੁਸੀਂ ਸਪੋਂਸਰਸ਼ਿਪ ਦੇ ਰਹੇ ਹੋ ਉਹ ਮੈਂਬਰ ਆਫ ਦਾ ਫੈਮਿਲੀ ਕਲਾਸ ਹੈ, ਜਿਹਦੇ ਵਿੱਚ ਦਾਦਾ ਦਾਦੀ ਨਾਨਾ ਨਾਨੀ ਕੁਆਲੀਫਾਈ ਕਰਦੇ ਸੀ। ਸੋ ਜਿਹੜੀ ਇਹ ਸਪੋਂਸਰਸ਼ਿਪ ਹੈ ਐਕਸਟੈਂਡ ਕੀਤੀ ਜਾ ਸਕਦੀ, ਬਟ ਕਿਉਂਕਿ ਇਸ ਪ੍ਰੋਗਰਾਮ ਦੇ ਵਿੱਚ ਸਰਕਾਰ ਨੇ ਹੁਣ ਟੈਂਪਰੇਰੀ ਇੱਕ ਮੋਰਟੋਰੀਅਮ ਲਾਇਆ ਹੋਇਆ ਪ੍ਰੋਗਰਾਮ, ਜਿਵੇਂ 20,000 ਐਪਲੀਕੇਸ਼ਨਾਂ ਲਈਆਂ ਸੀ ਪਿਛਲੇ ਸਮੇਂ ਦੇ ਵਿੱਚ ਜਦੋਂ ਐਪਲੀਕੇਸ਼ਨ ਖੁੱਲੀਆਂ ਸੀ, ਹੁਣ ਇਹ ਐਪਲੀਕੇਸ਼ਨ ਜਿਹੜੀਆਂ ਸਰਕਾਰ ਨੇ ਅਪ੍ਰੈਲ ਦੇ ਵਿੱਚ ਲੈਣੀਆਂ ਸੀ, ਬਿਕੋਜ਼ ਆਫ ਕੋਵਿਡ ਇਹਨੂੰ ਐਕਸਟੈਂਡ ਕਰਤਾ ਗਿਆ, ਤੇ ਵੈਰੀ ਸ਼ਾਰਟਲੀ ਇਹਦੇ ਬਾਰੇ ਮਿਨਿਸਟਰ ਅਨਾਊਂਸਮੈਂਟ ਕਰਨਗੇ ਔਰ ਪ੍ਰੋਗਰਾਮ ਨੂੰ ਜਿਹੜਾ ਹੈਗਾ ਰੀਲਾਂਚ ਕਰਨਗੇ, ਜਿੱਥੇ ਤੁਸੀਂ ਸਪੋਂਸਰਸ਼ਿਪ ਦੇ ਸਕਦੇ ਹੋ। ਨਾਓ ਸੈਕਿੰਡ ਪ੍ਰੋਵੀਜ਼ਨ ਰੱਖੀ ਗਈ ਹੈ ਐਕਟ ਦੇ ਵਿੱਚ, ਜਿਹੜੇ ਇੰਡੀਵਿਜੁਅਲਸ ਇਹਨਾਂ ਕਿਸੇ ਕੈਟੇਗਰੀ ਦੇ ਵਿੱਚ ਕੁਆਲੀਫਾਈ ਨਹੀਂ ਕਰਦੇ, ਭਾਵ ਕਿ ਉਹ ਐਪਲੀਕੇਸ਼ਨ ਨਹੀਂ ਲਾ ਸਕਦੇ, ਤਾਂ ਇੱਕ ਬੈਕਡੋਰ ਐਂਟਰੀ ਸਰਕਾਰ ਨੇ ਰੱਖੀ ਹੈ। ਉਹ ਬੈਕ ਡੋਰ ਐਂਟਰੀ ਜਿਹੜੀ ਹੈ ਉਹ ਸੈਕਸ਼ਨ 25 ਦੇ ਅੰਦਰ ਮਿਨਿਸਟਰ ਡੈਲੀਗੇਟ ਨੂੰ ਇਹ ਅਥਾਰਿਟੀ ਦਿੰਦੀ ਹੈ ਵੀ ਜੇ ਤੁਸੀਂ ਸਾਬਤ ਕਰ ਦੋ ਵੀ ਇੰਡੀਵਿਜੁਅਲ ਨੂੰ ਸਪੋਂਸਰਸ਼ਿਪ ਦੇ ਰਹੇ ਹੋ, ਮੈਂਬਰ ਆਫ ਦਾ ਫੈਮਿਲੀ ਕਲਾਸ ਹੈ, ਤੇ ਤੁਹਾਡੇ ਕੋਲ ਇਨਫ ਹਿਊਮਨਿਟੇਰੀਅਨ ਐਂਡ ਕੰਪੈਸ਼ਨੇਟ ਗਰਾਊਂਡਸ ਨੇ, ਤਰਸ ਦੇ ਆਧਾਰ ਤੇ ਤੁਹਾਨੂੰ ਇਮੀਗ੍ਰੇਸ਼ਨ ਜਿਹੜੀ ਹੈ ਦਿੱਤੀ ਜਾਣੀ ਚਾਹੀਦੀ ਹੈ ਔਰ ਫੈਮਿਲੀ ਰੀਯੂਨੀਫਿਕੇਸ਼ਨ ਓਬਜੈਕਟਿਵ ਜਿਹੜਾ ਉਹ ਅਪਕੀਪ ਹੋਏਗਾ, ਤਾਂ ਫੇਰ ਤੁਹਾਨੂੰ ਜਿਹੜੀ ਹੈ ਇਮੀਗ੍ਰੇਸ਼ਨ ਦਿੱਤੀ ਜਾਂਦੀ ਹੈ। ਭਾਵੇਂ ਕਿ ਤੁਸੀਂ ਇਨਕਮ ਮੀਟ ਨਹੀਂ ਕਰ ਰਹੇ ਫਿਰ ਵੀ ਤੁਹਾਨੂੰ ਇਮੀਗ੍ਰੇਸ਼ਨ ਦਿੱਤੀ ਜਾਂਦੀ ਹੈ, ਭਾਵੇਂ ਕਿ ਤੁਹਾਡੇ ਪੇਰੈਂਟਸ ਜਿਹੜੇ ਨੇ ਜਾਂ ਗ੍ਰੈਂਡ ਪੇਰੈਂਟਸ ਨੇ ਉਹ ਮੈਡੀਕਲੀ ਇਨਐਡਮਿਸਿਬਲ ਨੇ ਫਿਰ ਵੀ ਇਮੀਗ੍ਰੇਸ਼ਨ ਦਿੱਤੀ ਜਾਂਦੀ ਹੈ, ਭਾਵੇਂ ਕਿ ਉਹਨਾਂ ਕੋਲ ਕੋਈ ਟਰੈਵਲ ਡਾਕੂਮੈਂਟ ਨਹੀਂ ਫਿਰ ਵੀ ਇਮੀਗ੍ਰੇਸ਼ਨ ਜਿਹੜੀ ਹੈ ਉਹ ਹਾਸਲ ਕਰ ਸਕਦੇ ਨੇ। ਸੋ ਉਹਦੇ 'ਚ ਬਹੁਤ ਬੜੀਆਂ ਐਗਜ਼ੈਂਪਸ਼ਨਸ ਨੇ ਏਜੰਸੀ ਦੇ ਅੰਡਰ ਸੈਕਸ਼ਨ 25, ਜਿੱਥੇ ਇੱਕ ਬੈਕ ਡੋਰ ਐਂਟਰੀ ਦੇ ਰਾਹੀਂ ਤੁਸੀਂ ਐਪਲੀਕੇਸ਼ਨ ਕਰ ਸਕਦੇ ਹੋ, ਖਾਸ ਕਰਕੇ ਜੇ ਤੁਹਾਡੇ ਪੇਰੈਂਟਸ ਜਾਂ ਗ੍ਰੈਂਡ ਪੇਰੈਂਟਸ ਏਜਡ ਹੋ ਗਏ, ਪਿੱਛੇ ਉਹਨਾਂ ਦੀ ਟੇਕ ਕਰਨ ਕੇਅਰ ਕਰਨ ਵਾਲਾ ਕੋਈ ਨਹੀਂ ਹੈ, ਤੇ ਬੈਸਟ ਇੰਟਰਸਟ ਚਾਈਲਡ ਜਿਹੜਾ ਜਿਹਦੇ ਵਿੱਚ ਜੇ ਕੋਈ ਉਹ ਆਪਣੇ ਪੋਤਰੇ ਜਾਂ ਪੋਤਰੀ ਦੀ ਟੇਕ ਕੇਅਰ ਕਰ ਰਹੇ ਨੇ ਤੇ ਪੇਰੈਂਟ ਚਾਈਲਡ ਬੋਂਡ ਕ੍ਰੀਏਟ ਹੋ ਗਿਆ, ਜਿੱਥੇ ਕਿ ਉਹਨਾਂ ਦੇ ਕੈਨੇਡਾ ਛੱਡਣ ਦੇ ਨਾਲ ਕੈਨੇਡੀਅਨ ਚਾਈਲਡ ਦੇ ਉੱਤੇ ਇੱਕ ਨੈਗੇਟਿਵ ਇੰਪੈਕਟ ਪਏਗਾ, ਉਹਦਾ ਇੰਟਰਸਟ ਜਿਹੜਾ ਬੈਸਟ ਇੰਟਰਸਟ ਹੈ ਪ੍ਰੋਟੈਕਟਡ ਨਹੀਂ ਰਹੇਗਾ, ਤੇ ਸਭ ਤੋਂ ਜ਼ਿਆਦਾ ਵੇਟ ਜਿਹੜਾ ਇਸ ਨੂੰ ਦਿੱਤਾ ਜਾਂਦਾ। ਇਸ ਤੋਂ ਇਲਾਵਾ ਹੋਰ ਕੰਸਿਡਰੇਸ਼ਨ ਵੀ ਹੁੰਦੀਆਂ ਨੇ, ਮੈਡੀਕਲ ਜਿਹੜੀ ਹੈ ਕੰਸਿਡਰੇਸ਼ਨ ਇਹ ਵੀ ਹੁੰਦੀ ਹੈ ਵੀ ਜੇ ਮੈਡੀਕਲੀ ਉਹਨਾਂ ਦਾ ਇਲਾਜ ਉੱਥੇ ਬੈਟਰ ਨਹੀਂ ਹੋ ਸਕਦਾ ਜਾਂ ਕੋਈ ਦੇਖਭਾਲ ਕਰਨ ਵਾਲਾ ਨਹੀਂ ਹੈਗਾ, ਤਾਂ ਫਿਰ ਇਹ ਸਾਰੀਆਂ ਚੀਜ਼ਾਂ ਨੂੰ ਵੇਟ ਦਿੱਤਾ ਜਾਂਦਾ। ਇਹ ਐਪਲੀਕੇਸ਼ਨ ਸਬਮਿਸ਼ਨ ਬੇਸ ਐਪਲੀਕੇਸ਼ਨ ਹੈ, ਜੇ ਮਿਨਿਸਟਰ ਡੈਲੀਗੇਟ ਤੁਹਾਡੀ ਐਗਜ਼ੈਂਪਸ਼ਨ ਗ੍ਰਾਂਟ ਕਰ ਦਿੰਦਾ ਜਾਂ ਤੁਹਾਨੂੰ ਇਹ ਸਪੈਸ਼ਲ ਰਿਲੀਫ ਦੇ ਦਿੰਦਾ, ਤਾਂ ਤੁਹਾਡੇ ਪਰਿਵਾਰ ਦੇ ਮੈਂਬਰ ਕੈਨੇਡਾ ਵਿੱਚ ਰਹਿੰਦੇ ਹੋਏ ਇਮੀਗ੍ਰੇਸ਼ਨ ਜਿਹੜੀ ਉਹ ਹਾਸਲ ਕਰ ਸਕਦੇ ਨੇ। ਅੱਛਾ ਜੀ, ਤੇ ਪਰ ਜਿਹੜੀ ਆਪਣੇ ਕੋਟਾ ਸੀ, ਜਿਹੜੀ ਲੋਟਰੀ ਸਿਸਟਮ ਸੀ, ਇਸ ਸਾਲ ਤਾਂ ਉਹ ਨਿਕਲੀ ਨਾ ਜੀ, ਹੁਣ ਉਹਦੇ ਬਾਰੇ ਕੋਈ ਡਿਸੀਜਨ ਆਇਆ ਵੀ ਉਹ ਕਦ ਕੱਢਣੀ ਹੈ?
ਅਜੀਬ ਕਾਫੀ ਦੇਰ ਤੋਂ ਇਹ ਇੰਤਜ਼ਾਰ ਚੱਲ ਰਿਹਾ ਹੈਗਾ। ਮੇਰੇ ਖਿਆਲ ਮਿਨਿਸਟਰ ਦੀ ਪਿੱਛੇ ਜੇ ਅਨਾਊਂਸਮੈਂਟ ਵੀ ਹੋਈ ਸੀ ਵੀ ਜਿਹੜੀ ਬਹੁਤ ਸ਼ਾਰਟਲੀ ਅਸੀਂ ਜਿਹੜਾ ਇਹ ਫੈਮਿਲੀ ਰੀਯੂਨੀਫਿਕੇਸ਼ਨ ਪ੍ਰੋਗਰਾਮ ਹੈ ਜਿਹਦੇ ਵਿੱਚ ਅਸੀਂ ਸਭ ਤੋਂ ਜ਼ਿਆਦਾ ਇਹਨੂੰ ਪ੍ਰਾਇਰਟਾਈਜ਼ ਕਰਾਂਗੇ ਔਰ ਇਹਨੂੰ ਜਿਹੜਾ ਹੈਗਾ ਇਮੀਗ੍ਰੇਸ਼ਨ ਜਿਹੜੀ ਅਸੀਂ ਬਹੁਤ ਜਲਦੀ ਖੋਲਾਂਗੇ। ਹਾਲੇ ਇਹਦੇ ਵਿੱਚ ਕੋਈ ਫਾਰਮਲ ਜਿਹੜੀ ਹੈ ਕੋਈ ਡੇਟ ਨਹੀਂ ਅਨਾਊਂਸ ਹੋਈ ਵੀ ਕਦੋਂ ਇਹ ਐਪਲੀਕੇਸ਼ਨਾਂ ਖੋਲੀਆਂ ਜਾਣਗੀਆਂ ਔਰ ਐਕਸਪੈਕਟਿਡ ਹੈ ਵੀ ਇਹ ਸਾਲ ਦੇ ਐਂਡ ਦੇ ਵਿੱਚ ਜਾਂ ਬਿਗਨਿੰਗ ਆਫ ਨੈਕਸਟ ਈਅਰ ਫੋਰ ਸ਼ੋਰ ਜਿਹੜੀਆਂ ਐਪਲੀਕੇਸ਼ਨਾਂ ਖੋਲੀਆਂ ਜਾਣਗੀਆਂ। ਇਸ ਸਾਲ ਇਹ ਬਿਲਕੁਲ ਅਪ੍ਰੈਲ ਦੇ ਵਿੱਚ ਲਾਂਚ ਹੋਣਾ ਸੀ ਪਰ ਸਰਕਾਰ ਨੇ ਉਹਨੂੰ ਪੋਸਟਪੋਨ ਕਰਤਾ ਬਿਕੋਜ਼ ਆਫ ਕੋਵਿਡ ਤੇ ਫਿਰ ਉਹ ਐਪਲੀਕੇਸ਼ਨਾਂ ਜਿਹੜੀਆਂ ਨਹੀਂ ਲਈਆਂ। ਇਸੇ ਕਰਕੇ ਜਿਹੜੀਆਂ ਏਜੰਸੀ ਐਪਲੀਕੇਸ਼ਨ ਨੇ ਉਹ ਵੀ ਇੱਕ ਤੁਹਾਡੇ ਕੋਲ ਪੋਜ਼ਿਟਿਵ ਇੰਪੈਕਟ ਬਣਦਾ ਜਿੱਥੇ ਤੁਸੀਂ ਅਦਰਵਾਈਜ਼ ਕੀ ਹੁੰਦਾ ਮਿਨਿਸਟਰ ਡੈਲੀਗੇਟ ਆਲਵੇਜ਼ ਸੋਚਦਾ ਜਦੋਂ ਤੁਹਾਡਾ ਡਿਸੀਜਨ ਲਿਆ ਜਾਂਦਾ ਵੀ ਥੋੜੀਆਂ ਹਾਰਡਸ਼ਿਪਸ ਜ਼ਰੂਰ ਹੈਗੀਆਂ ਪਰ ਇਹ ਹਾਰਡਸ਼ਿਪਸ ਲਈ ਕੋਈ ਆਲਟਰਨੇਟ ਅਰੇਂਜਮੈਂਟ ਹੈਗਾ ਐਕਟ ਦੇ ਵਿੱਚ ਕੋਈ ਇਹੋ ਜਿਹੀ ਪ੍ਰੋਵਿਜ਼ਨ ਹੈਗੀ ਆ ਵੀ ਤੁਹਾਨੂੰ ਇਮੀਗ੍ਰੇਸ਼ਨ ਕਿਸੇ ਦੂਸਰੇ ਰਸਤੇ ਰਾਹੀਂ ਮਿਲ ਸਕੇ। ਸੋ ਇਹ ਰਸਤਾ ਜ਼ਰੂਰ ਐਗਜ਼ਿਸਟ ਕਰਦਾ ਸੀ। ਸੁਪਰ ਵੀਜ਼ਾ ਅਗੇਨ ਇੱਕ ਆਲਟਰਨੇਟ ਆਪਸ਼ਨ ਹੈਗੀ ਹੈ ਵੀ ਤੁਹਾਡੇ ਪਰਿਵਾਰ ਦੇ ਮੈਂਬਰ ਨੂੰ ਤੁਹਾਡੇ ਨਾਲ ਰਹਿਣ ਦਿੱਤਾ ਜਾਵੇ ਪਰ ਇਹ ਤੁਸੀਂ ਸਬਮਿਸ਼ਨ ਦੇ ਰਾਹੀਂ ਸਾਬਤ ਕਰਨਾ ਹੁੰਦਾ ਕਿਉਂਕਿ ਆਊਟਸਾਈਡ ਕੈਨੇਡਾ ਸਪੋਂਸਰਸ਼ਿਪ ਵੈਸੇ ਹੀ ਬਾਹਰ ਹੈ ਤਾਂ ਤੁਹਾਡੇ ਕੋਲ ਸਿੱਧਾ ਕਾਰਨ ਹੈਗਾ ਵੀ ਜਿਹੜੀ ਇਹ ਸਪੋਂਸਰਸ਼ਿਪ ਹੈ ਇਹ ਫਸਟ ਕਮ ਫਸਟ ਸਰਵ ਬੇਸਿਸ ਨਹੀਂ ਹੈ, ਇੱਕ ਲੋਟਰੀ ਸਿਸਟਮ ਹੈ, ਲੱਕ ਦੇ ਉੱਤੇ ਆਧਾਰਿਤ ਹੈ ਵੀ ਜੇ ਤੁਸੀਂ ਲੱਕੀ ਹੋਏ ਤਾਂ ਤੁਹਾਡੀ ਜਿਹੜੀ ਹੈ ਐਪਲੀਕੇਸ਼ਨ ਲਈ ਜਾਏਗੀ, ਜੇ ਤੁਸੀਂ ਤੁਹਾਡੀ ਕਿਸਮਤ ਚੰਗੀ ਨਾ ਹੋਈ ਤਾਂ ਤੁਹਾਡੀ ਐਪਲੀਕੇਸ਼ਨ ਸਾਰੀ ਲਾਈਫ ਹੋ ਸਕਦਾ, ਤੁਹਾਡੇ ਫੈਮਿਲੀ ਦੇ ਮੈਂਬਰ ਜਿਹੜੇ ਤੁਹਾਡੇ ਨਾਲ ਇਕੱਠੇ ਨਾ ਹੋ ਸਕਣ। ਸੁਪਰ ਵੀਜ਼ਾ ਅਗੇਨ ਇੱਕ ਪ੍ਰੋਵਿਜ਼ਨ ਦੇ ਤੌਰ ਤੇ ਦੇਖਿਆ ਜਾਂਦਾ ਬਟ ਉਹ ਇੱਕ ਟੈਂਪਰੇਰੀ ਪ੍ਰੋਵਿਜ਼ਨ ਆ, ਉਹ ਟੈਂਪਰੇਰੀ ਰਿਲੀਫ ਹੈ ਜਿਹਦੇ ਵਿੱਚ ਤੁਸੀਂ ਕੇਸ ਲਾ ਦੇ ਰਾਹੀਂ ਵੀ ਐਕਸਪਲੇਨ ਕਰ ਸਕਦੇ ਹੋ ਸਿਚੁਏਸ਼ਨ ਨੂੰ ਜਿੱਥੇ ਸੁਪਰ ਵੀਜ਼ਾ ਜਿਹੜਾ ਉਹ ਟੈਂਪਰੇਰੀ ਇੰਟੈਂਟ ਨਾਲ ਵੀਜ਼ਾ ਮੰਗਿਆ ਜਾਂਦਾ ਪਰ ਤੁਹਾਡੀ ਜਿਹੜੀ ਮੰਗ ਹੁੰਦੀ ਹੈ ਐਪਲੀਕੇਸ਼ਨ ਦੇ ਵਿੱਚ ਤੁਸੀਂ ਇੱਕ ਪਰਮਾਨੈਂਟ ਸੋਲਿਊਸ਼ਨ ਐਕਸਪੈਕਟ ਕਰਦੇ ਹੋ ਮਿਨਿਸਟਰ ਤੋਂ ਜਿਹਦੇ ਰਾਹੀਂ ਜੇ ਚੰਗੀ ਸਬਮਿਸ਼ਨ ਤੁਹਾਡੀ ਲਿਖੀ ਹੋਈ ਹੈ ਤਾਂ ਮਿਨਿਸਟਰ ਡੈਲੀਗੇਟ ਜਿਹੜਾ ਹੈਗਾ ਤੁਹਾਡੇ ਫੇਵਰ 'ਚ ਡਿਸੀਜਨ ਦੇ ਸਕਦਾ। ਪਰ ਇੱਕ ਗੱਲ ਮੈਨੂੰ ਅਮਨ ਜੀ ਦੱਸੋ ਕਿ 3 ਸਾਲਾਂ ਦਾ ਇਹਨਾਂ ਨੇ ਉਹ ਲੈਂਦੇ ਆ ਵੀ ਟੈਕਸ ਤੁਹਾਡਾ ਦਿੱਤਾ ਹੋਵੇ, ਹੁਣ ਲੋਕ 5-5 ਸਾਲ ਦੇ ਟੈਕਸ ਦੇਈ ਜਾਣ, ਮਤਲਬ ਜ਼ਿਆਦਾ ਇਹ ਸਿਸਟਮ ਚੱਲਿਆ ਤੇ ਚੱਲੀ ਜਾਵੇ, ਲੋਟਰੀ 'ਚ ਉਹਨਾਂ ਦਾ ਨਾਂ ਨਾ ਆਵੇ, ਇਹ ਕਿੱਥੋਂ ਤੱਕ ਇਹ ਸਹੀ ਆ? ਇਸ ਤਰ੍ਹਾਂ ਕਿਉਂ ਨਹੀਂ ਕਰਦੇ ਵੀ ਇੰਨੇ ਕੇਸ ਲਵਾਂਗੇ, ਤੁਸੀਂ ਲਾਈਨ 'ਚ ਆ ਗਏ, ਇਸ ਵਾਰ ਤੁਹਾਡੀ ਮਰਜ਼ੀ ਮਦਦ ਆਪਣੇ ਵਾਰੀ ਆਈ ਨਹੀਂ, ਅਗਲੀ ਵਾਰ ਤੁਹਾਡੀ ਵਾਰੀ ਆਊ, ਇਹ ਇਹ ਉੱਠਦਾ ਬੁੱਧ ਡਿੱਗੇ ਨਾ ਡਿੱਗੇ ਇਹ ਤਾਂ ਲੰਮਾ ਕੰਮ ਨਹੀਂ ਹੈ ਜੀ। ਬਿਲਕੁਲ ਬਾਈ ਜੀ, ਇੱਕ ਚੀਜ਼ ਆਪਾਂ ਨੂੰ ਇਹ ਸਮਝਣੀ ਪਏਗੀ, ਜਿਹੜੀ ਇਨਕਮ ਦਾ ਇੱਕ ਬਾਰ ਰੱਖਿਆ ਹੋਇਆ ਸਰਕਾਰ ਨੇ ਉਹ ਉਹਦੇ ਵਿੱਚ ਇੰਟੈਂਸ਼ਨ ਵੀ ਰੱਖੀ ਹੋਈ ਹੈ। ਜੇ ਤੁਹਾਡਾ ਇੰਟੈਂਟ ਲੱਗਦਾ ਜਦੋਂ ਵੀ ਤੁਹਾਡੇ ਕੇਸ ਦੇ ਉੱਤੇ ਫੈਸਲਾ ਹੁੰਦਾ, ਇਹ ਧਾਰਾ 133 ਦੇ ਤਹਿਤ ਫੈਸਲਾ ਕੀਤਾ ਜਾਂਦਾ। ਜੇ ਤੁਸੀਂ ਇਨਕਮ ਨੂੰ ਮੀਟ ਨਾ ਕਰ ਪਾਓ ਤਾਂ ਤੁਸੀਂ ਧਾਰਾ 133(1) ਸਬਸੈਕਸ਼ਨ ਜੇ ਨੂੰ ਬ੍ਰੀਚ ਕਰ ਜਾਂਦੇ ਹੋ, 33(1) ਸਬਸੈਕਸ਼ਨ ਜੇ। ਬਹੁਤ ਐਪਲੀਕੇਸ਼ਨਾਂ ਰਿਫਿਊਜ਼ ਹੁੰਦੀਆਂ ਨੇ, ਨਾ ਉਹ ਜਿਹੜੀਆਂ ਐਪਲੀਕੇਸ਼ਨਾਂ ਰਿਫਿਊਜ਼ ਹੁੰਦੀਆਂ ਨੇ ਬਿਕੋਜ਼ ਆਫ ਲੈਕ ਆਫ ਇਨਕਮ, ਜਿਵੇਂ 3 ਸਾਲ ਦੀ ਇਨਕਮ ਜਿਹੜੀ ਹੈ ਇੱਕ ਬੇਸਿਕ ਕ੍ਰਾਈਟੀਰੀਆ ਹੈਗਾ, ਪਰ ਉਹ ਇਨਕਮ ਦੇ ਲੈਜਿਟ ਸੋਰਸਿਸ ਵੀ ਤੁਸੀਂ ਐਕਸਪਲੇਨ ਕਰਨੇ ਹੈ। ਇਹ ਨਹੀਂ ਹੈਗਾ ਵੀ ਤੁਸੀਂ ਨੋਟਿਸ ਆਫ ਅਸੈਸਮੈਂਟ ਸਪਲਾਈ ਕਰਤਾ ਤਾਂ ਫਿਰ ਉਹ ਇਨਫ ਐਵੀਡੈਂਸ ਹੈਗਾ ਤੁਹਾਡੀ ਇਨਕਮ ਸਾਬਤ ਕਰਨ ਦੇ ਲਈ, ਉਹ 1 ਆਫ ਦਾ ਐਵੀਡੈਂਸ ਹੈ। ਪਰ ਜੇ ਇਹ ਲੱਗਦਾ ਜਿਹੜਾ ਡਿਸੀਜਨ ਮੇਕਰ ਹੈ ਵੀ ਇਨਕਮ ਸਿਰਫ ਬੜਾਈ ਹੀ ਇਸ ਕਰਕੇ ਹੈ ਵੀ ਪੇਰੈਂਟਸ ਨੂੰ ਜਿਹੜੀ ਹੈ ਸਪੋਂਸਰਸ਼ਿਪ ਜਿਹੜੀ ਸਕਸੈਸਫੁਲ ਹੋ ਜਾਏ ਐਪਲੀਕੇਸ਼ਨ, ਔਰ ਇਹ ਹੋ ਸਕਦਾ ਵੀ ਇੰਡੀਵਿਜੁਅਲ ਜਦੋਂ ਵੀ ਪੇਰੈਂਟਸ ਕੈਨੇਡਾ ਦੇ ਵਿੱਚ ਆਉਣਗੇ ਤਾਂ ਇਨਕਮ ਨਹੀਂ ਬਣਾਊਗਾ, ਉਹ ਇੱਕ ਨੈਗੇਟਿਵ ਇਨਫਲੂਐਂਸ ਦੇਖਿਆ ਜਾਂਦਾ ਤੁਹਾਡੀ ਐਪਲੀਕੇਸ਼ਨ ਦੇ ਵਿੱਚ, ਉਹ ਨੈਗੇਟਿਵਲੀ ਇੰਪੈਕਟ ਕਰਦਾ। ਇਨਕਮ ਇੱਕ ਕ੍ਰਾਈਟੀਰੀਆ ਹੈਗਾ, ਯੈਸ ਉਹਨੂੰ ਮੀਟ ਕਰਨਾ ਪੈਂਦਾ ਪਰ ਤੁਹਾਡਾ ਇਰਾਦਾ ਵੀ ਜਿਹੜਾ ਹੈਗਾ ਜੱਜ ਕੀਤਾ ਜਾਂਦਾ। ਬਿਕੋਜ਼ ਪੁਰਾਣੇ ਸਮੇਂ ਦੇ ਵਿੱਚ ਜੇ ਤੁਹਾਨੂੰ ਯਾਦ ਹੋਊਗਾ ਬਈ ਜੀ, ਜਦੋਂ ਪੇਰੈਂਟਸ 2002 ਜੂਨ ਦੇ ਵਿੱਚ ਐਕਟ ਆਇਆ ਸੀ ਤਾਂ ਸਾਲ ਜਾਂ 1.5 ਸਾਲ ਦੇ ਵਿੱਚ ਪੇਰੈਂਟਸ ਕੈਨੇਡਾ ਲੈਂਡ ਕਰ ਜਾਂਦੇ ਸੀ, ਜਿੱਥੇ ਤੁਸੀਂ ਇਨਕਮ ਦੇ ਦੋਨਾਂ ਪ੍ਰੋਂਗ ਚੋਂ ਇੱਕ ਟੈਸਟ ਮੀਟ ਕਰ ਜਾਂਦੇ ਸੀ, ਚਾਹੇ ਤੁਸੀਂ ਲਾਸਟ 12 ਮਹੀਨੇ ਦੀ ਇਨਕਮ ਦਿਖਾ ਦਿਓ ਜਾਂ ਤੁਸੀਂ ਜਿਹੜਾ ਟੈਕਸ ਫਾਈਲ ਹੈ ਲੇਟੈਸਟ ਟੈਕਸ ਫਾਈਲ ਕੀਤਾ ਉਸ ਸਮੇਂ ਦੇ ਵਿੱਚ ਨੋਟਿਸ ਆਫ ਅਸੈਸਮੈਂਟ ਤੇ 150th ਲਾਈਨ ਤੇ ਜਿਹੜੀ ਇਨਕਮ ਹੈ ਉਹ ਸਾਬਿਤ ਕਰ ਦਿਓ ਤਾਂ ਤੁਹਾਡੇ ਪੇਰੈਂਟਸ ਨੂੰ ਆਉਣ ਦਿੱਤਾ ਜਾਏਗਾ। ਬਟ ਹੋਇਆ ਕਿ ਜਦੋਂ 2005 ਦੇ ਵਿੱਚ ਟਾਊਨ ਹਾਲ ਮੀਟਿੰਗਸ ਇਹ ਹੋਈਆਂ ਜਿੱਥੇ ਮਿਨਿਸਟਰ ਨੇ ਇਹ ਮੀਟਿੰਗਸ ਦੇ ਵਿੱਚ ਇਹ ਚੀਜ਼ ਸਾਹਮਣੇ ਆਈ ਵੀ ਜਿਹੜੇ ਪੇਰੈਂਟਸ ਨੇ ਉਹਨੂੰ ਇੱਕ ਬੈਕਡੋਰ ਐਂਟਰੀ ਇੱਕ ਪ੍ਰੋਸੈਸ ਦੇ ਰਾਹੀਂ ਵਰਤਿਆ ਜਾ ਰਿਹਾ ਵੀ ਇਨਕਮ ਜਿਹੜੀ ਹੈ ਇੰਡੀਵਿਜੁਅਲ ਦਿਖਾ ਦਿੰਦੇ ਨੇ, ਉਹ ਤੋਂ ਬਾਅਦ ਇਨਕਮ ਜਿਹੜੀ ਹੈ ਉਹ ਖਤਮ ਹੋ ਜਾਂਦੀ ਹੈ
ਖਾਸ ਕਰਕੇ ਜਿਹੜੇ ਸੈਲਫ ਇੰਪਲੋਇਡ ਜਿਹੜੇ ਇੰਡੀਵਿਜੁਅਲ ਨੇ, ਤੇ ਉਸ ਕਰਕੇ ਜਿਹੜੀ ਹੈ 3 ਸਾਲ ਦੀ ਇਨਕਮ ਰੱਖੀ ਗਈ ਸੀ, 3 ਸਾਲ ਨੂੰ ਵਧਾਇਆ ਗਿਆ ਸੀ ਇਸੇ ਕਰਕੇ ਕਿਉਂਕਿ ਉਹਨੂੰ ਰੇਂਜ ਨੂੰ ਵਧਾਇਆ ਜਾ ਸਕੇ, ਇੰਡੀਵਿਜੁਅਲ ਦੀ ਇੰਟੈਂਟ ਨੂੰ ਜੱਜ ਕੀਤਾ ਜਾ ਸਕੇ। ਜਦੋਂ 1 ਸਾਲ ਦੀ ਇਨਕਮ ਹੁੰਦੀ ਸੀ ਤਾਂ ਬਿਲਕੁਲ 1 ਸਾਲ ਦਾ ਹੀ ਤੁਹਾਡਾ ਜਿਹੜਾ ਫੇਜ਼ ਲਿਆ ਜਾਂਦਾ ਸੀ ਲਾਈਫ ਦਾ, ਹੁਣ ਤੁਹਾਡੇ 3 ਸਾਲ ਪਰਿਵਾਰ ਦੇ ਜਿਹੜੇ ਜਿਹੜੀ ਮਾਫ ਕਰਨਾ ਜੀ ਕੋ ਸਾਈਨਰ ਤੁਹਾਡੇ ਨਾਲ ਨੇ, ਤਾਂ ਸਪਾਊਸ ਦੀ ਇਨਕਮ ਤੇ ਤੁਹਾਡੀ ਇਨਕਮ ਜਾਂ ਕਾਮਨ ਲਾਅ ਪਾਰਟਨਰ ਦੀ ਇਨਕਮ 3 ਸਾਲ ਦੇਖੀ ਜਾਂਦੀ ਹੈ। ਉਹਦਾ ਜਿਹੜਾ ਟੈਸਟ ਫੇਜ਼ ਉਹਨੂੰ ਵਧਾਇਆ ਗਿਆ, ਇਹੀ ਕਾਰਨ ਹੈ ਵੀ ਹੁਣ 3 ਸਾਲ ਦੇਖੀ ਜਾਂਦੀ ਹੈ। ਔਰ ਯੈਸ ਯੂ ਆਰ ਰਾਈਟ, ਜਿੰਨੀ ਲੰਬੀ ਇਹ ਐਪਲੀਕੇਸ਼ਨ ਚੱਲੇਗੀ, ਕਿਉਂਕਿ ਲੋਟਰੀ ਤੋਂ ਬਾਅਦ ਵੀ ਇੱਕ ਵੇਟਿੰਗ ਟਾਈਮ ਹੈ, ਹੋ ਸਕਦਾ ਤੁਹਾਡੀ ਐਪਲੀਕੇਸ਼ਨ 2 ਜਾਂ 3 ਸਾਲ ਦਾ ਸਮਾਂ ਲੈ ਲੇ, ਤਾਂ ਤੁਹਾਨੂੰ ਉਹ ਉਹਨੇ ਸਮੇਂ ਦੇ ਲਈ ਇਨਕਮ ਨੂੰ ਜਿਹੜਾ ਮੇਨਟੇਨ ਰੱਖਣਾ ਪਏਗਾ। ਨਾਓ ਇਹਦੇ ਵਿੱਚ ਇੱਕ ਪ੍ਰੋਵੀਜ਼ਨ ਜ਼ਰੂਰ ਰੱਖਿਆ ਬਾਈ ਜੀ, ਜਦੋਂ ਤੁਸੀਂ ਪੇਰੈਂਟਸ ਦੀ ਐਪਲੀਕੇਸ਼ਨ ਫਾਈਲ ਕਰਦੇ ਹੋ, ਜੇ ਤੁਸੀਂ ਰਾਈਟ ਆਫ ਅਪੀਲ ਨਹੀਂ ਲਿਆ ਹੈਗਾ ਸੈਕਸ਼ਨ 63(1), ਇਹ ਤੁਹਾਡੇ ਕੋਲ ਇਮੀਗ੍ਰੇਸ਼ਨ ਐਕਟ ਦੇ ਅੰਦਰ, ਕਿਉਂਕਿ ਜਦੋਂ ਇਹ ਐਕਟ ਬਣਦਾ ਹੈਗਾ, ਜਦੋਂ ਕੋਈ ਰੂਲ ਬਣਦਾ ਹੈਗਾ, ਤਾਂ ਉਹਦੇ ਦੇਖਿਆ ਜਾਂਦਾ ਵੀ ਇਹਦੇ ਕੰਸੀਕੁਐਂਸਿਸ ਕੀ ਹੋ ਸਕਦੇ ਨੇ। 3 ਸਾਲ ਦਾ ਜਿਹੜਾ ਸਮਾਂ ਬਹੁਤ ਲੰਬਾ ਸਮਾਂ ਜੋ ਤੁਸੀਂ ਇਨਕਮ ਨੂੰ ਮੇਨਟੇਨ ਕਰਨਾ, ਔਰ ਉਸ ਤੋਂ ਬਾਅਦ ਕੰਟੀਨਿਊਸਲੀ ਤੁਸੀਂ ਮੇਨਟੇਨ ਕਰਨਾ ਜਦੋਂ ਤੱਕ ਤੁਹਾਡਾ ਡਿਸੀਜਨ ਨਹੀਂ ਆਉਂਦਾ। ਡਿਸੀਜਨ ਦਾ ਟਾਈਮ ਜਿਹੜਾ ਹੈਗਾ ਸਰਕਾਰ ਫਲਕਚੁਏਟ ਕਰਦੀ ਹੈ, ਪ੍ਰੋਮਿਸ ਕਰਦੀ ਹੈ 12 ਮਹੀਨੇ, ਪਰ ਲੱਗ ਜਾਂਦੇ ਨੇ 3 ਤੋਂ 4 ਸਾਲ। ਸੋ 7 ਤੋਂ 8 ਸਾਲ ਦਾ ਜਿਹੜਾ ਲੰਬਾ ਸਮਾਂ ਉਹ ਬਹੁਤ ਲੰਬਾ ਸਮਾਂ ਹੋਣ ਕਰਕੇ ਸਰਕਾਰ ਨੇ ਇੱਕ ਪ੍ਰੋਵੀਜ਼ਨ ਰੱਖੀ ਹੋਈ ਹੈ ਵੀ ਜਿਹੜੇ ਇੰਡੀਵਿਜੁਅਲ ਇਨਕਮ ਨਹੀਂ ਮੀਟ ਕਰ ਪਾਉਣਗੇ ਕਿਸੇ ਵੀ ਸਟੇਜ ਦੇ ਉੱਤੇ ਜਾਂ ਫੇਲ ਕਰ ਜਾਣਗੇ, ਤਾਂ ਉਹਨਾਂ ਲਈ ਇੱਕ ਬੈਕਡੋਰ ਐਂਟਰੀ ਰੱਖੀ ਜਾਵੇ। ਸੈਕਸ਼ਨ ਇਹ ਵੀ ਇਹਦਾ ਪ੍ਰੋਵੀਜ਼ਨ ਜਿਹੜਾ ਹੈਗਾ ਸੈਕਸ਼ਨ 65 'ਚ ਰੱਖਿਆ ਗਿਆ, ਜਿਹਦੇ ਵਿੱਚ ਤੁਸੀਂ ਮੈਂਬਰ ਆਫ ਦਾ ਫੈਮਿਲੀ ਕਲਾਸ ਸਾਬਤ ਕਰਨਾ, ਉਸ ਤੋਂ ਬਾਅਦ ਤੁਸੀਂ ਜੱਜ ਸਾਹਿਬ ਦੇ ਅੱਗੇ ਜਾ ਕੇ ਹਿਊਮੈਨਿਟੇਰੀਅਨ ਕੰਪੈਸ਼ਨੇਟ ਗਰਾਊਂਡਸ ਪਲੀਡ ਕਰਨੇ ਨੇ, ਜਿਹਦੇ ਵਿੱਚ ਤੁਹਾਡਾ ਜੱਜ ਸਾਹਿਬ ਦੇਖਦੇ ਨੇ ਵੀ ਐਕਸਟੈਂਟ ਆਫ ਬ੍ਰੀਚ ਕਿੰਨਾ ਕੁ ਹੋਇਆ, ਤੁਸੀਂ ਜੋਬ ਕਿਉਂ ਲੂਜ਼ ਕਰ ਗਏ। ਜਿਵੇਂ ਕੋਰੋਨਾ ਵਾਇਰਸ ਕਰਕੇ ਬਹੁਤ ਇੱਕ ਅਪਰੋਪਰੀਏਟ ਰੀਜ਼ਨ ਹੈਗਾ ਜਿਹਨੂੰ ਇਗਨੋਰ ਨਹੀਂ ਕੀਤਾ ਜਾਏਗਾ ਔਰ ਵੇਟ ਦਿੱਤਾ ਜਾਏਗਾ, ਤੇ ਤੁਸੀਂ ਜੋਬ ਲੂਜ਼ ਕਰ ਗਏ ਔਰ ਤੁਹਾਡੇ ਕੋਲ ਕੰਪੈਲਿੰਗ ਰੀਜ਼ਨ ਨੇ। ਇਹ ਨਹੀਂ ਹੈਗਾ ਵੀ ਤੁਸੀਂ ਖੁਦ ਜੋਬ ਰਿਜ਼ਾਈਨ ਕਰਕੇ ਘਰ ਬੈਠ ਗਏ ਹੋ ਤੇ ਵੈਲਫੇਅਰ ਜਾਂ ਕਿਸੇ ਕਿਸਮ ਦਾ ਕੋਈ ਸੋਸ਼ਲ ਬੈਨੀਫਿਟ ਲੈ ਰਹੇ ਹੋ, ਤਾਂ ਫਿਰ ਉਹਨੂੰ ਨੈਗੇਟਿਵਲੀ ਦੇਖਿਆ ਜਾਂਦਾ। ਪਰ ਜੇ ਕੋਈ ਇਹੋ ਜਿਹੇ ਕਾਰਨ ਬਣ ਜਾਂਦੇ ਨੇ ਜਿੱਥੇ ਤੁਹਾਨੂੰ ਲੇ ਆਫ ਹੋ ਗਿਆ, ਕੰਮ ਕਿਸੇ ਵੀ ਕਾਰਨ ਕਰਕੇ ਤੁਹਾਡਾ ਛੁੱਟ ਗਿਆ, ਇਨਕਮ ਤੁਸੀਂ ਨਹੀਂ ਮੀਟ ਕਰ ਪਾਏ, ਜੱਜ ਸਾਹਿਬ ਨੂੰ ਤੁਸੀਂ ਸਿਰਫ ਇਹ ਸਾਬਤ ਕਰਨਾ ਜਦੋਂ ਵੀ ਤੁਹਾਡੀ ਅਪੀਲ ਫਾਈਲ ਹੁੰਦੀ ਹੈ ਵੀ ਤੁਸੀਂ ਇਹ ਪ੍ਰੋਵੀਜ਼ਨ ਜਿਹੜਾ 133 ਦੇ ਅੰਦਰ ਹੈ, ਜਿਹੜੀ ਇਨਕਮ ਦੀ ਰਿਕੁਆਇਰਮੈਂਟ ਹੈ, ਤੁਸੀਂ ਮੀਟ ਕਰ ਪਾਓਗੇ ਔਰ ਤੁਹਾਡੀ ਐਪਲੀਕੇਸ਼ਨ ਨੂੰ ਦੁਬਾਰਾ ਬੈਕ ਔਨ ਟਰੈਕ ਲਿਆ ਦਿੱਤਾ ਜਾਂਦਾ। ਸੋ ਉਹ ਅਪੀਲ ਦਾ ਜਿਹੜਾ ਪ੍ਰੋਵੀਜ਼ਨ ਹੈ ਜ਼ਰੂਰ ਰੱਖਣਾ ਚਾਹੀਦਾ। ਜੇ ਤੁਸੀਂ ਅਪੀਲ ਦਾ ਰਾਈਟ ਨਹੀਂ ਲੈਂਦੇ ਤਾਂ ਬਿਲਕੁਲ ਤੁਹਾਡੀ ਐਪਲੀਕੇਸ਼ਨ ਜਿਹੜੀ ਹੈ ਬਿਲਕੁਲ ਫਸਟ ਸਟੇਜ ਦੇ ਉੱਤੇ ਜੇ ਰਿਫਿਊਜ਼ ਹੋ ਜਾਂਦੀ ਹੈ ਬਿਕੋਜ਼ ਆਫ ਲੈਕ ਆਫ ਇਨਕਮ ਜਾਂ ਕਿਸੇ ਵੀ ਕਾਰਨ ਕਰਕੇ, ਨੋਟ ਜਸਟ ਆਫ ਇਨਕਮ ਐਲੀਜੀਬਿਲਿਟੀ, ਤੁਸੀਂ ਕੋਈ ਵੀ ਕ੍ਰਾਈਟੀਰੀਆ ਫੇਲ ਕਰ ਜਾਂਦੇ ਹੋ, ਤਾਂ ਤੁਹਾਡੇ ਕੋਲ ਕੋਈ ਵੀ ਰਾਈਟ ਆਫ ਅਪੀਲ ਨਹੀਂ ਹੁੰਦਾ, ਤੁਹਾਡੀ ਐਪਲੀਕੇਸ਼ਨ ਪਰਮਨੈਂਟਲੀ ਬੰਦ ਹੋ ਜਾਂਦੀ। ਮਿੰਟ ਹੋਏ ਨੇ, ਅਮਨ ਖਹਿਰਾ ਜੀ ਮੇਰੇ ਨਾਲ ਨੇ, ਕੋਈ ਤੁਹਾਡਾ ਸਵਾਲ ਹੋਵੇ। ਇੱਕ ਸਵਾਲ ਹੈ ਜੀ ਕਿ ਇਹਨਾਂ ਦਿਨਾਂ ਦੇ ਵਿੱਚ ਭਾਰਤ ਤੋਂ ਜਿਨ੍ਹਾਂ ਨੇ ਆਉਣਾ ਹੈ ਵਰਕ ਪਰਮਿਟ ਵਾਲੇ ਪਰਿਵਾਰਾਂ ਨੂੰ ਸੱਦ ਰਹੇ ਨੇ, ਉਹਨਾਂ ਨੂੰ ਮੁਸ਼ਕਲ ਆ ਰਹੀ ਹੈ ਕਿ ਉਹ ਉਹਨਾਂ ਨੂੰ ਜੇ ਤਾਂ ਅਸੈਂਸ਼ੀਅਲ ਜੋਬਸ ਕੋਈ ਕਰਨੀ ਹੈ ਫਿਰ ਤਾਂ ਉਹਨਾਂ ਨੂੰ ਸੱਦਿਆ ਜਾ ਸਕਦਾ। ਕੋਈ ਪਰਮਿਸ਼ਨ IRCC ਤੋਂ ਲੈਣੀ ਪੈਂਦੀ ਹੈ ਜੀ, ਉਹ ਪਰਮਿਸ਼ਨ ਮਿਲ ਨਹੀਂ ਰਹੀ, ਉਹਦੇ ਬਾਰੇ ਸਮਝਾਓਗੇ ਜੀ, ਉਹ ਇਸ਼ੂ ਕੀ ਹੈ? ਜੀ ਬਿਲਕੁਲ ਬਾਈ ਜੀ, ਜਿਹੜੇ ਵੀ ਕਿਉਂਕਿ ਟਰੈਵਲ ਰੈਸਟ੍ਰਿਕਸ਼ਨ ਜਿਹੜੀ ਕੱਲ ਖੁੱਲ ਜਾਣੀਆਂ ਸੀ, ਬਟ ਹੁਣ ਉਹਨੂੰ ਫਿਰ ਐਕਸਟੈਂਡ ਕਰਤਾ ਫੋਰ ਅਨਦਰ 30 ਡੇਜ਼, ਹੁਣ ਐਂਡ ਆਫ ਸਪਟੰਬਰ ਤੱਕ ਜਿਹੜਾ ਇਹ ਟਰੈਵਲ ਰੈਸਟ੍ਰਿਕਸ਼ਨ ਲਾਗੂ ਰਹਿਣਗੀਆਂ। ਬਟ ਇਹਦੇ ਟਰੈਵਲ ਰੈਸਟ੍ਰਿਕਸ਼ਨ ਦੇ ਵਿੱਚ ਸਰਕਾਰ ਨੇ ਬਹੁਤ ਸਾਰੀਆਂ ਐਗਜ਼ੈਂਪਸ਼ਨਸ ਰੱਖੀਆਂ ਸੀ, ਜਿੱਥੇ ਵਰਕ ਪਰਮਿਟ ਹੋਲਡਰਸ ਤੇ ਉਹਨਾਂ ਦੇ ਪਰਿਵਾਰ ਦੇ ਮੈਂਬਰ ਜਿਹੜੇ ਨੇ ਉਹ ਕੈਨੇਡਾ ਦੇ ਵਿੱਚ ਆ ਸਕਦੇ ਨੇ, ਰੀਯੂਨਾਈਟ ਹੋ ਸਕਦੇ ਨੇ। ਨਾ ਇਹਦੇ ਵਿੱਚ ਇੱਕ ਜਿਹੜੀ ਸਭ ਤੋਂ ਬੜੀ ਹਰਡਲ ਸੀਗੀ, ਪੁਰਾਣੇ ਸਮੇਂ ਦੇ ਵਿੱਚ ਏਅਰਲਾਈਨਸ ਦੇ ਜ਼ਿੰਮੇਵਾਰੀ ਰੱਖੀ ਗਈ ਸੀ ਵੀ ਉਹ ਟੈਸਟ ਕਰਨ ਵੀ ਕੌਣ ਬੰਦਾ ਐਗਜ਼ੈਂਪਸ਼ਨ ਦੇ ਥੱਲੇ ਆਉਂਦਾ, ਕੌਣ ਬੰਦਾ ਅਲਾਊਡ ਹੈ ਕੈਨੇਡਾ ਐਂਟਰ ਕਰਨਾ। ਨਾ ਉਹਦੇ ਵਿੱਚ ਏਅਰਲਾਈਨਸ ਲਈ ਬਹੁਤ ਮੁਸ਼ਕਿਲ ਹੋਈ ਸੀ, ਉਦੋਂ ਇਹ ਬਹੁਤ ਬੜਾ ਇੱਕ ਕਿਓਸ ਹੋਇਆ ਸੀ, ਜਿੱਥੇ ਕਾਫੀ ਇੰਡੀਵਿਜੁਅਲਸ ਕੁਆਲੀਫਾਈ ਕਰਦੇ ਸੀ ਕੈਨੇਡਾ ਆਉਣ ਦੇ ਲਈ, ਪਰ ਏਅਰਲਾਈਨਸ ਨੇ ਕਿਉਂਕਿ ਬਹੁਤ ਹੈਵੀ ਜੁਰਮਾਨਾ ਸਰਕਾਰ ਵੱਲੋਂ ਲਾਇਆ ਜਾਂਦਾ ਸੀ ਏਅਰਲਾਈਨ ਦੇ ਉੱਤੇ, ਇਸ ਕਰਕੇ ਏਅਰਲਾਈਨ ਕੰਪਨੀਜ਼ ਨੇ ਜਿਹੜੀ ਉਹਨਾਂ ਦਾ ਪ੍ਰੋਸੈਸ ਸੀਗਾ
ਵੈਰੀਫਾਈ ਕਰਨ ਦਾ ਉਹ ਬਹੁਤ ਸਖਤ ਰੱਖਿਆ ਹੋਇਆ ਸੀ ਤੇ ਉਹ ਬਿਲਕੁਲ ਕੋਈ ਰਿਸਕ ਨਹੀਂ ਲੈਂਦੇ ਸੀ ਔਰ ਉਹ ਨਾ ਕਰਨਾ ਪਸੰਦ ਕਰਦੇ ਸੀ ਕਿਸੇ ਟਰੈਵਲਰ ਨੂੰ ਵੀ ਕੈਨੇਡਾ ਦੇ ਵਿੱਚ ਉਹਨੂੰ ਅਲਾਊਡ ਨਹੀਂ ਹੈ ਤੇ ਉਸ ਕਰਕੇ ਉਹ ਮਨਾ ਕਰ ਦਿੰਦੇ ਸੀ ਔਰ ਐਂਟਰੀ ਜਿਹੜੀ ਉਹ ਨਹੀਂ ਹੋ ਪਾਉਂਦੀ ਸੀ ਤੇ ਹੁਣ ਸਰਕਾਰ ਨੇ ਫਿਰ ਇਹਨੂੰ ਇਹਦੇ ਬਦਲ ਲੱਭਿਆ ਤੇ ਸਰਕਾਰ ਨੇ ਜ਼ਿੰਮੇਵਾਰੀ ਇਹ ਖੁਦ ਚੱਕੀ ਸੋ ਸਰਕਾਰ ਨੇ ਕਿਹਾ ਵੀ ਤੁਸੀਂ ਐਗਜ਼ੈਂਪਸ਼ਨ ਥੱਲੇ ਆਉਂਦੇ ਹੋ ਯੈਸ ਤੁਸੀਂ ਕੈਨੇਡਾ ਦੇ ਵਿੱਚ ਆ ਸਕਦੇ ਹੋ ਜਿਹੜੇ ਵਰਕ ਪਰਮਿਟ ਹੋਲਡਰਸ ਨੇ ਐਗਜ਼ੈਂਪਸ਼ਨ ਥੱਲੇ ਆਉਂਦੇ ਨੇ ਤੇ ਕੈਨੇਡਾ ਆ ਸਕਦੇ ਨੇ ਪਰ ਇਹਦੇ ਨਾਲ ਥੋੜੀਆਂ ਫਾਈਨ ਲਾਈਨਸ ਵੀ ਰੱਖਤੀਆਂ ਕਾਫੀ ਹੈ ਜਿਹੜੇ ਇੰਡੀਵਿਜੂਅਲਸ ਨੇ ਜਿਹੜੇ ਵਰਕ ਪਰਮਿਟ ਹੋਲਡਰਸ ਨੇ ਵਰਕ ਪਰਮਿਟ ਉਹਨਾਂ ਦੇ ਕੋਲ ਹੈਗੇ ਆ ਖਾਸ ਕਰਕੇ ਜਿਹੜੇ ਇੰਪਲੋਇਰ ਸਪੈਸੀਫਿਕ ਵਰਕ ਪਰਮਿਟ ਹੈ ਜੇ ਉਹਨਾਂ ਦਾ ਬਿਜ਼ਨਸ ਬੰਦ ਹੋ ਗਿਆ ਉਹ ਇੱਕ ਬਹੁਤ ਬੜਾ ਇਸ਼ੂ ਰਹਿੰਦਾ ਵੀ ਬਿਜ਼ਨਸ ਜੇ ਬੰਦ ਹੋ ਗਿਆ ਈਵਨ ਦੋ ਸਰਕਾਰ ਨੇ ਪ੍ਰੋਵਿਜ਼ਨ ਦੇ ਵਿੱਚ ਰੱਖਿਆ ਹੋਇਆ ਵੀ ਤੁਹਾਨੂੰ ਜੋਬ ਆਫਰ ਦੀ ਜਾਂ ਕਰੰਟ ਜੋਬ ਆਫਰ ਦੀ ਜ਼ਰੂਰਤ ਨਹੀਂ ਹੈ ਤੁਸੀਂ ਰੀਐਂਟਰ ਕਰ ਸਕਦੇ ਹੋ ਕੈਨੇਡਾ ਦੇ ਵਿੱਚ ਪਰ ਆਫੀਸਰਸ ਵੱਲੋਂ ਇਹ ਚੀਜ਼ ਪੋਰਟ ਆਫ ਐਂਟਰੀ ਤੇ ਦੇਖੀ ਜਾਂਦੀ ਹੈ ਵੀ ਕੀ ਤੁਹਾਡਾ ਬਿਜ਼ਨਸ ਜਿਹੜਾ ਹੈਗਾ ਓਪਰੇਸ਼ਨ ਹੈ ਜਾਂ ਉਹ ਬੰਦ ਹੋ ਗਿਆ ਜਾਂ ਕਿਸੇ ਕੋਰੋਨਾ ਵਾਇਰਸ ਕਰਕੇ ਟੈਂਪਰੇਰੀਲੀ ਉਹਨੂੰ ਬੰਦ ਕੀਤਾ ਗਿਆ ਸੋ ਇਸ ਕਰਕੇ ਜੇ ਬਿਜ਼ਨਸ ਬੰਦ ਹੈ ਤਾਂ ਫਿਰ ਫੋਰਨ ਵਰਕਰ ਦੀ ਕੈਨੇਡਾ ਦੇ ਵਿੱਚ ਜ਼ਰੂਰਤ ਹੀ ਨਹੀਂ ਹੈ ਜੇ ਬਿਜ਼ਨਸ ਹੀ ਬੰਦ ਹੈ ਸੋ ਇਸ ਕਰਕੇ ਜਿਹੜਾ ਉਹਨਾਂ ਦੀ ਐਂਟਰੀ ਜਿਹੜੀ ਆ ਉਹ ਨਹੀਂ ਕੀਤੀ ਜਾਂਦੀ ਨਾ ਜਦੋਂ ਵੀ ਤੁਸੀਂ ਪਰਮਿਸ਼ਨ ਸੀਕ ਕਰਨੀ ਹੈ ਸਭ ਤੋਂ ਪਹਿਲਾਂ ਤੁਸੀਂ ਇਹ ਲੈਟਰ ਆਫ ਆਥੋਰਾਈਜੇਸ਼ਨ ਲੈਣਾ ਹੈਗਾ ਈਮੇਲ ਦੇ ਰਾਹੀਂ ਇਹ ਤੁਸੀਂ ਜਿਹੜੀ ਆਪਣੀ ਰਿਕੁਐਸਟ ਪਾਉਣੀ ਹੈਗੀ ਈਮੇਲ ਸਾਡੇ ਆਫਿਸ ਤੋਂ ਵੀ ਲਈ ਜਾ ਸਕਦੀ ਹੈ ਤੋ ਜਦੋਂ ਤੁਸੀਂ ਰਿਕੁਐਸਟ ਕਰਦੇ ਹੋ ਤਾਂ ਸਭ ਤੋਂ ਪਹਿਲਾਂ ਤੁਹਾਨੂੰ ਸਾਬਤ ਕਰਨਾ ਵੀ ਤੁਹਾਡਾ ਆਉਣ ਦਾ ਜਿਹੜਾ ਪਲਾਨ ਹੈਗਾ ਉਹ 15 ਦਿਨ ਤੋਂ ਜ਼ਿਆਦਾ ਦਾ ਪਲਾਨ ਹੈ ਕਿਸੇ ਵੀ ਕੈਟਾਗਰੀ ਜਿਹੜੀ ਈਵਨ ਐਗਜ਼ੈਂਪਟਡ ਹੈ ਮਾਫ ਕਰਨਾ ਜਿਹੜੀ ਟਰੈਵਲ ਰਿਸਟ੍ਰਿਕਸ਼ਨ ਤੇ ਥੱਲੇ ਨਹੀਂ ਆਉਂਦੀ ਬੰਦਾ ਕੈਨੇਡਾ ਵਿੱਚ ਆ ਸਕਦਾ ਉਹਨੂੰ ਵੀ ਇਹ ਸਾਬਤ ਕਰਨਾ ਪੈਂਦਾ ਅਪਾਰਟ ਫਰੋਮ ਸਿਟੀਜ਼ਨ ਉਹਨੂੰ ਵੀ ਇਹ ਸਾਬਤ ਕਰਨਾ ਪੈਂਦਾ ਵੀ ਕੈਨੇਡਾ ਆਉਣ ਦਾ ਲੌਂਗ ਟਰਮ ਪਲਾਨ ਹੈ ਸੈਕਿੰਡ ਜਿਹੜਾ ਹੈਗਾ ਉਹਨੂੰ ਕੁਆਰੰਟੀਨ ਪਲਾਨ ਦੇਣਾ ਪੈਂਦਾ ਵੀ ਉਹ ਆ ਕੇ ਕਿੱਥੇ ਰਹੇਗਾ ਕਿਵੇਂ ਆਪਣੇ ਆਪ ਨੂੰ ਸੈਲਫ ਆਈਸੋਲੇਟ ਜਾਂ ਕੁਆਰੰਟਾਈਨ ਕਰੇਗਾ ਥਰਡ ਜਿਹੜੀ ਚੀਜ਼ ਦੇਖੀ ਜਾਂਦੀ ਹੈ ਵੀ ਜੇ ਉਹ ਇੰਪਲੋਇਰ ਸਪੈਸੀਫਿਕ ਵਰਕ ਪਰਮਿਟ ਹੈ ਔਰ ਖਾਸ ਕਰਕੇ ਜੇ ਓਪਨ ਵਰਕ ਪਰਮਿਟ ਹੋਲਡਰ ਹੈ ਤਾਂ ਉਹਨਾਂ ਦੀ ਇੱਥੇ ਜੋਬ ਦੀ ਪ੍ਰੋਵਿਜ਼ਨ ਹੈ ਜਾਂ ਨਹੀਂ ਹੈ ਉਹਨਾਂ ਕੋਲ ਕੋਈ ਅਵੇਲੇਬਲ ਪੋਜੀਸ਼ਨ ਹੈ ਔਰ ਕੀ ਉਹ ਪੋਜੀਸ਼ਨ ਦੇ ਵਿੱਚ ਸਟਿਲ ਜੋਬ ਦੀ ਅਵੇਲੇਬਿਲਿਟੀ ਹੈ ਸੈਕਿੰਡ ਚੀਜ਼ ਇਹ ਦੇਖੀ ਜਾਏਗੀ ਜੇ ਬਿਜ਼ਨਸ ਇਸ ਨੂੰ ਸੈਟਿਸਫਾਈ ਕਰਨ ਲਈ ਤੁਹਾਨੂੰ ਇੰਪਲੋਇਰ ਤੋਂ ਜਿਹੜਾ ਹੈਗਾ ਅਪਡੇਟਡ ਜੋਬ ਲੈਟਰ ਜਿਹੜਾ ਹੈਗਾ ਹਾਸਲ ਕਰਨਾ ਪੈਂਦਾ ਨਾ ਇਹ ਡਿਫਰੈਂਟ ਵੀਜ਼ਾ ਪੋਸਟ ਤੇ ਯੈਸ ਯੂ ਰਾਈਟ ਬਾਈ ਜੀ ਜਿਵੇਂ ਫਰਜ਼ ਕੀਤਾ ਚਾਰ ਡਿਫਰੈਂਟ ਏਅਰਪੋਰਟਸ ਨੇ ਜਿੱਥੇ ਕੈਨੇਡਾ ਦੇ ਵਿੱਚ ਫੋਰਨਰ ਜਿਹੜੇ ਨੇ ਲੈਂਡ ਕਰਦੇ ਨੇ ਡਿਫਰੈਂਟ ਏਅਰਪੋਰਟ ਤੇ ਡਿਫਰੈਂਟ ਤਰ੍ਹਾਂ ਦੇ ਪ੍ਰੋਸੈਸ ਯੂਜ਼ ਕੀਤੇ ਜਾਂਦੇ ਨੇ ਇਹੋ ਜਿਹੇ ਵੀ ਇੰਡੀਵਿਜੁਅਲਸ ਨੇ ਜਿਹੜੇ ਕਹਿੰਦੇ ਨੇ ਵੀ ਅਸੀਂ ਬਿਨਾਂ ਆਥੋਰਾਈਜੇਸ਼ਨ ਤੋਂ ਕੈਨੇਡਾ ਦੇ ਵਿੱਚ ਲੈਂਡ ਹੋ ਗਏ ਸਾਨੂੰ ਕੋਈ ਪ੍ਰੋਬਲਮ ਨਹੀਂ ਆਈ ਖਾਸ ਕਰਕੇ ਕੈਲਗਰੀ ਏਅਰਪੋਰਟ ਦੇ ਉੱਤੇ ਸੋ ਬਟ ਕਾਫੀ ਇੰਡੀਵਿਜੁਅਲਸ ਨੇ ਜਿਹੜੇ ਕੈਨੇਡਾ ਲੈਂਡ ਕਰਦੇ ਨੇ ਤੇ ਇੱਥੋਂ ਉਹਨਾਂ ਨੂੰ ਵਾਪਸ ਕੀਤਾ ਜਾਂਦਾ ਕਈ ਦਫਾ ਇਹ ਕਰਿਆ ਜਾਂਦਾ ਵੀ ਜੇ ਇੰਪਲੋਇਰ ਤੋਂ ਕਨਫਰਮੇਸ਼ਨ ਨਹੀਂ ਹੋ ਰਹੀ ਜਾਂ ਉਹਨਾਂ ਦੇ ਕੋਲ ਕੋਈ ਕੁਆਰੰਟਾਈਨ ਪਲਾਨ ਨਹੀਂ ਹੈਗਾ ਜਾਂ ਉਹਨਾਂ ਨੂੰ ਲੱਗਦਾ ਵੀ ਇੰਡੀਵਿਜੁਅਲ ਜੇ ਕੈਨੇਡਾ ਆਏਗਾ ਤਾਂ ਫਿਰ ਕੈਨੇਡੀਅਨਸ ਦੀ ਹੈਲਥ ਦੇ ਉੱਤੇ ਡਾਇਰੈਕਟਲੀ ਇੰਪੈਕਟ ਪਏਗਾ ਨੈਗੇਟਿਵ ਇੰਪੈਕਟ ਪਏਗਾ ਤਾਂ ਫਿਰ ਉਹ ਐਂਟਰੀ ਤੁਹਾਡੀ ਜਿਹੜੀ ਹੈ ਉਹ ਬੈਨ ਕੀਤੀ ਜਾ ਸਕਦੀ ਹੈ ਨਾ ਜਦੋਂ ਵੀ ਤੁਸੀਂ ਕੈਨੇਡਾ ਬਾਰਡਰ ਦੇ ਉੱਤੇ ਆਉਣਾ ਪਏ ਜੀ ਇਹ ਚੀਜ਼ ਤੁਹਾਡੇ ਕੋਲ ਆਥੋਰਾਈਜੇਸ਼ਨ ਹੈਗੀ ਹੈ ਦੈਨ ਦੇਰ ਇਜ਼ ਨੋ ਪ੍ਰੋਬਲਮ ਤੁਸੀਂ ਬਹੁਤ ਸੌਖੇ ਤਰੀਕੇ ਨਾਲ ਕੈਨੇਡਾ ਦੇ ਵਿੱਚ ਐਂਟਰ ਕਰ ਸਕਦੇ ਹੋ ਸੈਕਿੰਡ ਮੈਂ ਕਿਉਂਕਿ ਆਪਾਂ ਐਂਟਰੀ ਦੀ ਗੱਲ ਕਰ ਰਹੇ ਸੀ ਇਹੋ ਜਿਹੇ ਕੇਸਿਸ ਵੀ ਸਾਡੇ ਕੋਲ ਆਉਂਦੇ ਨੇ ਬਈ ਜੀ ਜਿਹੜੇ ਕਿਉਂਕਿ ਜਦੋਂ ਵੀ ਜਿਹੜਾ ਸੀ ਬੀ ਐਸ ਏ ਆਫਿਸਰ ਹੈ ਉਹ ਇੱਕ ਗਵਰਨਿੰਗ ਬਾਡੀ ਜਿਹੜੀ ਕੰਟਰੋਲ ਕਰਦੀ ਹੈ ਇਨਫੋਰਸਮੈਂਟ ਹੈਗੀ ਹੈ ਬਾਡੀ ਜਿਹੜੀ ਇਨਫੋਰਸਮੈਂਟ ਕਰਦੀ ਹੈ ਕੋਈ ਇੰਡੀਵਿਜੁਅਲ ਜਿਹੜਾ ਕੈਨੇਡਾ ਦੇ ਵਿੱਚ ਮੌਜੂਦ ਨਹੀਂ ਹੋਣਾ ਚਾਹੀਦਾ ਸੀ ਤਾਂ ਉਹਨਾਂ ਦੀ ਐਂਟਰੀ ਜਿਹੜੀ ਉਹਨੂੰ ਬਾਹਰ ਕਰਦੀ ਹੈ ਨਾ ਇਸ ਸਟੇਜ ਦੇ ਉੱਤੇ ਉਹ ਇੱਕ ਹੋਰ ਵੀ ਐਕਟ ਨੂੰ ਗਵਰਨ ਕਰਦੇ ਨੇ ਜਿਹੜਾ ਕਿ ਕਸਟਮਸ ਐਕਟ ਹੈ ਜਿਹੜਾ ਕਿ ਸੇਮ ਆਫਿਸਰ ਦੇ ਕੋਲ ਹੀ ਪ੍ਰੋਵਿਜ਼ਨ ਰੱਖਿਆ ਹੋਇਆ ਉਹ ਕਸਟਮ ਐਕਟਸ ਵੀ ਤੁਹਾਡੇ ਤੇ ਅਪਲਾਈ ਕਰਦਾ ਅਪਾਰਟ ਫਰੋਮ ਇਮੀਗ੍ਰੇਸ਼ਨ ਰਿਫਿਊਜੀ ਪ੍ਰੋਟੈਕਸ਼ਨ ਐਕਟ ਕਸਟਮਸ ਐਕਟ ਦੇ ਅੰਦਰ ਆਫਿਸਰ ਕੋਲ ਜਿਹੜੀ ਡਿਸਕ੍ਰੇਸ਼ਨ ਹੈ ਬਹੁਤ ਵੱਡੀ ਡਿਸਕ੍ਰੇਸ਼ਨ ਹੈ ਜਿਹਦੇ ਵਿੱਚ ਉਹ ਇਲੈਕਟ੍ਰੋਨਿਕ ਗੁੱਡਸ ਨੂੰ ਸਰਚ ਕਰ ਸਕਦਾ ਇਲੈਕਟ੍ਰੋਨਿਕ ਗੁੱਡਸ ਤੋਂ ਭਾਵ ਹੈ ਜਿਹੜੀ ਤੁਹਾਡਾ ਸੈੱਲ ਫੋਨ ਹੈ ਜਾਂ ਤੁਹਾਡਾ ਲੈਪਟਾਪ ਹੈ ਇਹਦੀ ਸਰਚ ਕੀਤੀ ਜਾ ਸਕਦੀ ਹੈ ਇਹ ਜਿਹੜੀ ਡਿਸਕ੍ਰਿਪਸ਼ਨ ਹੈ ਆਫਿਸਰ ਦੇ ਕੋਲ ਉਹ ਡਿਸਕ੍ਰਿਪਸ਼ਨ ਨੂੰ ਯੂਜ਼ ਕਰ ਸਕਦੇ ਤੁਹਾਨੂੰ ਪਾਸਵਰਡ ਜਿਹੜਾ ਹੈਗਾ ਉਹ ਦੇਣਾ ਪੈਂਦਾ ਤਾਂ ਕਿ ਉਹ ਐਕਸੈਸ ਕਰ ਸਕੇ ਜੇ ਪਾਸਵਰਡ ਤੁਸੀਂ ਨਹੀਂ ਪਾਸਵਰਡ ਨਹੀਂ ਦਿੰਦੇ ਹੈਗੇ ਤਾਂ ਤੁਸੀਂ ਉਹਨੂੰ ਜਿਹੜਾ ਕੋਆਪਰੇਟ ਨਹੀਂ ਕਰ ਰਹੇ ਤੇ ਉੱਥੋਂ ਲੈਕ ਆਫ ਕੋਆਪਰੇਸ਼ਨ ਕਰਕੇ ਤੁਹਾਡੀ ਜਿਹੜੀ ਐਂਟਰੀ ਹੈ ਸਟਿਲ ਬੈਨ ਹੋ ਸਕਦੀ ਹੈ ਜਾਂ ਤੁਹਾਨੂੰ ਰੋਕਿਆ ਜਾ ਸਕਦਾ ਡਿਟੇਨ ਕੀਤਾ ਜਾ ਸਕਦਾ ਜੇ ਤੁਸੀਂ ਫਲਾਈਟ ਰਿਸਕ ਤੇ ਹੋ ਤਾਂ ਜਦੋਂ ਵੀ ਤੁਸੀਂ ਆਪਣਾ ਸੈੱਲ ਫੋਨ ਲੈ ਕੇ ਆਉਂਦੇ ਹੋ ਜੇ ਈਵਨ ਦੋ ਤੁਸੀਂ ਮੈਸੇਜਿਸ ਵੀ ਡਿਲੀਟ ਕਰਦੇ ਹੋ ਆਪਣੇ ਸੈੱਲ ਫੋਨ ਤੋਂ ਉਹ ਮੈਸੇਜਿਸ
ਬਿਕੋਜ਼ ਦੇ ਹੈਵ ਅ ਵੈਰੀ ਕਿਉਂਕਿ ਇੱਕ ਨੈਸ਼ਨਲ ਸਿਕਿਉਰਿਟੀ ਦਾ ਮਾਮਲਾ ਹੈ ਤੇ ਬਹੁਤ ਸਫੈਸਟੀਕੇਟਿਡ ਸੋਫਟਵੇਅਰ ਹੁੰਦੇ ਨੇ ਜਿਹੜੇ ਤੁਹਾਡੇ ਡਿਲੀਟਿਡ ਮੈਸੇਜਿਸ ਨੂੰ ਦੁਬਾਰਾ ਜਿਹੜਾ ਹੈਗਾ ਰਿਟਰੀਵ ਕਰ ਲੈਂਦੇ ਨੇ ਤੋ ਜਿਹੜੀ ਵੀ ਇਨਫੋਰਮੇਸ਼ਨ ਤੁਸੀਂ ਡਿਲੀਟ ਕੀਤੀ ਉਹ ਦੁਬਾਰਾ ਫਿਰ ਜਿਹੜੀ ਹੈ ਨਿਕਲ ਸਕਦੀ ਹੈ ਸੈੱਲ ਫੋਨ ਦੇ ਉੱਤੋਂ ਜਾਂ ਲੈਪਟਾਪ ਦੇ ਉੱਤੋਂ ਸੋ ਇਸ ਕਰਕੇ ਕੋਈ ਵੀ ਇਹੋ ਜਿਹਾ ਇਨਫੋਰਮੇਸ਼ਨ ਜਿਹੜੀ ਤੁਹਾਡੇ ਕੇਸ ਜਾਂ ਤੁਹਾਡੀ ਐਂਟਰੀ ਨੂੰ ਖਤਰੇ 'ਚ ਪਾ ਸਕਦੀ ਹੈ ਈਵਨ ਇੱਥੋਂ ਤੱਕ ਵੀ ਸੁਣਿਆ ਗਿਆ ਜਿਹੜੇ ਨਿਊਜ਼ ਦੇ ਵਿੱਚ ਵੀ ਇਹ ਚੀਜ਼ਾਂ ਆਈਆਂ ਨੇ ਜਿੱਥੇ ਵਟਸਐਪ ਮੈਸੇਜਿਸ ਨੇ ਜਾਂ ਫੋਰ ਐਗਜ਼ਾਮਪਲ ਚਾਈਲਡ ਪ੍ਰੋਨੋਗ੍ਰਾਫੀ ਹੈ ਉਹ ਬੜਾ ਕ੍ਰਾਈਮ ਹੈ ਕੈਨੇਡਾ ਦੇ ਵਿੱਚ ਵਰਲਡ ਓਵਰ ਹੀ ਹੈ ਖੈਰ ਕੈਨੇਡਾ ਦੇ ਵਿੱਚ ਉਹਨੂੰ ਬਹੁਤ ਸਖਤੀ ਨਾਲ ਲਿਆ ਜਾਂਦਾ ਕੋਈ ਵੀਡੀਓਜ਼ ਇਹੋ ਜਿਹੀਆਂ ਐਕਸਚੇਂਜ ਕੀਤੀਆਂ ਹੋਈਆਂ ਨੇ ਈਵਨ ਉਹ ਤੁਹਾਡੇ ਫਰੈਂਡ ਨੇ ਮਜ਼ਾਕ ਦੇ ਤੌਰ ਤੇ ਕੋਈ ਤੁਹਾਨੂੰ ਇਹੋ ਜਿਹੀ ਇਨਫੋਰਮੇਸ਼ਨ ਭੇਜੀ ਹੋਈ ਹੈ ਉਹ ਤੁਹਾਡੀ ਐਂਟਰੀ ਨੂੰ ਬਾਰ ਕਰ ਸਕਦੀ ਹੈ ਔਰ ਤੁਸੀਂ ਨਾਟ ਓਨਲੀ ਸਿਰਫ ਬਾਰ ਕੀਤਾ ਜਾਂਦਾ ਤੁਹਾਨੂੰ ਜਿਹੜੇ ਆਰਡਰਸ ਨੇ ਐਕਸਕਲੂਜਨ ਆਰਡਰ ਜਾਂ ਰਿਮੂਵਲ ਆਰਡਰ ਕਾਫੀ ਸਖਤ ਦਿੱਤੇ ਜਾ ਸਕਦੇ ਨੇ ਜਿੱਥੇ ਤੁਹਾਨੂੰ ਕੈਨੇਡਾ ਲਈ ਕਾਫੀ ਲੰਬੇ ਸਮੇਂ ਲਈ ਬਾਰ ਕੀਤਾ ਜਾ ਸਕਦਾ ਸੋ ਇਹ ਚੀਜ਼ਾਂ ਪਲੀਜ਼ ਖਾਸ ਖਿਆਲ ਰੱਖਿਆ ਕਰੋ ਜਦੋਂ ਤੁਸੀਂ ਕੈਨੇਡਾ ਐਂਟਰ ਕਰਦੇ ਹੋ ਤੁਸੀਂ ਕੋਈ ਇਨਫੋਰਮੇਸ਼ਨ ਨਹੀਂ ਜੀ ਆਪਣੇ ਲੈਪਟਾਪ 'ਚ ਜਾਂ ਸੈੱਲ ਫੋਨ 'ਚ ਨਾ ਲੈ ਕੇ ਆਓ ਪ੍ਰੈਫਰ ਕਰੋ ਨਾ ਹੀ ਟਰੈਵਲ ਕਰੋ ਫਿਰ ਉਹਦੇ ਨਾਲ ਜਿਹੜੀ ਤੁਹਾਡੀ ਐਂਟਰੀ ਦੇ ਉੱਤੇ ਇਹ ਕੁਐਸਚਨ ਮਾਰਕ ਖੜਾ ਕਰਦੇ ਜਾਂ ਤੁਹਾਡੀ ਐਂਟਰੀ ਦੇ ਉੱਤੇ ਬਾਹਰ ਲੱਗ ਜਾਏ ਅੱਛਾ ਜੀ ਦੋ ਸਵਾਲ ਇੱਕ ਪਹਿਲਾ ਸਮਾਂ ਮੇਰਾ ਨੇੜੇ ਚਲੇ ਗਿਆ ਤੁਸੀਂ ਇੱਕ ਦੱਸ ਦਿਓ ਕਿ ਵਿਜ਼ਟਰ ਹੁਣ ਆ ਸਕਦੇ ਨੇ ਉਹਦੇ ਬਾਅਦ ਦੂਸਰਾ ਜਿਹੜਾ ਨਾਲ ਹੀ ਦੱਸ ਦਿਓ ਕਿ ਕਿਸੇ ਨੇ ਵਰਕ ਪਰਮਿਟ ਰੀਨਿਊ ਕਰਨ ਦੇ ਲਈ ਕੋਸ਼ਿਸ਼ ਕੀਤੀ ਹੈ ਤੇ PR ਲਈ ਕੋਸ਼ਿਸ਼ ਕੀਤੀ ਹੈ ਬਾਇਓਮੈਟ੍ਰਿਕਸ ਉਹਨਾਂ ਨੂੰ ਕਾਇਮ ਰੱਖਣੇ ਪੈਣੇ ਨੇ ਇਹ ਦੋਨੇ ਸਵਾਲ ਜੀ ਬਿਲਕੁਲ ਬਾਈ ਜਿਹੜਾ ਸਭ ਤੋਂ ਪਹਿਲਾਂ ਹੈਗਾ ਵਿਜ਼ਟਰ ਸਧਾਰਨ ਵਿਜ਼ਟਰ ਕੈਨੇਡਾ ਫੋਰ ਟਰੈਵਲਿੰਗ ਪਰਪਸਿਸ ਨਹੀਂ ਆ ਸਕਦਾ ਜੀ 30th September ਤੱਕ ਉਹ ਤੋਂ ਬਾਅਦ ਸਰਕਾਰ ਡਿਸਾਈਡ ਕਰੇਗੀ ਵੀ ਉਹਨੂੰ ਐਕਸਟੈਂਡ ਕਰਨਾ ਡੇਟ ਨੂੰ ਜਾਂ ਉਸ ਤੋਂ ਬਾਅਦ ਜਿਹੜਾ ਅਲਾਓ ਕਰਨਾ ਸੈਕਿੰਡ ਜਿਹੜੇ ਉਹੀ ਵਿਜ਼ਟਰ ਕੈਨੇਡਾ ਦੇ ਵਿੱਚ ਆ ਸਕਦੇ ਨੇ ਜਿਹਦੇ ਇਮੀਡੀਏਟ ਫੈਮਿਲੀ ਮੈਂਬਰਸ ਚਾਹੇ ਕੈਨੇਡੀਅਨ ਨੇ ਚਾਹੇ ਉਹ ਪਰਮਾਨੈਂਟ ਰੈਜ਼ੀਡੈਂਟ ਨੇ ਜਾਂ ਵਰਕ ਪਰਮਿਟ ਹੋਲਡਰਸ ਨੇ ਇਸ ਤੋਂ ਇਲਾਵਾ ਤੁਹਾਡਾ ਸੈਕਿੰਡ ਜਿਹੜਾ ਸਵਾਲ ਸੀਗਾ ਵੀ ਬਾਇਓਮੈਟ੍ਰਿਕਸ ਉਹਨਾਂ ਦੇ ਸੋਰੀ ਮਾਫ ਕਰਨਾ ਮੈਂ ਜਿਹੜਾ ਸੈਕਿੰਡ ਬਾਇਓਮੈਟ੍ਰਿਕਸ ਬਾਇਓਮੈਟ੍ਰਿਕਸ ਜਿਹੜੇ ਨੇ ਉਹ ਆਪਾਂ ਨੂੰ ਚਾਹੀਦੇ ਨੇ ਜਦ PR ਲਈ ਅਪਲਾਈ ਕੀਤਾ ਤੇ ਉਹਦਾ ਸਵਾਲ ਸੀ ਉਹਨਾਂ ਦਾ ਜੀ ਫੋਰ PR ਯੈਸ ਬਾਇਓਮੈਟ੍ਰਿਕਸ ਜਿਹੜੇ ਨੇ ਚਾਹੀਦੇ ਨੇ ਜੀ ਉਹਨਾਂ ਨੇ ਹਾਲ ਤੱਕ ਬਾਇਓਮੈਟ੍ਰਿਕਸ ਨਹੀਂ ਕਰਾਏ ਹੈਗੇ ਬਟ ਵਰਕ ਪਰਮਿਟ ਹੋਲਡਰਸ ਲਈ ਸਰਕਾਰ ਨੇ ਐਗਜ਼ੈਂਪਸ਼ਨ ਦਿੱਤੀਆਂ ਹੋਈਆਂ ਨੇ ਬਾਇਓਮੈਟ੍ਰਿਕਸ ਤੋਂ ਬਿਨਾਂ ਬਾਇਓਮੈਟ੍ਰਿਕਸ ਜਿਹੜੀ ਹੈ ਤੁਹਾਡੀ ਜਿਹੜੀ ਵਰਕ ਪਰਮਿਟ ਹੈ ਉਹ ਮਿਲ ਰਹੇ ਨੇ ਬਟ ਫੋਰ PR ਯੈਸ ਬਾਇਓਮੈਟ੍ਰਿਕਸ ਦੀ ਜਿਹੜੀ ਹੈ ਉਹ ਐਗਜ਼ੈਂਪਸ਼ਨ ਨਹੀਂ ਹੈ ਤੁਹਾਨੂੰ ਕਰਾਉਣੀ ਪੈਣਗੇ ਜੀ ਧੰਨਵਾਦ ਬਹੁਤ ਬਹੁਤ ਤੁਹਾਡੇ ਸਮੇਂ ਲਈ ਤੇ ਫਿਰ ਛੇਤੀ ਗੱਲ ਹੋਈ ਥੈਂਕ ਯੂ ਬਾਈ ਥੈਂਕ ਯੂ ਸਵਾਲਾਂ ਦੇ ਜਵਾਬ ਦੇ ਕੇ ਗਏ ਨੇ ਅਮਨ ਖਹਿਰਾ ਜੀ ਖਬਰਾਂ ਦੀ ਕੋਈ ਸਾਂਝ ਤੁਹਾਡੇ ਨਾਲ ਪਾਲਮਾ ਤੇ ਅਮਰੀਕਾ ਦੀਆਂ ਜਿਹੜੀਆਂ ਨਾ ਵੋਟਾਂ ਨੇ ਉਹ ਵੋਟਾਂ ਦੇ ਵਿੱਚ ਜੋ ਬਾਈਡਨ ਹੈ ਤਾਂ ਅੱਗੇ ਪਰ ਸਰਪੰਚ ਨਿਤ ਲਲਕਰੇ ਮਾਰਦਾ ਵੀ ਜਿਹੜੀ ਇਹ ਨਾ ਆਪਣੇ ਡਾਕ ਰਾਹੀਂ ਵੋਟਾਂ ਪੈਣੀਆਂ ਨੇ ਇਹ ਖਰਾਬ ਕਰਨਗੀਆਂ ਮੈਨੂੰ ਕਿਉਂਕਿ 60-70% ਡੈਮੋਕ੍ਰੈਟਸ ਦੀਆਂ ਵੋਟਾਂ ਜਿਹੜੀਆਂ ਉਹ ਆਉਣੀਆਂ ਨੇ ਬਾਈ ਮੇਲ ਰਿਪਬਲਿਕਨ ਨੇ ਜਾ ਕੇ ਪਾਉਣੀਆਂ ਨੇ ਸੋ ਉਹ ਇਸ਼ੂ ਤੇ ਹੁਣੇ ਰੜਕਣ ਲੱਗਿਆ ਉਹ ਕਹਿੰਦਾ ਵੀ ਇਹ ਫਰਾਡ ਹੋਣਾ ਤੇ ਜੇ ਨਾ ਮੰਨਿਆ ਫਿਰ ਕੀ ਹੋ ਸਕਦਾ ਇਹ ਬਹੁਤ ਇੱਕ ਵੱਡਾ ਇਸ਼ੂ ਵੀ ਜੇ ਨੇੜੇ ਤੇੜੇ ਰਿਹਾ 70-30 ਹੋ ਗਈ ਫਿਰ ਤਾਂ ਗੱਲ ਠੀਕ ਹੈ ਜੋ ਬਾਈਡਨ ਨੂੰ ਬਣਾ ਦੇਣਗੇ ਜੇ ਕਿਤੇ 52-48 ਵਾਲਾ ਚੱਕਰ ਪਿਆ ਤੇ ਮੁੜ ਕੇ 2 ਮਹੀਨੇ ਜਦ ਤੱਕ ਆਉਣੀ ਆ ਗਿਣਤੀ ਨਵੰਬਰ 3 ਤੋਂ ਜਨਵਰੀ 20 ਤੱਕ ਪ੍ਰੈਜੀਡੈਂਟ ਉਹ ਬਣ ਸਕਦਾ ਜਨਵਰੀ 20 ਨੂੰ ਫਿਰ ਜੇ ਨਾ ਗੱਲ ਬਣੇ ਤਾਂ ਫਿਰ ਹਾਊਸ ਲੀਡਰ ਜਿਹੜੀ ਹੈ ਉਹ ਐਕਟਿੰਗ ਪ੍ਰੈਜੀਡੈਂਟ ਬਣਦੀ ਹੈ ਜਿਹੜੀ ਨੈਨਸੀ ਪਲੋਸੀ ਬਣੇਗੀ ਹੁਣ ਗੱਲ ਸਹੇ ਦੀ ਨਹੀਂ ਪਹੇ ਦੀ ਹੈ ਕਿਤੇ ਵਿਗੜੋ ਨਾ ਪਾ ਜਾਵੇ ਵੀ ਮੈਂ ਨਹੀਂ ਮੰਨਦਾ ਅੱਗੇ ਤਾਂ ਹੈ ਬਾਈਡਨ ਹੋਣੀ ਟਰੰਪ ਤੋਂ ਅੱਗੇ ਦੇ ਅੱਜ ਹੁਣ ਬਾਈਡਨ 52% ਤੇ ਟਰੰਪ 44% ਤੇ ਹੈ 63 ਦਿਨ ਨੇ
ਇਲੈਕਟ੍ਰੋਲ ਜਿਹੜੇ ਕਾਲਜ ਨੇ ਤੁਹਾਨੂੰ ਆਪਾਂ ਬਹੁਤ ਡਿਟੇਲ ਚ ਗੱਲ ਕੀਤੀ ਸੀ, ਫੇਰ ਵੀ ਕਰਾਂਗੇ। ਡੈਮੋਕ੍ਰੈਟ 319 ਤੇ ਆ ਤੇ ਰਿਪਬਲਿਕਨ 126 ਤੇ, ਟੌਸ ਅਪ 23 ਨੇ ਤੇ 270 ਚਾਹੀਦੇ ਨੇ ਵਿਨ ਕਰਨ ਲਈ। ਅਲੱਗ ਅਲੱਗ ਸਟੇਟਸ ਨੇ ਰੈਡ ਤੇ ਬਲੂ, ਅਲੱਗ ਅਲੱਗ ਪੂਰੀਆਂ ਸਟੇਟਸ ਨੇ, ਗੱਲ ਨੇੜੇ ਹੈ ਤੇ ਛੇਤੀ ਕੀਤੇ ਸਰਪੰਚ ਨੇ ਮੋਹਰ ਨਹੀਂ ਦੇਣੀ, ਖੀਸੇ ਚ ਪਾ ਕੇ ਰੱਖਦਾ। ਪਿੰਡ ਤਾਏ ਦਾ ਮੁੰਡਾ ਬਣ ਗਿਆ ਸਰਪੰਚ, ਨਵਾਂ ਨਵਾਂ ਉਹ ਕਲਕੱਤਿਓਂ ਆਇਆ ਤੇ ਉਹ ਜੇਬ ਦੇ ਵਿੱਚ ਰੱਖਿਆ ਕਰੇ ਮੋਹਰ, ਨਾਲ ਹੀ ਪੈਡ ਜਾਂ ਦੋਨੇ ਜੇਬ ਚ ਰੱਖਿਆ ਕਰੇ। ਮੈਂ ਕਾਹਨੂੰ ਖੀਸੇ ਚ ਪਈ ਫਿਰਦਾ। ਪਿੰਡ ਦਾ ਆਹ ਦੋ ਤਿੰਨ ਮਹਿਰੇ ਨੇ ਜਿਹੜੇ ਤੇਰੇ ਆ ਚੱਕੀ ਫਿਰਦੇ ਨੇ ਰਜਿਸਟਰ ਜਿਹਾ, ਇਹਨਾਂ ਨੂੰ ਕੈੜੀ ਚਾਹ ਪਿਲਾ ਕੇ ਨਾ ਪਿੱਛੇ ਝੋਲੇ ਚ ਗਰ ਪਾ ਕੇ ਨਾਲ ਤੋਰ ਲਿਆ ਕਰ। ਕਿਹੜਾ ਕੋਈ ਘਾਟਾ, ਕਿਹੜਾ ਕੈੜੀ ਚਾਹ ਕਿਤੋਂ ਲੈਣ ਜਾਣੀ ਆ, ਗੱਡੀਆਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਨੇ ਤੇ ਇਹਨਾਂ ਨੂੰ ਸਵੇਰੇ ਸੱਦ ਲਿਆ ਕਰ। ਕਹਿੰਦਾ ਆਹ ਬਹੁਤ ਸਿਆਣੀ ਗੱਲ ਕੀਤੀ, ਮੈਂ ਤਾਂ ਯਾਰ ਖੀਸੇ ਚ ਪਾਈ ਫਿਰੀ ਜਾਂਦੇ ਆ ਜਿਹੜੀ ਕੱਢਣੀ। ਮੈਂ ਕਿਹਾ ਇਹ ਤਾਂ ਸਰਪੰਚੀ ਦੀ ਟੌਹਰ ਨੀ, ਜਿਹੜਾ ਮਰਜ਼ੀ ਕਹਿੰਦਾ ਤੇ ਕੱਢ ਕੇ ਫੂਕ ਜੇ ਮਾਰ ਕੇ ਠਾਹ ਠੋਕ ਦਿੰਦਾ ਉੱਪਰ। ਕਹਿੰਦਾ ਵਾਹ ਸਿਆਣੀ ਗੱਲ ਤੈਂ ਕੀਤੀ। ਦੂਜੇ ਦਿਨ ਸਵੇਰੇ ਬੰਦਾ ਪਿੱਛੇ ਲਾ ਲਿਆ, ਬਸ ਉਹਦੇ ਕੋਲ ਝੋਲਾ, ਝੋਲੇ ਦੇ ਵਿੱਚ ਉਹ ਸਮਾਨ ਸਾਰਾ ਤੇ ਇੱਕ ਉਹਦੇ ਹੱਥ ਦੇ ਵਿੱਚ ਜਿਹੜਾ ਰਜਿਸਟਰ ਨਾਲ। ਮੈਂ ਕਿਹਾ ਹੁਣ ਬਣੀ ਗੱਲ, ਹੁਣ ਸਰਪੰਚ ਲੱਗਦਾ। ਕਈ ਵਾਰ ਸਰਪੰਚੀ ਕਰਨੀ ਨੀ ਆਉਂਦੀ ਤੇ ਇਹਨੂੰ ਬਾਹਲੀ ਕਰਨੀ ਆਉਂਦੀ ਆ ਆਪਣੇ ਵਾਲੇ ਬੰਦੇ ਨੂੰ। ਜ਼ਿੰਦਗੀ ਦੇ ਵਿੱਚ ਅਪ ਡਾਊਨ ਬਹੁਤ ਵੇਖੇ ਨੇ, ਨਾਲ ਦੇ ਭਾਈ ਨੇ, ਉਹ ਕੁਛ ਨੀ ਕਰ ਸਕੇ, ਤਰੱਕੀ ਕੀਤੀ ਬਹੁਤ ਆ। ਬੈੜਾ ਪਹਿਲੇ ਦਿਨੋਂ ਹੀ ਆ, ਮੰਦਾ ਹੈ ਨੀ ਕਿਸੇ ਦੀ। ਆ ਦੇਖ ਲੈ ਬੁੜੀਆਂ ਕੁੜੀਆਂ ਦਾ ਕਿੰਨਾ ਰੌਲਾ ਰੂਲਾ ਪਿਆ, ਗੌਲੀ ਆ ਕਿਸੇ ਦੀ, ਨਾਲੇ ਪੂਰੀ ਆਵਾਜ਼ ਚ ਸੀ ਮੋਟਰ ਹੋਮ ਚ ਕੀ ਕੁਛ ਕਹਿਣ ਲੱਗਾ ਹੋਇਆ ਸੀ, ਦੇਖ ਲੈ ਕਿਹੜੀਆਂ ਗੱਲਾਂ ਕਰਦਾ, ਕਿੱਡੀ ਪੁੱਠੀ ਗੱਲ ਕਰਦਾ ਸੀ, ਪਰ ਉਹ ਕਹਾ ਨਾ ਮੇਰੀ ਆਵਾਜ਼ ਹੈ ਨੀ, ਆਪਣੀ ਇਹ ਆਵਾਜ਼ ਨੀ, ਇਹਦਾ ਆਵਾਜ਼ ਕਹਿੰਦਾ ਜਿਹੜੀ ਕਰੁਕਟ ਹਿਲਰੀ ਨੇ ਚੇਂਜ ਕਰਵਾਈ ਹੋਈ ਹੈ, ਕਰੁਕਟ ਹਿਲਰੀ ਉਹ ਕਹਿੰਦਾ ਰਿਹਾ। ਹੁਣ ਜੋ ਬਾਈਡਨ ਨੂੰ ਕਹਿੰਦਾ ਇਹਦਾ ਬੁੜਾ, ਨਾਲੇ ਲੈਫਟਿਸਟ ਆ, ਸੋਸ਼ਲਿਸਟ ਆ, ਸੱਤਿਆਨਾਸ਼ ਕਰ ਦੋ ਅਮਰੀਕਾ ਦਾ, ਫਰੀਡਮ ਖਤਮ ਕਰ ਦੋ, ਬਰਾਬਰ ਕਰ ਜੂਗੇ। ਉਧਰੋਂ ਜਵਾਈ ਨੂੰ ਕਿਹੜਾ ਚਾੜਿਆ ਹੈ ਪੂਰਾ, ਉਹ ਲੱਗਿਆ ਹੋਇਆ ਮਿਡਲ ਈਸਟ ਪੀਸ ਪਲਾਨ ਦੇ ਉੱਪਰ। ਇਹ ਜਿਹੜੀ ਲੋਕ ਇੱਕ ਗੱਲੋਂ ਬਹੁਤ ਡਰਦੇ ਆ ਵੀ ਕਿਤੇ ਖਲਾਰਾ ਪਾ ਕੇ ਨਾ ਬਹਿ ਜਾਵੇ, ਬਈ ਨਾ ਮੈਂ ਨੀ ਮੰਨਦਾ, ਹੱਥ ਛੱਡਵੀਂ ਕੈਂਚੀ ਨਾ ਮਾਰੇ, ਬਈ ਨਾ ਇਹਨਾਂ ਨੇ ਧੱਕਾ ਕੀਤਾ ਮੇਰੇ ਨਾਲ, ਇਹ ਕੀਤਾ ਉਹ ਕੀਤਾ, ਰੌਲਾ ਹੀ ਪਾਉਣਾ। ਗਾਂ ਜਿਹੜੇ ਚੇਲੇ ਵਾਲ ਕੇ ਆ ਉਹ ਇੰਨੇ ਗਰਮ ਤੱਤੇ ਪੈਰਾਂ ਵਾਲੇ ਆ, ਉਹ ਰਫਲ ਤੋਂ ਬਿਨਾਂ ਗੱਲ ਨੀ ਕਰਦੇ, ਉਹ ਗੰਨ ਹੈ ਉਹ ਲਮਕਾਈ ਫਿਰਦਾ ਜਿਵੇਂ ਤੋਰੀਆਂ ਲੈ ਕੇ ਆਇਆ ਹੁੰਦਾ। ਪਿੱਛੇ ਜਿਹੜੀਆਂ ਫੋਟੋਆਂ ਵਿਖਾਈਆਂ ਜਦ ਨਾ ਖੋਲਣ ਲੱਗੇ ਸੀ ਧੱਕੇ ਨਾਲ, ਕਹਿਣ ਲੱਗੇ ਸੀ ਵੀ ਇਕੋਨਮੀ ਖੋਲਣੀ ਨੀ, ਉਹਨਾਂ ਨੇ ਪਹਿਰੇ ਦੇ ਤੇ ਜਾ ਕੇ ਸਾਰੀਆਂ ਸਟੇਟਸ ਦੀਆਂ ਜਿੰਨੀਆਂ ਵੀ ਉਹਨਾਂ ਦੀਆਂ ਰਾਜਧਾਨੀਆਂ ਦੀਆਂ ਜਿਹੜੀਆਂ ਆਪਣੇ ਸੂਬੇ ਦੀਆਂ ਰਾਜਧਾਨੀਆਂ ਸੀ ਉੱਥੇ ਪਾ ਕੇ ਉਹ ਪੂਰਾ ਪਹਿਰਾ ਕਰਕੇ ਚਲੇ ਗਏ। ਤੇ ਮਤਲਬ ਹੈਰਾਨੀ ਦੀ ਗੱਲ ਇਹੀ ਹੈ ਬਈ ਇਹ ਜਿਹੜਾ ਅਲੱਗ ਕਿਸਮ ਦਾ ਗਾਂ ਕੋਈ ਨੀ, ਪੈਸੇ ਹੈਗੇ ਆ। ਹੁਣ ਜਿਵੇਂ ਬੈਂਕਰਪਸੀਆਂ ਕੀਤੀਆਂ ਹੋਈਆਂ ਨੇ ਉਹ ਬਿਜ਼ਨਸ ਦੇ ਵਿੱਚ ਵੀ ਘਾਟਾ ਤੇ ਕੱਪੜਿਆਂ ਦੀ ਲਾਈਨ ਟਰੰਪ ਦੀ, ਡੋਨਲਡ ਟਰੰਪ ਦੇ ਕੱਪੜੇ ਮਿਲਦੇ ਆ, ਸਭ ਬਹੁਤ ਕੁਝ ਹੈ ਇਹਦਾ। ਤੇ ਉਹ ਇਹ ਹੁਣ ਮੈਨੂੰ ਲੱਗਦਾ ਸੁੱਖ ਸਵੀਲੀ ਹੋ ਜਾਵੇ ਇਲੈਕਸ਼ਨ, ਬਾਈਡਨ ਸਿਆਣਾ, ਬਾਈਡਨ ਨੂੰ ਕਿਤੇ ਉਈਓ ਨਾ ਲਲਕੜਾ ਮਾਰ ਕੇ ਟਿਕਾ ਦੇਵੇ, ਇਹਦਾ ਵੀ ਗੱਲ। ਮਾੜੇ ਦੇ ਨਾਲ ਕਤੱਥੇ ਨਾਲ ਹਰੇਕ ਥੋੜਾ ਕੋਈ ਸਿਰ ਲਾਉਂਦਾ ਹੁੰਦਾ, ਉਹ ਕਹਿੰਦਾ ਵੱਢ ਫਾਹ ਯਾਰ ਇਹ ਜੀ ਉਮੜ ਬਜ਼ੁਰਗ ਹੋਏ ਆ 80 ਸਾਲ ਦੇ, ਕਿਤੇ ਥੌਂਕ ਥੌਂ ਤੇ ਘਸੁੰਨ ਮਾਰੂ। ਕਹਾਣੀ ਨੀ ਨਾ ਜਦ ਵਿਗੜਦਾ, ਜਦ ਪ੍ਰੈਸ ਕਾਨਫਰੰਸ ਚ ਵਿਗੜਿਆ ਹੁੰਦਾ ਪੱਤਰਕਾਰ ਨੂੰ ਬੋਲਣਾ ਹੀ ਦਿੰਦਾ, ਉਹ ਕਹਿੰਦਾ ਤੂੰ ਕੌਣ ਆ, ਕਿਹੜੀ ਕੰਪਨੀ ਚੋਂ ਆ, CNN ਤੋਂ ਕਹਿੰਦਾ ਤੁਸੀਂ ਝੂਠੇ ਹੋ, ਤੂੰ ਨੀ ਪੁੱਛ ਸਕਦਾ ਯੂ ਕੈਂਟ ਆਸਕ ਮੀ ਕੁਐਸਚਨ, ਸਿੱਧਾ ਕਿਸੇ ਦੀ ਜਾਂ ਕਹਿੰਦਾ ਬਾਹਰ ਕੱਢੋ। ਸੋ ਉਹਦਾ ਆਪਣਾ ਸਟਾਈਲ ਹੈ। ਜ਼ਿੰਦਗੀ ਦੇ ਵਿੱਚ ਤਰੱਕੀ ਹੋਈ ਜਦ ਮਲੇਨੀਆ ਟਰੰਪ ਨਾਲ 2005 ਚ ਵਿਆਹ ਕਰਾਇਆ, ਮੇਰੇ ਖਿਆਲ 40 ਵਰਿਆਂ ਦੀ ਹੋਊ, ਆਪ ਤਾਂ 70+ ਤੇ ਆ ਕਿਤੇ, ਮੈਨੂੰ ਲੱਗਦਾ 20-32 ਸਾਲਾਂ ਦਾ ਫਰਕ ਹੈ। ਪੈਸਾ ਮੋਰੀਆਂ ਸਭ ਬੰਦ ਕਰ ਦਿੰਦਾ ਸਭ, ਉਹ ਈਸਟਰਨ ਯੂਰਪ ਦੀ ਇੱਕ ਮਾਡਲ ਹੈ ਤੇ ਬਸ ਉਹਦੇ ਬਾਅਦ ਇਸ ਦੀ ਕੁੱਖੋਂ ਇੱਕ ਪੁੱਤ ਆ ਜਿਹੜਾ ਨਾਲ ਰਹਿੰਦਾ, ਪਹਿਲੇ ਬੜੇ ਹੋ ਗਏ, ਪਹਿਲਾਂ ਵੀ ਦਿਓ ਵਿਆਹ ਕਰਾਏ ਹੋਏ ਨੇ, ਬਾਕੀ ਲੱਲਾ ਭੱਬਾ ਉਹ ਜਾਣਦਾ।
ਵਪਾਰਕ ਸੰਦੇਸ਼ਾਂ ਤੋਂ ਬਾਅਦ ਜਿੰਨੀ ਸਿੰਘ ਹੋਣਾ ਨਾਲ ਗੱਲਬਾਤ ਕਰਦੇ ਹਾਂ ਕਿ ਸੂਬੇ ਦੇ ਮੁੱਖ ਮੰਤਰੀ ਨੂੰ ਕੈਨੇਡਾ ਤੋਂ ਸਭ ਤੋਂ ਉੱਪਰਲੇ ਦਰਜੇ ਦੇ ਵਿੱਚ ਪੋਲ 'ਚ ਰੱਖਿਆ ਗਿਆ ਜੌਨ ਹੋਰਗਨ ਨੂੰ, ਇਹਦਾ ਮਤਲਬ ਕੀ ਹੈ, ਇਹ ਸੁਨੇਹਾ ਕੀ ਹੈ? 12:14 ਹੋਏ ਨੇ, ਕਈ ਬਾਹਲੇ ਔੜੇ ਹੈ ਰਾਤ ਦੇ ਇੱਕ ਖਾਸੇ 'ਚ ਲੱਗੇ ਹੋਏ ਪੈਗ। ਮੈਂ ਕਿਹਾ ਬਾਈ ਸਾਹਿਬ ਜਿਹੜੀ ਤੂੰ ਉਪਗ੍ਰਹਿਆਂ ਜਿਹਦੀ ਗੱਲ ਕਰਦਾ ਹੁੰਦਾ ਨਾ, ਉਹ ਬਹੁਤ ਵਧੀਆ। ਦੇਖ ਲਾ ਆਪਣੀ ਜਿਹੜੀ ਕਰਨਾਲ ਵਾਲੀ ਕੁੜੀ ਸੀ ਕਲਪਨਾ ਕਾਵਲਾ, ਉਹਨੇ ਦੇਖ ਲਾ ਸਿਰੇ ਲਾਤੀ ਗੱਲ। ਮੈਂ ਕਿਹਾ ਉਹ ਕਲਪਨਾ ਚਾਵਲਾ, ਕਹਿੰਦਾ ਚੱਲ ਆਹੀ ਹੈ, ਅਗਲੇ ਪਿਛਲੇ ਪਾਸੇ ਗੱਲ ਹੋ ਗਈ, ਚੱਲ ਕਾਵਲਾ ਕਹਿਦਾ ਚਾਵਲ ਕਲਪਨਾ ਕਹਿਦਾ, ਉਹੀ ਕੁੜੀ ਦੀ ਗੱਲ ਕਰਦਾ ਤੂੰ, ਵੱਧੇ ਸਿਰੇ ਦੇ ਸਾਡੇ। ਐਨੀਵੇਜ਼, ਹੁਣ ਚੱਲੀਏ ਕੰਮ ਵੱਲ ਨੂੰ। ਜਿੰਨੀ ਸਿੰਘ ਜੀ ਮੇਰੇ ਨਾਲ ਨੇ, ਜਿੰਨੀ ਸਿੰਘ ਜੀ ਨੇ ਬਹੁਤ ਚਿਰ ਹੋ ਗਿਆ ਉਹਨਾਂ ਨੂੰ ਭਾਈਚਾਰੇ ਦੇ ਆਲੇ ਦੁਆਲੇ ਫਿਰਦੇ ਆ, 2000 ਤੋਂ ਬਾਅਦ ਨਾ ਕਦੇ ਕਦੇ ਜਾਂ ਗੱਲ ਹੋਣੀ ਹੈ ਰੇਡੀਓ ਤੇ ਬਈ ਇੱਕ ਬੀਬੀ ਜੋਗਿੰਦਰੋ ਆ ਸਾਡੀ, ਤੇ ਉਧਰੋਂ ਤੇ ਨਾਲ ਯੂਨੀਅਨ ਦੀਆਂ ਗੱਲਾਂ ਬਾਤਾਂ ਸ਼ੁਰੂ ਹੋ ਗਈਆਂ। ਯੂਨੀਅਨ ਦੇ ਵਿੱਚ ਜਦ ਮਾਸਟਰ ਨੇ ਕਰਤੀ ਹੜਤਾਲ, ਤੇ ਜਿਹੜੀ ਸਿੰਘ ਜੋਣੀ ਭੱਜ ਭੱਜ ਕੇ ਪੈਣ ਸਰਕਾਰ ਨੂੰ ਵੀ ਤੁਸੀਂ ਸਾਡੀਆਂ ਮੰਗਾਂ ਕਿਉਂ ਨੀ ਮੰਨਦੇ। ਗੱਲਾਂ ਬਾਤਾਂ ਤੋਂ ਪਹਿਲਾਂ ਜਦ ਜਿੰਨੀ ਸਿੰਘ ਕਹਿਣ, ਬੱਲਾਂ ਬਾਤਾਂ ਤੋਂ ਲੱਗਣ ਵੀ ਲੱਗਦੀ ਪੰਜਾਬਣ ਹੈ, ਗੱਲ ਪੰਜਾਬਣ ਵਾਲੀ ਕਰਦੀ ਹੈ, ਨੌ ਤੋਂ ਪਤਾ ਨਾ ਲੱਗੇ, ਫਿਰ ਅਸਲ ਨੌ ਪਤਾ ਲੱਗਿਆ ਵੀ ਨੌ ਆ ਹੈ। ਇੰਗਲੈਂਡ ਦੇ ਉਹ ਜੰਪਲ ਨੇ, ਤੇ ਬਹੁਤ ਖੁਸ਼ੀ ਦੀ ਇੱਕ ਗੱਲ ਆ ਵੀ ਹਾਲੇ ਤੱਕ ਉਹਨਾਂ ਨੇ ਇੰਗਲਿਸ਼ ਐਕਸੈਂਟ ਆਪਣਾ ਰੱਖਿਆ ਹੋਇਆ। ਬਹੁਤ ਸਮਾਂ ਹੋ ਗਿਆ ਕੈਨੇਡਾ 'ਚ ਆਏ, ਅੱਜ ਉਹਨਾਂ ਨਾਲ ਉਹਨਾਂ ਦੀ ਜ਼ਿੰਦਗੀ ਦੀ ਵੀ ਗੱਲ ਕਰਨੀ ਹੈ ਬਈ ਬੀਂਗ ਏ ਵੁਮਨ ਇਨ ਪੋਲੀਟਿਕਸ, ਇਹ ਕਿਵੇਂ ਜਿਹੜੇ ਚੈਲੰਜਸ ਕੀ ਨੇ। ਹਾਲਾਂਕਿ ਉਹ ਰਹਿੰਦੇ ਤਾਂ ਇਸ ਤਰ੍ਹਾਂ ਹੀ ਨੇ ਬਈ ਨਹੀਂ ਹੈ ਕੋਈ ਉਹਨਾਂ ਦੇ ਮਨ ਦੇ ਵਿੱਚ ਬਈ ਮੈਂ ਇਸਤਰੀਆਂ ਜਾਂ ਮਰਦਾਂ 'ਚ ਮੈਂ ਗੱਲ ਨਹੀਂ ਕਰ ਸਕਦੀ, ਬਹੁਤ ਬੇਬਾਕੀ ਹੈ ਤੇ ਬੋਲਡ ਨੇ, ਬਹੁਤ ਪੜ੍ਹਾਈ ਹੈ, ਕਮਿਊਨੀਕੇਸ਼ਨ ਹੈ। ਟੀਚਰ ਇੰਗਲੈਂਡ 'ਚੋਂ ਜੰਮੇ ਪਲੇ ਤੇ ਫਾਦਰ ਉਹਨਾਂ ਦੇ ਖੱਬੇ ਪੱਖੀ ਵਿਚਾਰਾਂ ਦੇ ਸਨ, ਬਹੁਤ ਯੂਨੀਅਨਿਸਟ ਤਕੜੇ ਸੀ, ਤੇ ਉਸ ਤੋਂ ਬਾਅਦ ਇੱਥੇ ਆ ਕੇ ਉਹਨਾਂ ਨੇ ਐਜ ਏ ਟੀਚਰ ਕੰਮ ਕੀਤਾ। ਮਿਸਟਰ ਸਿੰਘ ਜਿਹੜੇ ਉਹਨਾਂ ਦੇ ਘਰ ਵਾਲੇ ਨੇ ਤੇ ਪਰਿਵਾਰ ਹੈ ਸਾਰਾ ਨਨੈਮੋ ਦੇ ਵਿੱਚ, ਬੇਟੀ ਰਹਿੰਦੀ ਹੈ, ਬੇਟਾ ਰਹਿੰਦਾ ਇੱਥੇ, ਤੇ ਉਸ ਤੋਂ ਬਾਅਦ ਉਹ MP ਬਣੇ। MP ਦੇ ਵੇਲੇ ਉਹਨਾਂ ਨੇ ਬੜਾ ਕੰਮ ਕੀਤਾ, ਫਿਰ MLA ਬਣ ਗਏ, ਮਿਨਿਸਟਰ ਬਣ ਗਏ, ਫਿਰ ਉਹ ਇਸ਼ੂ ਇੱਕ ਆ ਗਿਆ ਉਹ 'ਚੋਂ ਕਲੀਅਰ ਹੋ ਗਏ, ਕਿਉਂਕਿ ਬਹੁਤ ਉਹਨਾਂ ਨੇ ਕਲੀਅਰਟੀ ਕੀਤੀ, ਉਹਨਾਂ ਨੇ ਬਿਲਕੁਲ ਕੋਈ ਉਂਗਲ ਨਹੀਂ ਕਰ ਸਕਦਾ। ਜਦ ਕਦੇ ਬੈਠ ਕੇ ਉਹਨਾਂ ਨਾਲ ਗੱਲ, ਕਹਿੰਦਾ ਇਸ਼ੂ ਹੀ ਕੋਈ ਨਹੀਂ ਹੈ, ਇਹ ਪੂਰੀ ਇੱਕ ਪਲਾਨ ਕਿਸੇ ਨੇ ਕੁਛ ਕੀਤਾ, ਤੇ ਪਰ ਉਹਦੇ ਵਿੱਚੋਂ ਨਿਕਲ ਗਿਆ। ਅੱਜ ਉਹਨਾਂ ਦੀ ਜ਼ਿੰਦਗੀ ਦੀ ਵੀ ਗੱਲ ਕਰਨੀ ਹੈ। ਜਿੰਨੀ ਸਿੰਘ ਜੀ ਸਵਾਗਤ, ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ, ਤੇ ਸਾਰੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ। ਅੱਛਾ, ਮੈਨੂੰ ਇਹ ਦੱਸੋ, ਜਿਹੜਾ ਪੰਜਾਬੀਆਂ ਵਾਲਾ ਪਹਿਲਾ ਨਾਂ ਸੀ ਉਹ ਕਿਉਂ ਚੱਕਤਾ, ਉਹ ਕਦ ਚੱਕਿਆ ਸੀ? ਦੇਖੋ, ਮੇਰਾ ਜਨਮ ਇੰਡੀਆ 'ਚ ਹੋਇਆ ਸੀ, ਤੁਸੀਂ ਕਿਹਾ ਸੀ ਜੰਪਾਲ ਇੰਗਲੈਂਡ ਦੀ, ਮੇਰਾ ਜਨਮ ਹੋਇਆ ਸੀਗਾ ਪਿੰਡ ਪੰਜਾਬ ਦੇ ਵਿੱਚ ਪਾਬਮਾ, ਨੂਰਮਹਿਲ ਦੇ ਐਨ ਨਜ਼ਦੀਕ ਹੈਗਾ, ਤੇ ਮੈਂ ਉੱਥੇ ਸਕੂਲ ਵੀ ਪੰਜਾਬ ਦੇ ਵਿੱਚ, ਸਾਡੇ ਪਿੰਡ ਵੀ ਛੋਟਾ ਜਿਹਾ ਸਕੂਲ ਸੀਗਾ, ਬਾਹਰ ਤੱਪੜਾਂ ਤੇ ਬੈਠ ਕੇ ਪੜ੍ਹਦੇ ਹੁੰਦੇ ਸੀ ਜਦੋਂ ਗਰਮੀ ਆ ਜਾਂਦੀ ਹੁੰਦੀ ਸੀ, ਪੇਪਰ ਵੀ ਲਿਖੀਦੇ ਸੀਗੇ। ਮੈਂ ਉੱਥੇ 5 ਪਾਸ ਕਰ ਲਈਆਂ ਸੀਗੀਆਂ 9 ਸਾਲਾਂ ਦੀ ਸੀਗੀ, ਜਦੋਂ ਮੇਰੀ ਮਾਮ ਸਾਨੂੰ 4 ਜਾਣਿਆਂ ਨੂੰ ਲੈ ਕੇ ਇੰਗਲੈਂਡ ਆ ਗਏ। ਸਾਡਾ ਡੈਡ 5 ਸਾਲ ਪਹਿਲਾਂ ਆਇਆ ਸੀਗਾ। ਉਹਨਾਂ ਦਿਨਾਂ 'ਚ ਏਦਾਂ ਹੀ ਹੁੰਦੇ ਸੀਗੇ ਵੀ ਮੈਂ ਪਹਿਲਾਂ ਚਲ ਜਾਂਦੇ ਸੀਗੇ ਤੇ ਪਰਿਵਾਰ ਫਿਰ ਮਗਰੋਂ ਮਗਾਉਂਦੇ ਹੁੰਦੇ ਸੀਗੇ। ਤੋ ਜਦੋਂ ਮੈਂ ਇੰਗਲੈਂਡ ਵਿੱਚ ਆ ਗਈ ਤੇ ਮੇਰਾ ਨਾਂ ਜਿਹੜਾ ਜੋਗਿੰਦਰੋ ਸੀਗਾ, ਉਹ ਜਦੋਂ ਉਹਨਾਂ ਨੇ ਸਕੂਲ ਵਿੱਚ ਪਾਇਆ ਉਹਦੇ ਤੇ ਲਿਖ ਦਿੱਤਾ ਜੋਗਿੰਦਰਾ, ਉਹਦੀ ਏ ਬਣ ਗਈ। ਤੇ ਉਦੋਂ ਅਸੀਂ ਤਾਂ ਪੜ੍ਹੇ ਨੀ ਸੀਗੇ ਇੰਗਲਿਸ਼ ਵਿੱਚ, ਸਾਨੂੰ ਪਤਾ ਹੀ ਨੀ ਲੱਗਾ। ਜਦ ਤੱਕ ਪਤਾ ਲੱਗਾ ਤੇ ਜਦ ਤੱਕ ਤਾਂ ਵੀ ਫਿਰ ਮਗਰੋਂ ਜਾ ਕੇ ਕਿਤੇ ਪਾਸਪੋਰਟ ਦੇਖਿਆ ਵੀ ਆ ਏ ਕਿੱਥੋਂ ਆ ਗਿਆ, ਇਹ ਤਾਂ ਉਹ ਹੋਣਾ ਚਾਹੀਦਾ ਸੀ, ਰਾਈਟ। ਇੰਗਲੈਂਡ ਦੇ ਵਿੱਚ ਮੇਰਾ ਨਾਂ ਜੋਗਿੰਦਰਾ ਹੀ ਰਿਹਾ ਆ, ਬੇਸ਼ੱਕ ਵੀ ਮੈਂ ਉੱਥੇ ਐਲੀਮੈਂਟਰੀ ਸਕੂਲ ਸੀਗੀ, ਸੈਕੰਡਰੀ ਸਕੂਲ ਵਿੱਚ ਵੀ ਜੋਗਿੰਦਰਾ ਹੀ ਸੀ, ਯੂਨੀਵਰਸਿਟੀ ਵਿੱਚ ਵੀ ਜੋਗਿੰਦਰਾ ਹੀ ਸੀ। ਤੇ ਪਰ ਜਦੋਂ ਅਸੀਂ ਕੁਬੈਕ ਵਿੱਚ ਆਏ ਹਾਂ 75 ਦੇ ਵਿੱਚ, ਅੱਛਾ, ਉੱਥੇ ਮੈਂ ਫ੍ਰੈਂਚ ਏਰੀਆ ਦੇ ਵਿੱਚ ਸੀਗੀ, ਈਸਟਰਨ ਟਾਊਨਸ਼ਿਪਸ ਦੇ ਵਿੱਚ, ਆਊਟਸਾਈਡ ਸੈਟਫਰਡ ਮਾਈਨ। ਮੈਂ ਸੈਟਫਰਡ ਮਾਈਨ ਹਾਈ ਸਕੂਲ ਤੇ ਉੱਥੇ ਸੀਜੈਫ ਵਿੱਚ ਦੋਨਾਂ ਵਿੱਚ ਪੜ੍ਹਾਇਆ, ਤੇ ਯੂਨੀਵਰਸਿਟੀ ਵਿੱਚ ਵੀ ਟ੍ਰੋਆਰਿਵੀਆ ਯੂਨੀਵਰਸਿਟੀ। ਉੱਥੇ ਜਿਹੜੇ ਲੋਕ ਸੀਗੇ ਫਰਾਂਕੋਫੋਨੀ, ਉਹਨਾਂ ਕੋ ਉਹਨਾਂ ਨੂੰ ਜੋਗਿੰਦਰਾ ਕਹਿਣਾ ਬਹੁਤ ਮੁਸ਼ਕਲ ਲੱਗਦਾ ਸੀ। ਤੇ ਇੱਕ ਵਾਰੀ ਉੱਥੇ ਵੀ ਮੇਰੇ ਗੈਸਟ ਆਏ ਸੀਗੇ, ਮੇਰੇ ਡੈਡੀ ਆਏ ਸੀ, ਤੇ ਉਹ ਮੈਨੂੰ ਜਿੰਦ ਸੱਦਦੇ ਹੁੰਦੇ ਸੀ, ਰਾਈਟ। ਤੇ ਜਦੋਂ ਉਹਨਾਂ ਨੇ ਕਾਪੀ ਕਰਨੀ ਤੇ ਉਹ ਇੱਦਾਂ ਲੱਗਣੀ ਜਿੰਦ, ਉਹ ਤਾਂ ਦ ਤਾਂ ਮਗਰੋਂ ਕਹਿੰਦੇ ਹੀ ਨਹੀਂ ਸੀ ਹੁੰਦੇ,
ਫਿਰ ਮੈਂ ਕਿਹਾ ਵੀ ਇਦੋਂ ਤੂੰ ਮੈਨੂੰ ਜਿਨੀ ਸੱਦ ਲਵੋ। ਇੱਕ ਬੁੜੀ ਨੇ ਕਹਿਤਾ ਤੂੰ ਜਿਨੀ ਠੀਕ ਆ, ਕਹਿੰਦੀ ਸਾਡੇ ਕੋਲ ਨਾਂ ਨੀ ਕਹਿ ਹੁੰਦਾ। ਤੇ ਮੇਰਾ ਲਾਸਟ ਨੇਮ ਸਿਮਸ, ਮੇਰਾ ਜਿੰਨਾ ਗੋਤ ਤਾਂ ਪਹਿਲਾਂ ਵੀ ਵਿਆਹ ਤੋਂ ਸੀਗਾ ਹੋਠੀ ਬੈਨਾਪੁਰ ਬਾਬਾ ਤੋਂ, ਪਰ ਮੇਰੇ ਵਿਆਹ ਜਦੋਂ ਹੋਇਆ ਮੇਰੇ ਹਸਬੈਂਡ ਇਜ਼ ਇੰਗਲਿਸ਼, ਫਿਰ ਮੇਰਾ ਨਾਂ ਸਿਮਸ ਸੀਗਾ। ਮੈਂ ਜੋਗਿੰਦਰਾ ਸਿਮਸ ਹੀ ਰਹੀ ਹਾਂ। ਇੱਥੇ ਮੇਰੇ ਲਾਂਡੇ ਸਾਈਪਰਸ ਤੇ ਵੀ ਜੋਗਿੰਦਰਾ ਸਿਮਸ ਹੀ ਆਈ ਸੀ। ਉੱਥੇ ਕਬੈਕ ਵਿੱਚੋਂ ਉਹੋ ਹੀ ਨਾਂ ਜਦੋਂ ਚੱਲਿਆ ਨਾ ਸਕੂਲਾਂ ਦੇ ਵਿੱਚ, ਉਹੋ ਹੀ ਨਾਂ ਜੁੜਿਆ ਰਿਹਾ ਆ। ਘਰ ਵਿੱਚ ਫਿਰ ਵੀ ਮੈਨੂੰ ਜੋਗਿੰਦਰੋ ਸੱਦ ਲੈਂਦੇ, ਜੋਗਿੰਦਰੋ ਸੱਦ ਲੈਂਦੇ ਆ, ਡਿਫਰੈਂਟ ਨਹੀਂ। ਬਟ ਜਿੰਨੀ ਸਿਮਸ ਹੀ ਉਦੋਂ ਫਿਰ ਪੱਕਾ ਹੋ ਗਿਆ। ਐਕਸੈਂਟ ਹੈਗਾ ਆ, ਪਰ ਜਿਹੜੀ ਮੇਰੀ ਲਿਖਣ ਪੜ੍ਹਾਈ ਆ ਉਹ ਵਧੀਆ ਹੈਗੀ ਆ, ਕਰਕੇ ਇੰਗਲੈਂਡ ਵਿੱਚ ਸਾਨੂੰ ਫ੍ਰੈਂਚ ਵੀ ਮੈਂ ਪੜ੍ਹੀ ਸੀਗੀ ਤੇ ਗਾਣਾ ਯੂਨੀਵਰਸਿਟੀ ਵਿੱਚ ਵੀ ਕੋਰਸਿਸ ਕੀਤੇ ਸੀਗੇ। ਸੋ ਮੈਂ ਸਮਝ ਹਰੇਕ ਗੱਲ ਲੈਂਦੀ ਆ, ਪਰ ਵਾਜੇ ਵੇਲੇ ਵੋਕੈਬੂਲਰੀ ਹੈ ਨੀ। ਜਿੱਦਾਂ ਜਦੋਂ ਮੈਂ ਪਹਿਲਾਂ ਆਪਣੇ ਇੱਥੇ ਪੰਜਾਬੀ ਮੀਡੀਆ 'ਚ ਆਉਣ ਲੱਗੀ ਹਾਂ, ਉਦੋਂ ਮੈਂ ਸਮਝ ਹਰੇਕ ਗੱਲ ਲੈਂਦੀ ਸੀ, ਪਰ ਮੇਰੀ ਵੋਕੈਬੂਲਰੀ ਬਹੁਤ ਲਿਮਿਟਿਡ ਸੀਗੀ। ਮੇਰੀ ਪੰਜਾਬੀ ਹਾਲੇ ਵੀ ਘਰੇਲੂ ਆ, ਉਹਨਾਂ ਦਿਨਾਂ ਵਿੱਚ ਇਦੂ ਵੀ ਘਰੇਲੂ ਸੀਗੀ ਜਿਹੜੀ ਇਸ ਘਰਾਂ 'ਚ ਹੀ ਬੋਲਦੀ ਆ। ਉਦੋਂ ਮੈਨੂੰ ਬਹੁਤ ਸਾਰੇ ਲਫ਼ਜ਼ ਸਿੱਖਣੇ ਪਏ, ਵਰਡ ਲਫ਼ਜ਼ ਵੀ ਸਿੱਖਣਾ ਪਿਆ, ਅਧਿਆਪਕ ਵੀ ਸਿੱਖਣਾ ਪਿਆ, ਤੇ ਜਿਸ ਤਰ੍ਹਾਂ ਮੈਨੂੰ ਹੋਸਟ ਇੰਟਰਵਿਊ ਕਰਦੇ ਸੀਗੇ ਮੈਂ ਉਹਨਾਂ ਕੋਲੋਂ ਬਹੁਤ ਸਿੱਖਿਆ। ਫਿਰ ਮੈਂ ਬੁੱਕਾਂ ਚੁੱਕੀਆਂ ਤੇ ਵੋਕੈਬੂਲਰੀ ਆਪ ਤੋੜ ਤੋੜ ਕੇ ਨਵੀਂ ਵੋਕੈਬੂਲਰੀ ਪਾਈ, ਤੇ ਇਸ ਕਰਕੇ ਮੇਰੀ ਪੰਜਾਬੀ ਪਿਛਲੇ ਮੈਂ ਕਹੂੰਗੀ ਵੀ 8-9 ਸਾਲਾਂ ਦੇ, ਪਿਛਲੇ 10 ਸਾਲਾਂ ਦੇ ਵਿੱਚ ਕਾਫੀ ਸੁਧਾਰ ਆ ਗਿਆ। ਅੱਛਾ, ਤੇ ਫਿਰ ਰਾਜਨੀਤੀ ਵਾਲੀ ਜਿਹੜੀ ਚੇਤਕ ਹੈ ਉਹ ਕਿਵੇਂ ਟੀਚਰ ਰਹਿੰਦੇ ਆ, ਕਿੱਧਰੋਂ ਗੱਲ ਬਣੀ ਹੈ ਫਿਰ ਤੁਸੀਂ, ਮਤਲਬ ਜਾਂ ਰਾਜਨੀਤੀ ਵਾਲੇ ਪਾਸੇ ਜਾਂ ਯੂਨੀਅਨ ਦੇ ਵਿੱਚ ਵੀ ਜਾਣਾ ਤੇ ਯੂਨੀਅਨ ਦੇ ਪ੍ਰੈਜੀਡੈਂਟ ਬਣਨਾ, ਓਬਵੀਅਸਲੀ ਪੋਲੀਟੀਕਲ ਉੱਥੇ ਐਸਪੈਕਟ ਹੈ ਹੀ ਨੇ, ਤੇ ਉਹਦਾ ਵੀ ਦੱਸੋ ਜੀ। ਦੇਖੋ ਪਹਿਲਾਂ ਤਾਂ ਮੈਨੂੰ, ਮੈਂ ਕਦੀ ਪੋਲੀਟਿਕਸ ਦਾ ਸੋਚਿਆ ਹੀ ਨਹੀਂ ਸੀ। ਮੈਨੂੰ ਸੀਗਾ ਜਦੋਂ ਮੈਂ ਛੋਟੀ ਹੁੰਦੀ ਸੀ, ਮੇਰਾ ਤੇ ਇੱਕੋ ਹੀ ਸੁਪਨਾ ਹੁੰਦਾ ਸੀਗਾ ਵੀ ਮੈਂ ਹਵਾਈ ਜਹਾਜ਼ ਚਲਾਉਣੇ। ਉਹਦੇ ਲਈ ਮੈਂ ਇਗਜ਼ਾਮ ਫੇਲ ਹੋ ਗਈ ਸੀ, ਕਰਕੇ ਹਾਈਟ ਇਗਜ਼ਾਮ ਮੈਂ ਸਾਰੇ ਪਾਸ ਹੋ ਗਈ ਸੀਗੀ, ਪਰ ਹਾਈਟ ਟੈਸਟ ਹੁੰਦਾ ਸੀ ਉਹ ਮੈਂ ਫੇਲ ਹੋ ਗਈ ਸੀ। ਸੋ ਇਸ ਕਰਕੇ ਫਿਰ ਸੋਚਿਆ ਵੀ ਕਿਹੜੇ ਕਰੀਅਰ, ਫਿਰ ਮੈਂ ਯੂਨੀਵਰਸਿਟੀ ਚਲ ਗਈ ਤੇ ਮੈਨੂੰ ਬੱਚਿਆਂ ਦੇ ਨਾਲ ਬਹੁਤ ਪਿਆਰ ਸੀਗਾ, ਤੇ ਜਦੋਂ ਮੈਂ ਸਕੂਲ ਵੀ ਜਾਂਦੀ ਸੀਗੀ ਤੇ ਮੈਂ ਯੂਥ ਕਲੱਬ ਵੀ ਰਨ ਕਰਦੀ ਸੀ, ਜੂਡੋ ਵੀ ਟੀਚ ਕਰਦੀ ਸੀਗੀ, ਬਹੁਤ ਕੁਛ ਸੀਗਾ ਮੈਂ ਕਰਦੀ ਬੱਚਿਆਂ ਦੇ ਨਾਲ ਵਾਲੰਟੀਅਰ ਦੇ ਤੌਰ ਤੇ ਸਕੂਲ ਵਿੱਚ ਵੀ। ਫਿਰ ਜਦੋਂ ਮੈਂ ਸੋਚਿਆ ਵੀ ਆਈ ਮੈਂ ਬੱਚਿਆਂ ਨਾਲ ਮੇਰਾ ਪਿਆਰ ਹੈਗਾ ਵੀ ਮੈਂ ਟੀਚਿੰਗ ਵਿੱਚ ਜਾਣਾ ਆ, ਤੇ ਬਹੁਤ ਸਾਰੇ ਪਰਿਵਾਰ ਵਾਲਿਆਂ ਨੇ ਕਿਹਾ ਵੀ ਤੂੰ ਇਹ ਕੰਮ ਨਾ ਕਰ, ਵੀ ਤੂੰ ਇੰਨੀ ਵਧੀਆ ਤੇਰੀ ਪੜ੍ਹਾਈ ਆ, ਕੋਈ ਵਧੀਆ ਕੰਮ ਕਰ। ਪਰ ਮੈਂ ਅੱਜ ਵੀ ਕਹੂੰਗੀ ਵੀ ਟੀਚਰ ਤੋਂ ਵਧੀਆ ਇਸ ਦੁਨੀਆਂ ਦੇ ਵਿੱਚ ਕੋਈ ਕੰਮ ਹੀ ਹੈ ਨਹੀਂ। ਬੇਸ਼ੱਕ ਵੀ ਮੈਂ ਐਮ ਪੀ ਰਹੀ ਹਾਂ, ਐਮ ਐਲ ਏ ਰਹੀ ਹਾਂ, ਕਰਕੇ ਉਹ ਮੌਕਾ ਹੁੰਦਾ ਜਦੋਂ ਤੁਸੀਂ ਬੱਚਿਆਂ ਦੇ ਨਾਲ ਟਾਈਮ ਬਿਤਾ ਕੇ ਆਪਣੀ ਆਉਣ ਵਾਲੀ ਪੀੜ੍ਹੀ ਨੂੰ ਤਿਆਰ ਕਰਦੇ ਆ। ਤੁਸੀਂ ਉਹਨਾਂ ਕੋਲੋਂ ਬਹੁਤ ਕੁਛ ਸਿੱਖਦੇ ਆ, ਤੁਸੀਂ ਉਹਨਾਂ ਨੂੰ ਬਹੁਤ ਕੁਛ ਸਿਖਾਉਂਦੇ ਵੀ ਹੈਗੇ ਆ। ਉਹ ਕੰਮ ਜਿਹੜਾ ਹੈਗਾ ਆ ਅਸੀਂ ਵੈਲਿਊ ਨਹੀਂ ਕਰੀਦਾ, ਪਰ ਹੁਣ ਜਦੋਂ ਬੱਚੇ 6-7 ਮਹੀਨੇ ਘਰ ਬੈਠੇ ਆ ਅਸੀਂ ਥੋੜਾ ਵੈਲਿਊ ਕਰਨ ਲੱਗ ਪਏ ਆ, ਰਾਈਟ? ਸੋ ਇਸ ਕਰਕੇ ਮੈਨੂੰ ਟੀਚਿੰਗ ਦਾ ਬਹੁਤ ਸ਼ੌਂਕ ਸੀਗਾ। ਪਰ ਟੀਚਿੰਗ ਵਿੱਚ ਮੈਂ ਇੱਕ ਗੱਲ ਦੇਖੀ ਵੀ ਹਰੇਕ ਜਾਣਾ ਆਪਣੀ ਸਬਜੈਕਟ ਨੂੰ ਪੜ੍ਹ ਸਕਦਾ ਜਿਹਦੇ ਵਿੱਚ ਹੈਗਾ ਆ, ਬੁੱਧੀ ਹੈਗੀ ਆ, ਉਹ ਪੜ੍ਹ ਜਾਊਗਾ, ਉਹ ਮੈਥ ਪੜ੍ਹ ਸਕਦਾ, ਇੰਗਲਿਸ਼ ਪੜ੍ਹ ਸਕਦਾ ਆ। ਪਰ ਜੇ ਤੁਸੀਂ ਬੱਚੇ ਨੂੰ ਪੜ੍ਹਾਉਣਾ ਆ ਪਹਿਲਾਂ ਤੁਹਾਨੂੰ ਬੱਚੇ ਦੀ ਸਾਈਕੋਲੋਜੀ ਸਿੱਖਣੀ ਪੈਣੀ ਆ। ਇਹ ਨਹੀਂ ਵੀ ਤੁਸੀਂ ਬੱਚੇ ਨੂੰ ਸਿਰਫ ਪੜ੍ਹਾ ਸਕਦੇ ਆ, ਤੁਹਾਨੂੰ ਜਿਹੜੀ ਬੱਚੇ ਦੀਆਂ ਹੋਰ ਸਾਰੀਆਂ ਲੋੜਾਂ ਹੁੰਦੀਆਂ ਆ ਉਹਨਾਂ ਵੱਲ ਵੀ ਧਿਆਨ ਕਰਨਾ ਪੈਣਾ ਆ। ਵੀ ਇੰਗਲਿਸ਼ ਵਿੱਚ ਕਹਿੰਦੇ ਹੁੰਦੇ ਆ ਯੂ ਕੈਨ ਨਾਟ ਟੀਚ ਅ ਸਬਜੈਕਟ, ਯੂ ਹੈਵ ਟੂ ਟੀਚ ਦ ਚਾਇਲਡ। ਜੇ ਤੁਸੀਂ ਬੱਚੇ ਨੂੰ ਪੜ੍ਹਾਉਣਾ ਆ ਫਿਰ ਤੁਹਾਨੂੰ ਸਮਾਜ ਵਿੱਚ ਧਿਆਨ ਕਰਨਾ ਪੈਣਾ ਵੀ ਸਮਾਜ ਵਿੱਚ ਕਿਹੜੀਆਂ ਕਮੀਆਂ ਹੈਗੀਆਂ ਆ ਜਿਹੜੀਆਂ ਸਾਡੇ ਬੱਚਿਆਂ ਦੇ ਉੱਪਰ ਅਸਰ ਪਾਉਂਦੀਆਂ ਆ। ਉਹ ਰੇਸਿਜ਼ਮ ਦੇ ਇਸ਼ੂ ਹੈਗੇ ਆ, ਜੈਂਡਰ ਦੇ ਇਸ਼ੂ ਹੈਗੇ ਆ, ਪੋਵਰਟੀ ਦੇ ਇਸ਼ੂ ਹੈਗੇ ਆ, ਡੋਮੈਸਟਿਕ ਵਾਇਲੈਂਸ ਦੇ ਇਸ਼ੂ ਹੈਗੇ ਆ, ਅਮੀਰੀ ਗਰੀਬੀ ਦੇ ਫਾਸਲੇ ਦੇ ਬਹੁਤ ਇਸ਼ੂਜ਼ ਹੈਗੇ। ਸੋ ਜੇ ਇਹਨਾਂ ਦੇ ਸਾਰਿਆਂ ਦੇ ਤੁਸੀਂ ਬੱਚਿਆਂ ਨੂੰ ਪੜ੍ਹਾਉਣਾ ਆ ਤੁਹਾਨੂੰ ਇਹਨਾਂ ਦੇ ਲਈ ਵੀ ਕੋਈ ਨਾ ਕੋਈ ਤਾਂ ਹੱਲ ਟੋਲਣਾ ਹੀ ਪੈਣਾ। ਇਸ ਕਰਕੇ ਗੁੱਡ ਟੀਚਰ ਉਹ ਹੁੰਦੇ ਆ ਜਿਹੜੇ ਸਿਰਫ ਕਲਾਸਰੂਮ ਵਿੱਚ ਨਹੀਂ ਪੜ੍ਹਾਉਂਦੇ ਪਰ ਸਮਾਜ ਸੁਧਾਰਨ ਦੇ ਵੱਲ ਵੀ ਧਿਆਨ ਕਰਕੇ ਕੰਮ ਕਰਦੇ ਆ। ਸੋ ਇਹ ਮੈਂ ਸਿੱਖਿਆ ਸੀਗਾ ਫਰੋਮ ਮਾਈ ਮੈਂਟਰ।
ਜਿਹੜੇ ਮੇਰੀ ਇੱਕ ਤਾਂ ਮੈਨੂੰ ਬਹੁਤ ਵਧੀਆ ਔਰਤਾਂ ਮਿਲੀਆਂ ਜਿਹੜੀਆਂ ਮੇਰੀਆਂ ਮੈਂਟਰ ਰਹੀਆਂ ਆ। ਸਭ ਤੋਂ ਵੱਡਾ ਮੈਂਟਰ ਮੇਰਾ ਡੈਡ ਸੀ, ਉਸ ਤੋਂ ਬਾਅਦ ਮਾਈ ਟੀਚਰਸ, ਫਿਰ ਲੇਬਰ ਮੂਵਮੈਂਟ ਵਿੱਚ ਟੀਚਿੰਗ ਪ੍ਰੋਫੈਸ਼ਨ ਵਿੱਚ ਮੈਨੂੰ ਬਹੁਤ ਹੀ ਸਟਰੋਂਗ ਵੁਮੈਨ ਮਿਲੀਆਂ ਜਿਨ੍ਹਾਂ ਨੇ ਸਦਾ ਹੀ ਮੈਨੂੰ ਸਹੀ ਰਸਤੇ ਤੇ ਗਾਈਡ ਕੀਤਾ ਤੇ ਇਹ ਕਿਹਾ ਵੀ ਕਦੀ ਨਾ ਭੁੱਲਣਾ ਆਪਣਾ ਸਟਰੈਂਥ ਤੇ ਆਪਣੀ ਬਿਲੀਫ ਸਿਸਟਮ। ਵੀ ਹਵਾ ਆਉਂਦੀ ਆ, ਝੌਂਕੇ ਆਉਂਦੇ ਆ, ਤੁਹਾਡੇ ਤੇ ਪ੍ਰੈਸ਼ਰ ਹੋਣਾ, ਤੁਸੀਂ ਇੱਧਰ ਨੂੰ ਹੋ ਜਾਵੋ ਉੱਧਰ ਨੂੰ ਹੋ ਜਾਵੋ, ਪਰ ਤੁਸੀਂ ਆਪਣਾ ਰਸਤਾ ਆਪ ਚੁਣੋ। ਤੇ ਇਸ ਕਰਕੇ ਮੈਂ ਫਿਰ ਟੀਚਿੰਗ ਯੂਨੀਅਨ ਵਿੱਚ ਇਨਵੋਲਵ ਹੋ ਗਈ। ਉਦੋਂ ਕਹਿੰਦੇ ਸੀਗੇ ਵੀ ਚੱਲ ਤੂੰ ਇੱਥੇ ਖੜੀ ਹੋ ਜਾ, ਮੈਂ ਕਿਹਾ ਚੱਲ ਮੈਂ ਹੋ ਜਾਂਦੀ ਹਾਂ। ਕਹਿੰਦੇ ਕੋਈ ਜੈਸਸ ਦਾ ਤਾਂ ਹੁੰਦਾ ਨਹੀਂ, ਜਦੋਂ ਪਹਿਲੀ ਵਾਰੀ ਖੜਾ ਹੁੰਦਾ ਉਹਨਾਂ ਦਿਨਾਂ ਦੇ ਵਿੱਚ ਯੂਨੀਅਨ ਦੇ ਵਿੱਚ ਵੀ। ਜਦੋਂ ਮੈਂ ਖੜੀ ਹੋਈ ਮੈਂ ਸੋਚਿਆ ਸੀ ਆ ਮੇਰਾ ਪ੍ਰੈਕਟਿਸ ਰਹਿੰਦੀ ਆ, ਮੈਂ ਜਿੱਤ ਗਈ। ਫਿਰ ਉਦੋਂ ਬਾਅਦ ਮੈਂ ਪ੍ਰਧਾਨ ਬਣ ਗਈ। ਉਦੋਂ ਫਿਰ ਉਹ ਪੀਰੀਅਡ ਸੀਗਾ ਜਦੋਂ ਲਿਬਰਲ ਸਰਕਾਰ ਨੇ ਹੈਲਥ ਵਰਕਰਸ, ਪਬਲਿਕ ਸਰਵਿਸ ਵਰਕਰਸ ਤੇ ਸਭ ਤੋਂ ਜ਼ਿਆਦਾ ਨਹੀਂ ਬਟ ਬਰਾਬਰ ਟੀਚਰਸ ਤੇ ਇਸ ਤਰ੍ਹਾਂ ਦਾ ਹਮਲਾ ਕੀਤਾ ਸੀਗਾ ਵੀ ਜਿਹੜੇ ਸਾਡੇ ਵਰਕਿੰਗ ਐਂਡ ਲਰਨਿੰਗ ਕੰਡੀਸ਼ਨ 20-30 ਸਾਲ ਪਹਿਲਾਂ ਨੈਗੋਸ਼ੀਏਟ ਕੀਤੇ ਗਏ ਸੀ, ਉਹਨਾਂ ਨੇ ਸਾਰਿਆਂ ਨੂੰ ਇੱਕ ਕਲਮ ਨਾਲ ਹੀ ਸਮਝੋ ਪੇਪਰ ਪਾੜ ਕੇ ਹੀ ਸੱਟ ਦਿੱਤੇ। ਉਹ ਅਸੀਂ ਪਹਿਲਾਂ ਉਦੋਂ ਸਟ੍ਰਾਈਕ ਕੀਤੀ ਸੀ, ਫਿਰ ਅਸੀਂ ਹੁਣ ਸੁਪਰੀਮ ਕੋਰਟ ਕੇਸ ਵੀ ਜਿੱਤੇ ਸੀਗੇ ਵੀ ਸਰਕਾਰ ਨੇ ਜੋ ਕੁਛ ਕੀਤਾ ਸੀਗਾ ਗਲਤ ਕੀਤਾ ਸੀਗਾ, ਉਹਨਾਂ ਦਾ ਕੋਈ ਹੱਕ ਹੈ ਨਹੀਂ ਸੀ। ਸੋ ਇਸ ਕਰਕੇ ਪੋਲੀਟੀਕਲ ਐਕਟੀਵਿਜ਼ਮ ਬਾਜੇ ਵੇਲੇ ਜੋ ਕੁਛ ਸਰਕਾਰਾਂ ਕਰਦੀ ਹੈ ਉਹ ਤੁਹਾਨੂੰ ਪੋਲੀਟੀਕਲ ਐਕਟੀਵਿਸਟ ਬਣਾ ਦਿੰਦੀ ਹੈ। ਮੈਨੂੰ ਪੋਲੀਟੀਕਲ ਐਕਟੀਵਿਸਟ ਜੇ ਕਿਸੇ ਨੇ ਬਣਾਇਆ ਉਹ ਬੱਚਿਆਂ ਨੇ ਬਣਾਇਆ ਆ, ਇਹਨਾਂ ਲਈ ਸੁਧਾਰ ਕਿੱਦਾਂ ਲਿਆਉਣਾ ਆ। ਤੇ ਜੇ ਕੁਛ ਚੀਜ਼ ਮੈਨੂੰ ਲੈ ਕੇ ਆਈ ਆ ਪੋਲੀਟਿਕਸ ਵਿੱਚ ਹੁਣ ਉਹ ਇਹ ਹੈਗੀ ਆ ਵੀ ਅਸੀਂ ਆਉਣ ਵਾਲੀ ਪੀੜ੍ਹੀ ਲਈ ਕਿਸ ਤਰ੍ਹਾਂ ਦਾ ਮਜ਼ਬੂਤ ਸਮਾਜ ਬਣਾ ਕੇ ਚੱਲੀਏ ਵੀ ਇਹਨਾਂ ਨੂੰ ਇੱਥੇ ਬੈਠਿਆਂ ਨੂੰ ਲੱਗੇ ਨਾ ਵੀ ਇਹ ਸਾਡਾ ਦੇਸ਼ ਨਹੀਂ, ਸਾਡਾ ਇੱਥੇ ਪੂਰੇ ਹੱਕ ਹੈ ਨਹੀਂ ਗੇ। ਇਹਨਾਂ ਨੂੰ ਇਹ ਵੀ ਹੋਣਾ ਗਰਵ ਹੋਣਾ ਚਾਹੀਦਾ ਵੀ ਆਹ ਸਾਡੀ ਹਿਸਟਰੀ ਆ, ਆਹ ਸਾਡੀਆਂ ਜੜ੍ਹਾਂ ਆ, ਜੜ੍ਹਾਂ ਨਾਲ ਜੁੜ ਕੇ ਰਹਿਣਾ ਬੂਟੇ ਲਈ ਬਹੁਤ ਹੀ ਜ਼ਰੂਰੀ ਹੁੰਦਾ ਆ। ਜਿੱਦਣ ਬੂਟਾ ਜੜ੍ਹਾਂ ਤੋਂ ਅਲੱਗ ਹੋ ਜਾਂਦਾ ਆ ਉਸ ਦਿਨ ਉਹ ਖਤਮ ਹੋ ਜਾਂਦਾ ਆ। ਸੋ ਇਸ ਕਰਕੇ ਮੈਂ ਹਿਸਟਰੀ ਟੀਚਰ ਵੀ ਰਹੀ ਹਾਂ, ਮੈਂ ਬਹੁਤ ਹੀ ਬਿਲੀਵ ਕਰਦੀ ਹਾਂ ਵੀ ਆਪਾਂ ਨੂੰ ਜੜ੍ਹਾਂ ਵਿੱਚ ਜੁੜ ਕੇ ਇੱਥੇ ਵਧੀਆ ਸਮਾਜ ਬਣਾਉਣਾ ਆ। ਜਦੋਂ ਅਸੀਂ ਬਾਹਰੋਂ ਆਏ ਹਾਂ, ਮੈਂ ਵੀ ਬਾਹਰੋਂ ਹੀ ਆਈ ਹਾਂ, ਪਹਿਲਾਂ ਇੰਡੀਆ ਤੋਂ ਇੰਗਲੈਂਡ, ਫਿਰ ਇੰਗਲੈਂਡ ਤੋਂ ਇੱਥੇ, ਜੋ ਕੁਛ ਵਧੀਆ ਸੀ ਉਹ ਨਾਲ ਲੈ ਕੇ ਆਵੋ। ਅਸੀਂ ਇਸ ਮੁਲਕ ਵਿੱਚ ਰਹਿੰਦੇ ਹਾਂ, ਸਾਡੇ ਕੋਲ ਮਲਟੀਕਲਚਰਲਿਜ਼ਮ ਹੈਗਾ, ਸਾਰੇ ਹੱਕ ਹੈਗੇ, ਪਰ ਸਾਡਾ ਇਹ ਵੀ ਹੱਕ ਬਣਦਾ ਆ ਤੇ ਸਾਡੀ ਜ਼ਿੰਮੇਵਾਰੀ ਵੀ ਬਣਦੀ ਆ ਵੀ ਅਸੀਂ ਜਿੱਥੇ ਰਹਿੰਦੇ ਹਾਂ ਇਸ ਸਮਾਜ ਨੂੰ ਵਧੀਆ ਬਣਾਈਏ, ਕਰਕੇ ਸਾਡੇ ਬੱਚਿਆਂ ਨੇ ਇੱਥੇ ਹੀ ਰਹਿਣਾ ਆ। ਤੇ ਮੈਂ ਨਹੀਂ ਚਾਹੁੰਦੀ ਵੀ ਉਹਨਾਂ ਨੂੰ ਉਹ ਸਾਹਮਣੇ ਕਰਨ ਪੈਣ ਜਿਹੜੇ ਸਾਡੇ ਜਨਰੇਸ਼ਨ ਨੂੰ ਕਰਨੇ ਪਏ ਸੀਗੇ ਸਕੂਲਾਂ ਦੇ ਵਿੱਚ ਤੇ ਸਮਾਜ ਦੇ ਵਿੱਚ। ਵਪਾਰਕ ਸੰਦੇਸ਼ਾਂ ਤੋਂ ਬਾਅਦ ਇੱਥੋਂ ਹੀ ਅੱਗੇ ਚੱਲਦੇ ਹਾਂ ਜੀ। ਸਿੰਧ ਮੇਰੇ ਨਾਲ ਨੇ, ਅੱਛਾ ਜੀ ਬਿਜ਼ਨਸ ਦੀ ਗੱਲ ਕਰੀਏ 5-7 ਮਿੰਟ ਆਪਣੇ ਕੋਲ। ਬੀਸੀ ਲਿਬਰਲ MLA ਕੱਲ ਸਟੈਪ ਡਾਊਨ ਹੋ ਗਈ, ਅੱਜ ਪਹਿਲਾ ਦਿਨ ਹੈ, ਮਤਲਬ ਪਹਿਲਾਂ ਹੀ ਉਹਨਾਂ ਰਿਜ਼ਾਈਨ ਕੀਤਾ ਹੋਇਆ ਸੀ ਵਾਈਟ ਰੌਕ ਦੇ MLA ਟ੍ਰੇਸੀ ਰੈਡੀਸ ਨੇ। ਤੇ ਹੁਣ 41-41 ਤੁਹਾਡੇ ਦੋਨਾਂ ਦੇ MLA ਹੋ ਗਏ ਤੇ 2 ਗ੍ਰੀਨ ਤੇ 2 ਇੰਡੀਪੈਂਡੈਂਟਸ। ਸੋ ਹੁਣ ਕਿਹੋ ਜਿਹਾ ਸਿਨੇਰੀਓ ਹੈ ਤੇ ਹੁਣ ਕੀ ਸੋਚਦੇ ਆ ਵੀ ਬਾਈ ਇਲੈਕਸ਼ਨ ਹੋਊ ਜਾਂ ਇਲੈਕਸ਼ਨ ਹੋਊ? ਦੇਖੋ ਤੁਹਾਡੇ ਕੋਲ 6 ਮੰਥਸ ਹੁੰਦੇ ਆ ਬਾਈ ਇਲੈਕਸ਼ਨ ਕੋਲ ਕਰਨ ਨੂੰ। ਇਹ ਡਿਸੀਜਨ ਤਾਂ ਪ੍ਰੀਮੀਅਰ ਦੇ ਹੱਥ ਵਿੱਚ ਹੈਗਾ ਆ ਤੇ ਇਸ ਵਕਤ ਸਾਰੇ ਤਾਂ ਵੀ ਨੰਬਰ ਇਸ ਵਕਤ ਠੀਕ ਹੀ ਹੈਗੇ ਆ, ਕਰਕੇ ਜਿਹੜੇ ਇੰਡੀਪੈਂਡੈਂਟ ਵੀ ਹੈਗੇ ਆ ਆਪਣੇ ਐਂਡਰੂ ਵੀਵਾ ਉਹ ਵੀ ਨਾਲ ਹੀ ਖੜਾ ਆ। ਉਹ ਬਹੁਤ ਵਧੀਆ ਆਰਟੀਕਲ ਲਿਖਿਆ, ਸ਼ਾਇਦ ਤੁਸੀਂ ਪੜ੍ਹਿਆ ਹੋਊਗਾ, ਕੱਲ ਛਾਪਿਆ ਸੀਗਾ ਕਰਿਆ ਮੇਰੇ ਬਈ ਜੌਨ ਹੋਗਨ, ਬਹੁਤ ਵਧੀਆ ਪ੍ਰੀਮੀਅਰ ਆ ਵੀ ਇਹਦੇ ਨਾਲ ਕੰਮ ਕਰਕੇ ਉਹਨੂੰ ਬਹੁਤ ਖੁਸ਼ੀ ਹੋਈ ਆ, ਉਹ 100% ਸਪੋਰਟ ਕਰ ਰਹੇ ਆ ਵੀ ਜੋ ਕੰਮ ਹੈ NDP ਕਰ ਰਹੀ ਆ। ਸੋ ਇਸ ਕਰਕੇ ਹੁਣ ਸਾਡਾ ਸਮਾਂ ਬ੍ਰੇਕ ਹੈਗਾ ਆ, ਐਤਕੀ ਸਮਾਂ ਬ੍ਰੇਕ ਥੋੜਾ ਛੋਟਾ ਸੀਗਾ ਕਰਕੇ ਪਾਰਲੀਮੈਂਟ ਪਿਛਲੇ ਹਫ਼ਤੇ ਤੱਕ ਚੱਲਦੀ ਰਹੀ ਆ, ਡੇਢ ਹਫ਼ਤਾ ਹੋ ਗਿਆ ਹੁਣ ਫਿਨਿਸ਼ ਹੋਈ ਨੂੰ, ਤੇ ਹੁਣ ਐਂਡ ਆਫ ਸੈਪਟੈਂਬਰ ਤੇ ਜਾ ਕੇ ਫਿਰ ਹਾਊਸ ਖੁੱਲੇਗਾ ਤੇ ਫਿਰ ਦੇਖਦੇ ਵੀ ਗਾਂ ਕੀ ਹੁੰਦਾ ਹੈ। ਅੱਛਾ ਜੀ, ਤੇ ਨੈਕਸਟ ਜਿਹੜਾ ਵੈਨਕੂਵਰ ਸਨ ਨੇ ਬਹੁਤ ਵੱਡੀ ਇੱਕ ਖਬਰ ਛਾਪੀ ਹੈ ਕਿ ਪ੍ਰੀਮੀਅਰ ਹੋਰਗਨ ਨੂੰ ਬੈਸਟ ਪ੍ਰੀਮੀਅਰ ਦਾ ਦੀ ਜਿਹੜੀ ਪੋਲ ਹੈ ਇਨ ਕੈਨੇਡਾ ਦੇ ਵਿੱਚ ਕੋਵਿਡ 19 ਨੂੰ ਜਿਸ ਤਰ੍ਹਾਂ ਉਹਨੇ ਹੈਂਡਲ ਕੀਤਾ,
ਇਹਦੇ ਵਿੱਚ ਤੇ ਦੂਸਰੇ ਬੰਦੇ ਡਾਕਟਰ ਬੌਨੀ ਹੈਨਰੀ ਕਹਿ ਰਹੀ ਹੈ ਕਿ ਸੈਕਿੰਡ ਵੇਵ ਤੋਂ ਮੈਂ ਡਰ ਰਹੀ ਹਾਂ ਤੇ ਸਾਨੂੰ ਕੁਝ ਨਾ ਕੁਝ ਅਡੈਪਟ ਕਰਨਾ ਪੈਣਾ ਹੁਣ ਸੋਸ਼ਲ ਇੰਟਰੈਕਸ਼ਨ ਤੇ ਇਕੱਠ ਤੇ, ਇਹਦਾ ਕੀ ਸੁਨੇਹਾ ਜੀ? ਦੇਖੋ ਸਭ ਤੋਂ ਪਹਿਲਾਂ ਜਿਹੜੀ ਆਪਣੇ ਕੋਲ ਹੈਲਥ ਕੇਅਰ ਪੈਂਡੇਮਿਕ ਹੈਗੀ ਆ ਨਾ, ਇਸ ਵਕਤ ਹਰੇਕ ਡਾਕਟਰ ਬਣਨ ਨੂੰ ਤਿਆਰ ਹੋ ਜਾਂਦੇ ਆ, ਪਰ ਆਪਣੇ ਕੋਲ ਡਾਕਟਰ ਬੌਨੀ ਹੈਨਰੀ ਨੇ ਅੱਜ ਤੱਕ ਸਾਨੂੰ ਵਧੀਆ ਗਾਈਡੈਂਸ ਦਿੱਤੀ ਆ ਕਰਕੇ ਉਹ ਡੇਟਾ ਵਰਤ ਕੇ ਤੇ ਹੈਲਥ ਕੇਅਰ ਵੱਲ ਧਿਆਨ ਕਰਕੇ ਫੈਸਲੇ ਦਿੰਦੇ ਆ ਤੇ ਅਸੀਂ ਉਹਦੇ ਹੱਥ ਵਿੱਚ ਇਹ ਲੀਡ ਰਹਿਣ ਦਿੱਤੀ ਆ ਜਿਸ ਤਰ੍ਹਾਂ ਓਪਨਿੰਗ ਹੋਊਗੀ ਗਾਂ ਜਿਸ ਤਰ੍ਹਾਂ ਦੇ ਸਟਿਮੂਲਸ ਪੈਕੇਜ ਬਾਕੀ ਸਭ ਕੁਛ ਉਹ ਸਰਕਾਰ ਦੇ ਹੱਥ ਵਿੱਚ ਹੈਗਾ ਆ। ਪਰ ਮੈਂ ਬਹੁਤ ਅਪਰੀਸ਼ੀਏਟ ਕਰਦੀ ਹਾਂ ਪ੍ਰੀਮੀਅਰ ਹੋਗਨ ਨੂੰ ਕਿਉਂਕਿ ਉਹਨਾਂ ਨੇ ਆਪਣੇ ਆਪ ਨੂੰ ਨਹੀਂ ਮੋਹਰੇ ਕੀਤਾ, ਉਹਨਾਂ ਨੇ ਹੈਲਥ ਆਫਿਸਰ ਤੇ ਸਾਡਾ ਹੈਲਥ ਮਿਨਿਸਟਰ ਦੋਨੋਂ ਮੋਹਰੇ ਸੀਗੇ, ਪੂਰੀ ਟੀਮ ਬਣ ਕੇ ਸਾਰਿਆਂ ਨੇ ਕੰਮ ਕੀਤਾ ਆ ਤੇ ਸਭ ਤੋਂ ਵੱਡੀ ਸ਼ਹਿ ਜਾਂਦੀ ਆ ਬੀਸੀ ਵਿੱਚ ਰਹਿਣ ਵਾਲਿਆਂ ਨੂੰ ਕਰਕੇ ਇਹਨਾਂ ਨੇ ਡਾਕਟਰ ਬੌਨੀ ਹੈਨਰੀ ਦੇ ਜਿਹੜੇ ਰਿਕੁਐਸਟ ਸੀਗੇ ਓਰਡਰ ਸੀਗੇ ਉਹ ਫੋਲੋ ਕੀਤੇ। ਹੁਣ ਆਪਾਂ ਸਾਰਿਆਂ ਨੇ ਥੋੜੀ ਅੱਗੇ ਨਾਲ ਢਿੱਲ ਕਰ ਲਈ ਆ, ਇਸ ਕਰਕੇ ਹੁਣ ਡਾਕਟਰ ਬੌਨੀ ਹੈਨਰੀ ਫੇਰ ਕਹਿੰਦੀ ਆ ਵੀ ਹੁਣ ਪਾਰਟੀਆਂ ਸ਼ਾਟਕਾਂ ਥੋੜੀਆਂ ਘੱਟ ਕਰਦੀ ਆ ਸੋਸ਼ਲਾਈਜ਼ਿੰਗ, ਕਿਉਂਕਿ ਗਾਂ ਜਦੋਂ ਫਲੂ ਸੀਜ਼ਨ ਆ ਜਾਂਦਾ ਰੈਸਪੀਰੇਟਰੀ ਸੀਜ਼ਨ ਉਹਨੂੰ ਕਹਿੰਦੇ ਜਦੋਂ ਆਪਣਾ ਫੋਲ ਆ ਜਾਂਦਾ ਆ ਉਦੋਂ ਜ਼ਿਆਦਾ ਖਤਰਾ ਹੁੰਦਾ ਆ ਫਲੂ ਤੇ ਦੂਸਰੇ ਵਾਇਰਸ ਫੈਲਣ ਦਾ। ਇਸ ਕਰਕੇ ਆਪਾਂ ਸਾਰਿਆਂ ਨੂੰ ਪਤਾ ਵੀ ਆਪਣੇ ਨੰਬਰ ਥੋੜੇ ਵੱਧ ਗਏ ਆ, ਹੁਣ ਕੱਲ ਦੇ ਨੰਬਰ ਵੀ ਆਲਮੋਸਟ 100 ਦੇ ਸੀਗੇ ਪਿਛਲੇ 3 ਦਿਨਾਂ ਦੇ ਲਈ। ਸੋ ਆਪਣੀ ਸਾਰਿਆਂ ਦੀ ਜ਼ਿੰਮੇਵਾਰੀ ਬਣਦੀ ਆ ਹੁਣ ਵੀ ਅਸੀਂ ਧਿਆਨ ਕਰੀਏ, ਅਸੀਂ ਥੋੜਾ ਕੁ ਸੋਸ਼ਲ ਡਿਸਟੈਂਸਿੰਗ ਰੱਖੀਏ, ਜੇ ਸਿਹਤ ਨਹੀਂ ਠੀਕ ਆ ਘਰ ਰਹੀਏ, ਜੇ ਕਿਸੇ ਦੇ ਬਾਹਲਾ ਲਾਗੇ ਜਾਣਾ ਵੀ ਪਵੇ ਮਾਸਕ ਪਹਿਨ ਲਵੋ। ਖਾਸ ਹੁਣ ਵੱਡੀਆਂ ਸ਼ੋਪਾਂ ਨੇ ਨਿੱਕੀਆਂ ਨੇ ਵੀ ਮਾਸਕ ਮੈਂਡੇਟਰੀ ਤਾਂ ਸਾਰੇ ਹੋ ਹੀ ਗਏ ਲੱਗਦੇ ਆ, ਕਿਸੀ ਫੈਰੀਸ ਤੇ ਵੀ ਮੈਂਡੇਟਰੀ ਆ, ਟ੍ਰਾਂਸਲਿੰਕ ਤੇ ਵੀ ਮੈਂਡੇਟਰੀ ਆ, ਪਰ ਆਪਣੇ ਸਕੂਲ ਵੀ ਖੁੱਲ ਜਾਣੇ ਆ ਉੱਥੇ ਵੀ ਬਹੁਤ ਪਰਹੇਜ ਰੱਖਿਆ ਜਾਂਦਾ ਆ ਵੀ ਬੱਚਿਆਂ ਦੀ ਸੇਫਟੀ ਵੀ ਪੈਰਾਮਾਊਂਟ ਹੁੰਦੀ ਆ, ਉੱਥੇ ਵੀ ਸਾਰੀ ਗਾਈਡੈਂਸ ਹੈਲਥ ਆਫਿਸਰ ਦੇ ਰਹੇ ਆ। ਪਰ ਮੈਂ ਸਰੀ ਸਕੂਲ ਡਿਸਟ੍ਰਿਕਟ ਨੂੰ ਵੀ ਸ਼ਹਿ ਦਿੰਦੀ ਹਾਂ, ਇਹਨਾਂ ਨੇ ਜਿਹੜਾ ਕੱਲ ਪਲਾਨ ਅਨਵੇਲ ਕੀਤਾ ਬਹੁਤ ਹੀ ਵਧੀਆ ਹੈਗਾ। ਤੇ ਕੁਛ ਹੋਰ ਐਡ ਕਰਨਾ ਚਾਹੋ, ਕੋਈ ਕੋਈ ਗੱਲਬਾਤ ਭਾਈਚਾਰੇ ਨਾਲ ਕਰਨੀ ਚਾਹੋ, ਮਤਲਬ ਸਕੂਲੀ ਵਰ੍ਹਾ ਸ਼ੁਰੂ ਹੋਣ ਲੱਗਿਆ ਵੀਕ ਦੇ ਵਿੱਚ ਤੇ ਕੁਛ ਬੀਇੰਗ ਤੁਸੀਂ ਟੀਚਰ ਤਜਰਬਾ ਤੇ ਬੀਇੰਗ ਏ ਪੋਲੀਟੀਸ਼ੀਅਨ ਕਮਿਊਨਿਟੀ ਨੂੰ ਕੁਝ ਹੋਰ ਅਖੀਰ ਚ ਦੱਸਣਾ ਚਾਹੋ? ਦੇਖੋ ਇਸ ਵਕਤ ਸਾਰੇ ਪੇਰੈਂਟਸ ਦੇ ਬੱਚੇ ਆ ਸਾਰਿਆਂ ਦੇ ਵਿੱਚ ਐਂਗਜ਼ਾਇਟੀ ਲੈਵਲ ਬਹੁਤ ਹੁੰਦਾ ਹੈ ਜਦੋਂ ਸਕੂਲ ਖੁੱਲਦੇ ਹੁੰਦੇ ਆ, ਹਰੇਕ ਸਾਲ ਹੁੰਦਾ ਆ, ਪਰ ਐਤਕੀ ਥੋੜਾ ਜ਼ਿਆਦਾ ਹੈਗਾ ਆ ਕਿਉਂਕਿ COVID-19 ਕਰਕੇ ਸਾਡੇ ਬੱਚੇ ਪਿਛਲੇ ਮਾਰਚ ਦੇ ਸਕੂਲ ਨਹੀਂ ਗਏ 95%। ਸੋ ਇਸ ਕਰਕੇ ਥੋੜੀ ਇੱਕ ਐਕਸਾਈਟਮੈਂਟ ਵੀ ਹੈਗੀ ਤੇ ਜ਼ਿਆਦਾ ਐਂਗਜ਼ਾਇਟੀ ਵੀ ਹੈਗੀ ਆ। ਪਰ ਸਾਰਿਆਂ ਨੂੰ ਇਹ ਹੀ ਕਹਾਂਗੇ ਵੀ ਡਾਕਟਰ ਬੌਨੀ ਹੈਨਰੀ ਨੇ ਤੇ ਹੈਲਥ ਆਫਿਸਰਸ ਨੇ ਬਹੁਤ ਵਧੀਆ ਤਰੀਕੇ ਦੇ ਨਾਲ ਫਰੇਮਵਰਕ ਬਣਾਇਆ, ਉਸ ਫਰੇਮਵਰਕ ਨੂੰ ਹਰੇਕ ਸਕੂਲ ਡਿਸਟ੍ਰਿਕਟ ਨੇ ਫਿਰ ਡਿਵੈਲਪ ਕੀਤਾ। ਇੱਥੇ ਸਰੀ ਦੇ ਵਿੱਚ ਸਰੀ ਸਕੂਲ ਡਿਸਟ੍ਰਿਕਟ ਦੇ ਵੈਬਸਾਈਟ ਤੇ ਜਾ ਕੇ ਤੁਸੀਂ ਇੱਕ ਸਰਵੇ ਹੈਗੀ ਆ ਸਾਰੇ ਪੇਰੈਂਟਸ ਨੂੰ ਕਹਿੰਦੀ ਆ ਉਹ ਫਿਲ ਕਰੋ, ਉੱਥੇ ਤੁਹਾਡੇ ਮੋਹਰੇ ਆਪਸ਼ਨਸ ਹੈਗੇ ਵੀ ਤੁਸੀਂ ਆਪਣੇ ਬੱਚੇ ਨੂੰ ਬਲੈਂਡਡ ਸਕੂਲ ਭੇਜਣਾ, ਮੋਰਨਿੰਗ ਨੂੰ ਭੇਜਣਾ, ਆਫਟਰਨੂਨ ਕਿੱਦਾਂ ਕਲਾਸਾਂ ਚੱਲਣੀਆਂ ਆ, ਉਹ ਸਰਵੇ ਭੇਜੋ। ਜੇ ਤੁਹਾਡੇ ਘਰ ਵਿੱਚ ਕੋਈ ਹੈਲਥ ਇਸ਼ੂਜ਼ ਹੈਗੇ ਆ ਉਹ ਵੀ ਦੱਸੋ, ਇਹ ਬਹੁਤ ਹੀ ਜ਼ਰੂਰਤ ਹੈਗੀ ਆ। ਸਕੂਲ ਡਿਸਟ੍ਰਿਕਟ ਸਾਰਿਆਂ ਨੂੰ ਨੋਟਿਸ ਭੇਜੀ ਜਾਂਦੇ ਪੇਰੈਂਟਸ ਨੂੰ, ਤੇ ਅੱਜ ਮੈਂ ਰੇਡੀਓ ਤੇ ਵੀ ਸਾਰੇ ਪੇਰੈਂਟਸ ਦੀ ਬੇਨਤੀ ਕਰਦੀ ਹਾਂ ਉਹ ਫੋਰਮ ਜ਼ਰੂਰ ਕੰਪਲੀਟ ਕਰੋ, ਕਿਉਂਕਿ ਉਹਦੇ ਨਾਲ ਫਿਰ ਸਕੂਲ ਦਾ ਹੋਰ ਫਾਈਨ ਟਿਊਨ ਪਲਾਨਿੰਗ ਕਰ ਸਕਦਾ ਆ ਤੇ ਨਾਲੇ ਜਿਹੜੀਆਂ ਤੁਹਾਡੀਆਂ ਮੰਗਾਂ ਹੈਗੀਆਂ, ਤੁਹਾਡੇ ਡਰ ਹੈਗੇ ਆ, ਤੁਹਾਨੂੰ ਪਤਾ ਨਹੀਂ ਲੱਗਦਾ ਵੀ ਬੱਚਾ ਕਿੱਦਾਂ ਸਕੂਲੇ ਜਾਊਗਾ, ਉਹ ਤੁਹਾਡੇ ਸਾਰੇ ਮੋਹਰੇ ਉਹ ਰੱਖ ਦੇਣਗੇ। ਇਸ ਵਕਤ ਸਾਰੇ ਇਹ ਜਿਹੜੀ ਪੈਂਡੇਮਿਕ ਆਪਾਂ ਸਾਰਿਆਂ ਨੂੰ ਪਹਿਲੀ ਵਾਰੀ ਇਹਦਾ ਸਾਹਮਣਾ ਕਰਨਾ ਪਿਆ ਆ, ਇਸ ਕਰਕੇ ਕਿਸੇ ਕੋਲ ਕਿੱਦਾਂ ਵੀ ਬੁੱਕ ਹੈ ਨਹੀਂ ਗੀ ਹੁਣ ਆ ਕਰੀਏ ਹੁਣ ਆ ਕਰੀਏ, ਕੋਲੈਬੋਰੇਟਿਵਲੀ ਸਾਰੇ ਪੇਰੈਂਟਸ, ਟੀਚਰਸ, ਸਪੋਰਟ ਵਰਕਰਸ, ਯੂਪੀ ਵਰਕਰਸ, ਪ੍ਰਿੰਸੀਪਲਸ ਸਾਰੇ ਰਲ ਮਿਲ ਕੇ ਆ ਜਿਹੜੀ ਆਉਣ ਵਾਲੀ ਸਟੈਪ ਚੁੱਕ ਰਹੇ ਆ, ਪਰ ਉਹਦੇ ਵਿੱਚ ਤੁਹਾਡੀ ਸਾਰੇ ਪੇਰੈਂਟਸ ਦੀ ਸਖ਼ਤ ਜ਼ਰੂਰਤ ਹੈਗੀ ਆ। ਤੁਸੀਂ ਆਪਣੇ ਵੱਲੋਂ ਇਹ ਫੋਰਮ ਜ਼ਰੂਰ ਭਰੋ ਕਿਉਂਕਿ ਸਕੂਲ ਫਿਰ ਆਪਣੀ ਤਿਆਰੀਆਂ ਕਰ ਸਕਣ। ਧੰਨਵਾਦ ਬਹੁਤ ਬਹੁਤ ਜੀ ਤੁਹਾਡੀ ਜ਼ਿੰਦਗੀ ਦੇ ਬਾਰੇ, ਬਹੁਤ ਮਨ ਦੇ ਵਿੱਚ ਸੀ ਬਈ ਤੁਸੀਂ ਕਿਵੇਂ ਆਏ ਇੱਥੇ ਕਿਸ ਤਰ੍ਹਾਂ ਆਏ, ਆ ਤੁਹਾਡਾ ਅੱਜ ਈਵਨ ਆਪਾਂ ਕਿੰਨੇ ਚਿਰ ਦੇ ਜਾਣਦੇ, ਮੈਨੂੰ ਫਸਟ ਟਾਈਮ ਪਤਾ ਲੱਗਾ ਪਹਿਲਾਂ ਤੁਸੀਂ ਕੁਬੈਕ ਦੇ ਵਿੱਚ ਆਏ ਤੇ ਇਹ ਇੱਕ ਨਵੀਂ ਚੀਜ਼ ਤੁਹਾਡੇ ਬਾਰੇ ਅੱਜ ਪਤਾ ਲੱਗਿਆ। ਸ਼ੁਭ ਸ਼ਾਮਾਂ ਤੇ ਫਿਰ ਕਿਸੇ ਦਿਨ ਗੱਲਬਾਤ ਕਰ। ਥੈਂਕ ਯੂ ਜੀ।
ਜਿੰਨੀ ਸਿੰਧ ਹੋਣੀ ਜਿਨ੍ਹਾਂ ਨੂੰ ਭਾਈਚਾਰੇ ਦੇ ਵਿੱਚ ਉਹਨਾਂ ਨੇ ਕੰਮ ਕੀਤਾ ਤੇ ਇੱਕ ਬਹੁਤ ਵਧੀਆ ਜਿਹੜਾ ਉਹਨਾਂ ਦੀ ਜ਼ਿੰਦਗੀ ਦਾ ਇੱਕ ਹਿੱਸਾ ਹੈ ਕਿ ਡੋਲਣਾ ਨਹੀਂ ਹੈ। ਬੀਂਗ ਏ ਲੇਡੀ ਬਹੁਤ ਕਲਾਊਡਸ ਆਉਂਦੇ ਨੇ, ਉਹ ਕਹਿੰਦੇ ਕੋਈ ਇਸ਼ੂ ਨਹੀਂ ਹੈ। ਜਦ ਪਿੱਛੇ ਜੇ ਉਹਨਾਂ ਦੇ ਏਡ ਹੈ ਜਿਹੜੀ ਆਫਿਸ ਸਟਾਫ, ਉਸਨੇ ਉਹਨਾਂ ਤੇ ਐਲੀਗੇਸ਼ਨ ਲਾਏ ਸੀ, ਉਹਨਾਂ ਦੇ ਵਿੱਚੋਂ ਬਾਇਜ਼ ਤੋਂ ਬਰੀ ਹੋਏ ਨੇ। ਆਰ ਸੀ ਐਮ ਪੀ ਨੇ ਉਹਦੀ ਇਨਵੈਸਟੀਗੇਸ਼ਨ ਕੀਤੀ, ਈਵਨ ਉਹਨਾਂ ਨੂੰ ਮਿਨਿਸਟਰੀ ਛੱਡਣੀ ਪਈ, ਤੇ ਪਰ ਉਹਦੇ ਵਿੱਚੋਂ ਉਹ ਸਾਫ ਕਲੀਅਰ ਬਰੀ ਹੋਏ ਨੇ। ਪੁਲਿਸ ਨੇ, ਆਰ ਸੀ ਐਮ ਪੀ ਨੇ ਕਿਹਾ ਉਹਨਾਂ ਉਹਦੇ 'ਚ ਕੋਈ ਕੁਛ ਗਲਤ ਨਹੀਂ। ਵਪਾਰਕ ਸੰਦੇਸ਼ ਆ ਕੇ ਇੱਕ ਗੀਤ ਸੁਣਾਉਣਾ ਤੁਹਾਨੂੰ ਦਲਜੀਤ ਦਾ, ਤੇ ਫਿਰ ਉਸ ਤੋਂ ਬਾਅਦ 200 ਸਾਲ ਪਹਿਲਾਂ ਤੁਹਾਡਾ ਵਤਨ ਪੰਜਾਬ ਕਿਹੋ ਜਿਹਾ ਸੀ, ਇੱਕ ਗੋਰੇ ਦੀ ਲਿਖਤ ਹੈ ਉਹਨੇ ਤੁਹਾਨੂੰ ਕਿਵੇਂ ਦੱਸਿਆ ਤੁਸੀਂ ਕਿਹੋ ਜਿਹੀ ਸੀ, ਉਹ ਸੁਣਾਉਣਾ। ਤੇ ਅਗਲੇ ਹਿੱਸੇ 'ਚ ਫਿਰ ਦੋ ਵਿਸ਼ੇ ਕਿ ਹਸਪਤਾਲਾਂ ਦੇ ਵਿੱਚ ਕਿਹੋ ਜਿਹੀ ਤੁਹਾਡੀ ਸੇਵਾ ਸੰਭਾਲ, ਤੇ ਬਾਰਡਰ ਟੱਪ ਦੇ ਤੁਹਾਨੂੰ ਕੀ ਫਰਕ ਖਿਆਲ ਰੱਖਣਾ ਪੈਂਦਾ। ਅਪ੍ਰੈਲ 1808 'ਚ ਬੰਗਾਲ ਦੀ ਆਰਮੀ ਦਾ ਇੱਕ ਅੰਗਰੇਜ਼ ਅਫਸਰ ਪੰਜਾਬ ਦੇਖਣ ਆਇਆ, 5 ਜੁਲਾਈ ਤੱਕ ਲਾਹੌਰ ਰਿਹਾ। ਦੋ ਵਾਰ ਉਹ ਮਹਾਰਾਜਾ ਰਣਜੀਤ ਸਿੰਘ ਨੂੰ ਮਿਲਿਆ, ਉਹਦਾ ਨਾਲ ਹਿੰਦੁਸਤਾਨੀ ਮੁਨਸ਼ੀ ਦੁਭਾਸ਼ੀਆ ਸੀ। ਇੱਕ ਵਾਰ ਉਹ ਸਿੱਧਵਾ ਬੇਟ ਦੇ ਨੇੜੇ ਵੀ ਦਰਿਆ ਸਤਲੁਜ ਦੇ ਕੰਢੇ ਸੁੱਤਾ ਤਾਂ ਸਵੇਰੇ ਧੌਲਧਾਰ ਦੀਆਂ ਪਹਾੜੀਆਂ ਜਦ ਉੱਥੇ ਉਹਨਾਂ ਨੇ ਵੇਖੀਆਂ, ਇਹ ਵੀ ਦਰਜ ਹੈ। ਫਿਰ ਉਸਨੇ, ਉਹਦਾ ਨਾਂ ਸੀ ਆਰਨਲਡ ਮੈਥਿਊਸ, ਦਾ ਏਸ਼ੀਆਟਿਕ ਐਨੂਅਲ ਰਜਿਸਟਰ ਦੇ ਵਿੱਚੋਂ ਜਿਲਦ 1809 ਦੇ ਵਿੱਚ ਪੂਰਾ ਸਫ਼ਰਨਾਮਾ ਡਾਕਟਰ ਗੰਡਾ ਸਿੰਘ ਨੇ ਲੱਭ ਲਿਆ। ਉਹਦੇ ਵਿੱਚ ਜਿਵੇਂ ਉਹ ਲਿਖਦਾ ਹੈ, ਡਾਕਟਰ ਪੰਨੂ ਹੋਣਾ ਨੇ ਇਸ ਨੂੰ ਲਿਖਿਆ, 15 ਅਪ੍ਰੈਲ 1808 ਜਮੁਨਾ ਪਾਰ ਕਰਕੇ ਪੰਜਾਬ ਵੱਲ ਵਧਿਆ, ਸਹਾਰਨਪੁਰ ਵੱਲੋਂ ਨਾ ਪੰਜਾਬ ਵੱਲ ਨੂੰ ਆਉਂਦਾ ਸਿੱਖਾਂ ਦਾ ਕਾਫਲਾ ਮਿਲਿਆ, ਹਰਿਦੁਆਰ ਦੇ ਮੇਲਿਓਂ ਆ ਰਿਹਾ ਸੀ। ਸਾਰਿਆਂ ਨੇ ਮੇਰੇ 'ਚ ਦਿਲਚਸਪੀ ਲਈ, ਜੱਟੀਆਂ ਬੇਝਿਜਕ ਹੋ ਕੇ ਮੇਰੇ ਨੇੜੇ ਆ ਗਈਆਂ, ਮਰਦਾਂ ਨੂੰ ਪਰੇ ਹਟਾ ਕੇ ਮੇਰੇ ਵੱਲ ਦੇਖ ਕੇ ਪਹਿਲਾਂ ਰੱਜ ਕੇ ਹੱਸੀਆਂ, ਫਿਰ ਸਵਾਲਾਂ ਦੀ ਬਾਛੜ ਕਰ ਦਿੱਤੀ। ਕੁਝ ਕੁ ਸਵਾਲ ਸੀ, ਤੇਰੀ ਟੋਪੀ ਕਿੱਥੇ ਆਵੇ, ਕਿ ਤੈਨੂੰ ਕਦੇ ਤੈ ਕਦੇ ਧੁੱਪ ਤੇ ਤੈਨੂੰ ਹਵਾ ਲੱਗੀ ਆ, ਆਲੂ ਵਰਗਾ ਤੂੰ। ਮੈਂ ਕਹਿੰਦੀ ਹਾਂ ਛਤਰੀ ਲੈ ਕੇ ਰੱਖਦਾ ਹੋਵੇਗਾ ਹਰ ਵਕਤ, ਤੰਬੂ 'ਚ ਮੇਰੇ ਮੇਜ਼ ਵੇਖ ਕੇ ਵੇਖੀ, ਆਹ ਮੰਜੀ ਆ ਤੇਰੀ, ਇਹ ਤੇ ਸੌਣਾ। ਛੰਦ ਤੇ ਚੰਦ ਤੇ ਸੂਰਜ ਬਣਾਉਣ ਤੋਂ ਬਾਅਦ ਤੀਜੀ ਸੋਹਣੀ ਚੀਜ਼ ਜਿਹੜੀ ਰੱਬ ਨੇ ਬਣਾਈ ਤੂੰ ਹੈ, ਭਲਾ ਸੁਨੱਖਾ ਪਾਈਏ। ਬਦਾਮੀ ਰੰਗ ਦੀਆਂ ਸਿੱਖ ਜੱਟੀਆਂ ਸੋਹਣੀਆਂ ਸੀ, ਇਹਨਾਂ ਦੇ ਦੰਦਾਂ ਦੀ ਜੜਤ ਵੇਖਣ ਵਾਲੀ ਸੀ, ਨਾ ਪਾਨ ਖਾਂਦੀਆਂ ਨਾ ਜ਼ਰਦਾ, ਇਹੋ ਕਾਰਨ ਬੇਦਾਗ ਚਿੱਟੇ ਦੰਦ ਲਿਸ਼ਕਾਰੇ ਮਾਰ, ਜਦ ਕੋਈ ਜਰਦੇ ਨੇ ਬਾਕੀ ਏਸ਼ੀਆਨਾਂ ਦਾ ਸੱਤਿਆਨਾਸ ਕਰਨ, ਪੰਜਾਬ ਦੀ ਧਰਤੀ ਉਪਜਾਊ ਪਰ ਤੰਬਾਕੂ ਦੀ ਫਸਲ ਨਹੀਂ ਦੇਖੀ, ਲੋਕ ਸਿਹਤਮੰਦ ਸੋਹਣੇ ਕੱਪੜੇ ਪਾਉਂਦੇ। ਮੈਂ ਬੜਿਆਂ ਨੂੰ ਪੁੱਛਿਆ, ਕਿਸੇ ਨੇ ਕੋਈ ਤਕਲੀਫ ਨਹੀਂ ਦੱਸੀ, ਨਾ ਰੱਬ ਵਿਰੁੱਧ ਕੋਈ ਸ਼ਿਕਾਇਤ, ਨਾ ਰਾਜੇ ਵਿਰੁੱਧ। ਇਹਨਾਂ ਦੀ ਸਰਕਾਰ ਦਾ ਕੋਈ ਲਿਖਤੀ ਵਿਧਾਨ ਨਹੀਂ, ਰਾਜੇ ਦਾ ਬੋਲ ਕਾਨੂੰਨ ਆ, ਪਰ ਇੰਨਾ ਨਿਮਰ ਤੇ ਇਨਸਾਫ ਪਸੰਦ ਹੈ ਕਿ ਲੋਕ ਨੂੰ ਦਿਲੋਂ ਪਿਆਰ ਕਰਦੇ, ਕਾਤਲਾਂ ਨੂੰ ਫਾਹੇ ਨਹੀਂ ਲਾਉਂਦਾ। ਇੰਨੇ ਨਰਮ ਰਾਜ ਦੇ ਰਾਜ ਵਿੱਚ ਕਾਹਦੀ ਘਾਟ ਆ ਫਿਰ, ਸ਼ਹਿਰਾਂ ਕਸਬਿਆਂ 'ਚ ਪੁਲਿਸ ਚੌਕਸ ਹੈ, ਸਾਰੀਆਂ ਕੌਮਾਂ ਦੇ ਪ੍ਰਦੇਸੀ ਲੋਕ ਬੇਖੌਫ ਹੋ ਕੇ ਘੁੰਮਦੇ ਨੇ, ਕੋਈ ਧੱਕਾ ਨਹੀਂ। ਖਾਣ ਪੀਣ ਸਣੇ ਪ੍ਰਦੇਸੀ ਨੂੰ ਜਿਸ ਵਸਤੂ ਦੀ ਲੋੜ ਆ ਕੋਤਵਾਲ ਪਾਸੋਂ ਮਿਲਦੀ, ਇਹ ਬਦਲੇ ਉਹ ਪੈਸੇ ਨਹੀਂ ਦਿੰਦਾ, ਕਹੋ ਤਾਂ ਰਾਤ ਲਈ ਬਾਡੀਗਾਰਡ ਵੀ ਦੇ ਦਿੰਦਾ। ਇਹ ਪੰਜਾਬ ਦੀ ਗੱਲ ਆ ਮਹਾਰਾਜਾ ਰਣਜੀਤ ਸਿੰਘ ਦੇ ਵੇਲੇ। ਜੇ ਕੋਈ ਸਿੰਘ ਸੱਜਣਾ ਚਾਹੇ ਅੰਮ੍ਰਿਤਸਰ ਜਾਂਦਾ, ਅਕਾਲੀ ਰਹਿੰਦੇ, ਸਿੰਘ ਬਣਨ ਵਾਲੇ ਨੂੰ ਕਹਿੰਦੇ, ਜੇ ਦਿਲੋਂ ਸਿੰਘ ਬਣਨਾ ਤਾਂ ਦੇਹ ਸਬੂਤ, ਅਬਲਾਕੀ ਬੰਦਾ ਜਨੇਊ ਤੋੜ ਕੇ ਹਉ ਮਾਰਦਾ। ਕੁਝ ਰਸਮਾਂ ਤੋਂ ਬਾਅਦ ਉਹਨੂੰ ਸ਼ਰਬਤ ਪਿਲਾਉਂਦੇ ਤੇ ਬਸ ਸਿੰਘ ਹੋ ਗਿਆ। ਖਾਣ ਪੀਣ ਦੀ ਮਨਾਹੀ ਕੋਈ ਨਹੀਂ, ਸਿਰਫ ਗਾਂ ਦਾ ਮਾਸ ਨਹੀਂ ਖਾਣਾ, ਸ਼ਰਾਬ ਜਿਹੜੀ ਮਰਜ਼ੀ ਪਿਲਾ ਦਿਓ। ਸਿੱਖ ਵੀ ਤੇ ਸਿੰਘ ਵੀ ਇੱਕ ਵਿਆਹ ਕਰਾਉਂਦੇ ਆ, ਫਿਰ ਔਰਤ ਦੀ ਮੌਤ ਹੋ ਜਾਵੇ ਦੂਜਾ ਵਿਆਹ ਕਰਵਾ ਲੈਂਦਾ, ਵਿਧਵਾ ਔਰਤ ਦੂਜਾ ਵਿਆਹ ਨਹੀਂ ਕਰਾਉਂਦੀ। ਜੱਟੀਆਂ ਪਤੀ ਮਰ ਜਾਣ ਤੇ ਦੂਜਾ ਵਿਆਹ ਕਰਵਾ ਲੈਂਦੀਆਂ ਸੀ, ਜੱਟੀਆਂ ਦਾ ਤੀਜਾ ਵਿਆਹ ਵੀ ਕਰਾ ਲੈਂਦੀਆਂ ਸੀ। ਪੰਜਾਬ ਵਿੱਚ ਕਿਧਰੇ ਸਤੀ ਦੀ ਰਸਮ ਨਹੀਂ, ਜੰਮੂ ਦੇ ਰਾਜਪੂਤਾਂ ਦੀ ਸਤੀ ਦੀ ਰਸਮ ਦੀ ਧੱਕੇ ਨਾਲ ਚਿਖਾ 'ਚ ਸੁੱਟ ਦਿੰਦੇ। ਅੰਬਾਂ ਦੇ ਬਹੁਤ ਬਾਗ ਸੀ, ਜ਼ਮੀਨ ਭੂਰੇ ਰੰਗ ਦੀ ਮੈਰਾ, ਕਣਕ ਜੌਂ ਛੋਲੇ ਤੇ ਦਾਲਾਂ ਦੀ ਭਰਪੂਰ ਫਸਲ। ਅੰਬਾਲਾ ਤੇ ਮਲਾਣਾ ਜ਼ਿਲ੍ਹੇ ਦੀਆਂ ਦੋ ਸਰਦਾਰਨੀਆਂ ਦਇਆ ਕੌਰ ਤੇ ਰੂਪ ਕੌਰ ਦੇ ਕਬਜ਼ੇ ਸੀ ਅੰਬਾਲਾ ਤੇ ਮਲਾਣਾ ਦੋਨੇ। ਇਹ ਔਰਤਾਂ ਗੁਰਬਖਸ਼ ਸਿੰਘ ਤੇ ਲਾਲ ਸਿੰਘ ਸਰਦਾਰਾਂ ਦੀਆਂ ਵਿਧਵਾਵਾਂ ਸਨ। 8-8 ਹਜ਼ਾਰ ਘੋੜ ਸਵਾਰ ਦੋਹਾਂ ਦੀ ਕਮਾਨ ਅਧੀਨ ਸੀ। ਇਹ ਕਿਲਿਆਂ 'ਚ ਰਹਿੰਦੀਆਂ ਤੇ ਪੱਕੀਆਂ ਇੱਟਾਂ ਦੇ ਬਣੇ ਹੋਏ, ਬਾਕੀ ਲੋਕਾਂ ਦੇ ਵਧੀਕ ਘਰ ਵੀ ਪੱਕੇ ਸੀ। ਸਰਦਾਰਨੀ ਰੂਪ ਕੌਰ ਦੇ ਦੀਵਾਨ ਨੇ ਮੇਰੇ ਨੂੰ ਮੇਰੇ ਪਾਸ ਭੇਜਿਆ, ਜਿਸ ਨੇ ਨਿਮਰਤਾ ਨਾਲ ਮੈਨੂੰ ਸਾਥੀਆਂ ਸਮੇਤ ਖਾਣੇ ਲਈ ਸੱਦਿਆ। ਸਾਰੇ ਦੇਸ਼ ਵਿੱਚ ਪ੍ਰਦੇਸੀਆਂ ਤੇ ਅਜਨਬੀਆਂ ਲਈ ਦਿਆਲਤਾ ਮੌਜੂਦ ਸੀ। ਇਹ ਲੋਕ ਰੰਗ, ਨਸਲ, ਧਰਮ, ਦੇਸ਼ ਪ੍ਰਤੀ ਬਿਲਕੁਲ
ਤਵਸ ਵੀ ਨਹੀਂ ਸੀ, ਅੰਨ ਦੇ ਭੰਡਾਰ ਭਰੇ ਸੀ, ਹੋਠਾਂ ਦੀ ਮੁਸਕਾਨ ਸੀ ਜਿਹੜੀ ਤੁਹਾਨੂੰ ਖੁਸ਼ਾਮਦੀਦ ਕਹਿੰਦੀ, ਚੰਗੇ ਸਲੀਕੇ ਵਾਲੇ ਲੋਕ ਸਤਿਕਾਰਯੋਗ ਸੀ। ਇਹਨਾਂ ਦੇ ਮੁਕਾਬਲੇ ਜਿੱਥੇ ਵੀ ਮਿਲੇ ਮੁਸਲਮਾਨਾਂ ਨੇ ਮੈਨੂੰ ਘਿਰਨਾ ਕੀ, ਸਿੱਖ ਬਾਰੇ ਜੋ ਵੀ ਸੁਣਿਆ ਉਹ ਵੇਖਿਆ, ਝੂਠ ਨਹੀਂ ਬੋਲਦੇ, ਠੱਗੀ ਨਹੀਂ ਮਾਰਦੇ, ਦਾਅਵਾ ਕਿ ਏਸ਼ੀਆ ਵਿੱਚ ਜੇ ਕੋਈ ਇਮਾਨਦਾਰ ਕੌਮ ਹੈ ਉਹ ਸਿੱਖ ਹੈ, ਜ਼ਬਾਨ ਦੇ ਪੱਕੇ ਦੋਸਤੀ ਹੋ ਗਈ, ਨਾਰਾਜ਼ ਨਹੀਂ ਕਰਦੇ, ਦੁਸ਼ਮਣੀ ਦਾ ਸ਼ਰਮ ਲਲਕਰ ਕੇ ਐਲਾਨ ਕਰਦੇ। ਕੁੱਲ ਮਿਲਾ ਕੇ ਸਿੱਧੇ ਸਾਡੇ ਲੋਕ ਬਹਾਦਰ ਨੇ, ਰਹਿਮ ਦਿਲ ਨੇ, ਸਖ਼ਤ ਜਾਨ ਨੇ। ਮੈਨੂੰ ਤਾਂ ਭਾਰਤ ਵਿੱਚ ਇਸ ਤੋਂ ਵਧੀਆ ਨਸਲ ਹੀ ਨਹੀਂ ਦਿਸੀ ਕੋਈ, ਉੱਤਮ ਖਿਲਾੜੀ, ਧੀਰ, ਜ਼ਬਾਨ, ਵਫ਼ਾਦਾਰ ਤੇ ਧਰਮੀ ਨੇ, ਆਪਣੇ ਜਥੇਦਾਰ ਨਾਲੋਂ ਇੱਕੋ ਦਿਲ ਇੱਕੋ ਨੇ ਤੇ ਉਹ ਨਾਲ ਕਦੇ ਬੇਵਫਾਈ ਨਹੀਂ ਕਰਦੇ। ਰਿਆਸਤ ਪਟਿਆਲੇ ਦੀ ਧਰਤੀ ਚੰਗੀ ਹੈ ਪਰ ਲੋਕ ਨਿਕੰਮੇ ਨੇ, ਬੜੇ ਥੋੜੇ ਖੂਹ ਨੇ, ਖੇਤਾਂ ਵਿੱਚ ਦਾਣੇ ਬੀਜ ਆਉਂਦੇ, ਫਸਲ ਠੀਕ ਹੋ ਗਈ ਨਹੀਂ ਰੱਬ ਰੱਖਾ, ਹਲਟਾਂ ਵਿੱਚੋਂ ਬਲਦਾਂ ਨਾਲ ਪਾਣੀ ਖਿੱਚਦੇ ਆ, ਪਟਿਆਲੇ ਸ਼ਹਿਰ ਦੇ ਦੁਆਲੇ ਕੰਧ ਤੇ ਖਾਈ ਹੈ। ਰਾਜਾ ਸਾਹਿਬ, ਰਾਜਾ ਸਾਹਿਬ ਸਿੰਘ 3 ਫੁੱਟ ਚੌੜੀ ਪੱਕੀ ਕੰਧ ਸਾਰ ਨਹੀਂ ਚਾਹੁੰਦਾ, ਰਾਜੇ ਪਾਸ 3-4 ਤੋਪਾਂ ਨੇ, ਪਟਿਆਲੇ ਵਿੱਚ ਰਿਵਾਜ ਹੈ ਕਿ ਮਰੇ ਬੰਦੇ ਦਾ ਸੰਸਕਾਰ ਕਰਕੇ ਸਮਾਧ ਬਣਾਉਂਦੇ ਆ, ਇਹ ਸਮਾਧਾਂ ਇਹੋ ਜਿਹੀਆਂ ਨੇ ਜਿੱਥੇ ਇਹ ਜਿਹੋ ਜਿਹੀਆਂ ਸਤੀ ਔਰਤ ਹੁੰਦੀਆਂ ਨੇ, ਇਹੋ ਜਿਹੀਆਂ ਸਮਾਧਾਂ ਬਣਾਉਣ ਦਾ ਰਿਵਾਜ ਪੰਜਾਬ 'ਚ ਹੋਰ ਕਿਤੇ ਨਹੀਂ ਵੇਖਿਆ। ਅੰਬਾਲਿਓ ਮੈਂ ਰਾਜਪੁਰੇ ਸਰਹੰਦ ਥਾਣੀ ਹੋ ਕੇ 24 ਅਪ੍ਰੈਲ 1808 ਨੂੰ ਮਾਛੀਵਾੜੇ ਪੁੱਜਿਆ, ਖਬਰ ਮਿਲੀ ਕਿ ਅਫਗਾਨ ਬਾਦਸ਼ਾਹ ਸ਼ਜਾ ਉਲ ਮੁਲਕ ਵਿਰੁੱਧ ਬਗਾਵਤ ਹੋ ਗਈ, ਬਾਗੀਆਂ ਨੇ ਮਹਾਰਾਜਾ ਰਣਜੀਤ ਸਿੰਘ ਤੋਂ ਫੌਜ ਦੀ ਸਹਾਇਤਾ ਮੰਗੀ ਹੈ। 25 ਤਰੀਕ ਨੂੰ ਸਤਲੁਜ ਪਾਰ ਕਰਕੇ ਰਾਹੋਂ ਪੁੱਜਿਆ, ਸਤਲੁਜ ਦਾ ਪੁਰਾਣਾ ਨਾਮ ਸਤਰੁਦਰ ਸੀ, ਸੰਸਕ੍ਰਿਤ ਵਿੱਚ ਲਹੂ ਨੂੰ ਰੁਦਰ ਕਿਹਾ ਜਾਂਦਾ, ਦਰਿਆ ਕਿਨਾਰੇ ਕੰਢੇ ਖੂਨੀ ਜੰਗਾਂ ਹੋਣ ਕਰਕੇ ਨਾਮ ਪਿਆ। 27 ਤਰੀਕ ਨੂੰ ਫਗਵਾੜੇ ਗਿਆ, ਜਮੁਨਾ ਤੋਂ ਲੈ ਕੇ ਇੱਥੇ ਤੱਕ ਬਲਦ ਅਤੇ ਭੇਡਾਂ ਕਮਜ਼ੋਰ ਸੀ, ਫਗਵਾੜੇ ਦਾ ਇਲਾਕਾ ਖੁਸ਼ਕ, ਨਾ ਅਰਹਰ ਨਾ ਬਾਜਰਾ, ਕਣਕ, ਜੌਂ, ਛੋਲੇ, ਮੋਠ, ਮੂੰਗ, ਜਵਾਰ ਤੇ ਉੜਦ ਤੇ ਗੰਨੇ ਦੀ ਭਰਪੂਰ ਫਸਲ, ਕਣਕ, ਜੌਂ 1 ਰੁਪਈਆ ਮਣ, ਛੋਲੇ, ਮੋਠ, ਮੂੰਗ, ਉੜਦ, ਗੁੜ 35 ਰੁਪਏ ਦੇ ਤੇ ਚੌਲ 20 ਸਿਰ ਮਿਲਦੇ, ਖੱਦਰ ਤਿਆਰ ਹੁੰਦਾ। ਜਲੰਧਰ ਕਦੀ ਸ਼ਾਨਦਾਰ ਸ਼ਹਿਰ ਸੀ, ਹੁਣ ਬਰਬਾਦ ਹੋਇਆ ਪਿਆ। ਪਹਿਲਾਂ ਇੱਥੇ ਅਫਗਾਨ ਰਹਿੰਦੇ, ਅਫਗਾਨਾਂ ਦੇ ਪੱਕੇ ਘਰਾਂ ਦੇ ਮਲਬੇ ਵਿੱਚੋਂ ਇੱਟਾਂ ਚੁੱਕ ਚੁੱਕ ਸਿੱਖਾਂ ਨੇ ਨਵੇਂ ਘਰ ਬਣਾ ਲਏ, ਨਾਲ ਲੇ ਕੇ ਇੱਥੇ ਰਿਹਾ, ਲੋਕ ਉਹਨੂੰ ਚੰਗੀ ਭਾਵਨਾ ਨਾਲ ਯਾਦ ਕਰਦੇ। ਰਾਮਗੜੀ ਤੇ ਆਲੂ ਵਾਲੀ ਇੱਕ ਦੂਜੇ ਤੇ ਹਥਿਆਰਬੰਦ ਹੱਲੇ ਅਕਸਰ ਕਰਦੇ ਰਹਿੰਦੇ। 2 ਮਈ 1800 You're listening to 1550 AM KRPI Ferndale. The views expressed are not necessarily those of the staff, management, or ownership of this station. 2 May 1808 ਨੂੰ ਮੈਂ ਬਟਾਲੇ ਪੁੱਜਾ, ਅੰਮ੍ਰਿਤਸਰ ਤੋਂ 24 ਮੀਲ ਪੂਰਬ ਵਾਲੇ ਵੱਡਾ ਸ਼ਹਿਰ, ਰਾਣੀ ਸਦਾ ਕੌਰ ਮਹਾਰਾਜਾ ਰਣਜੀਤ ਸਿੰਘ ਦੀ ਸੱਸ ਦੀ ਜਗੀਰ ਹੈ, ਜਿੱਥੇ ਸ਼ਾਨਦਾਰ ਮਹਿਲ ਹੈ। ਰਾਣੀ ਨੇ ਮੇਰੇ ਵੱਲੋਂ ਚੇਚੀ ਉਦਾਰਤਾ ਦਿਖਾਈ, ਅੰਬਾਂ ਦੇ ਬਾਗ ਦੇ ਪਾਣੀ ਦੇ ਤਲਾਬ ਨੇ ਪੰਜਾਬ ਵਿੱਚ ਸਭ ਤੋਂ ਤਕੜੀ ਧਰਤ ਹੈ, ਅਲੂਚੇ ਜੋ ਪੰਜਾਬ ਵਿੱਚ ਕਿਤੇ ਨਹੀਂ ਇੱਥੇ ਬਹੁਤ ਨੇ। ਇੱਥੇ ਦੇ ਸੇਬ ਵੱਡ ਅਕਾਰੀ ਸੁਗੰਧੀ ਵਾਲੇ ਮਿੱਠੇ, ਹਿੰਦੁਸਤਾਨੀ ਸੇਬ ਖੱਟੇ ਹੁੰਦੇ ਨੇ, ਸ਼ਹਿਤੂਤ ਤੇ ਬੇਰ ਵੀ ਨੇ। ਪਤਾ ਲੱਗਿਆ ਕਿ ਇੱਕ ਸਾਲ ਮਹਾਰਾਜਾ ਰਣਜੀਤ ਸਿੰਘ ਪਾਸ ਜਾ ਕੇ ਮੇਰੇ ਵਿਰੁੱਧ ਬੋਲਿਆ, ਕਹਿਣ ਲੱਗਿਆ ਫਰੰਗੀਆਂ ਦਾ ਪੰਜਾਬ 'ਚ ਆਉਣਾ ਬੰਦ ਕਰ ਦੇ, ਰਾਜ ਖੋਣਗੇ। ਰਣਜੀਤ ਸਿੰਘ ਨੇ ਹੱਸ ਪਿਆ ਤੇ ਸਾਧ ਨੂੰ ਟਾਲ ਦਿੱਤਾ। 14 ਮਈ 1808 ਨੂੰ ਮੈਂ ਅੰਮ੍ਰਿਤਸਰ ਪੁੱਜਾ, ਹਾੜੀ ਦੀ ਕਟਾਈ ਸੰਪੂਰਨ ਹੋ ਗਈ, ਜੋੜੇ ਲਾਹ ਕੇ ਪੂਰੇ ਆਦਰ ਨਾਲ ਮੈਂ ਦਰਬਾਰ ਸਾਹਿਬ ਮੱਥਾ ਟੇਕਣ ਗਿਆ। ਚੌਰਸ ਖੁੱਲਾ ਥਾਂ ਤੇ ਹਰੇਕ ਬਾਹੀ 125 ਕਰਮ ਦੀ, ਤਲਾਬ ਦੇ ਵਿਚਕਾਰ ਪੱਕੀਆਂ ਇੱਟਾਂ ਨਾਲ ਗੁਰੂ ਗੋਬਿੰਦ ਸਿੰਘ ਦਾ ਮੰਦਿਰ ਸਾਫ ਸਜਿਆ ਹੋਇਆ ਥਾਂ ਹੈ। ਰਾਜਾ ਆਪਣੇ ਖਰਚੇ ਤੇ ਹੋਰ ਸਜਾਵਟ ਕਰਵਾ ਰਿਹਾ ਸੀ, ਰੇਸ਼ਮੀ ਚਾਨਣੀ ਹੇਠ ਗੁਰੂ ਗੋਬਿੰਦ ਸਿੰਘ ਦਾ ਲਿਖਵਾਇਆ ਹੋਇਆ ਗੁਰਮੁਖੀ ਅੱਖਰਾਂ ਵਿੱਚ ਗ੍ਰੰਥ ਹੈ। ਮੰਦਿਰ ਨੂੰ ਹਰਿਮੰਦਰ ਕਹਿੰਦੇ ਨੇ, ਜਿਸ ਦਾ ਭਾਵ ਹੈ ਰੱਬ ਦਾ ਘਰ। ਪੂਜਾ ਪਾਠ ਕਰਨ ਵਾਸਤੇ ਇੱਥੇ 500-600 ਅਕਾਲੀ ਰਹਿੰਦੇ ਆ, ਚੜਾਵੇ ਦੇ ਧੰਨ ਨਾਲ ਇਹਨਾਂ ਨੇ ਸ਼ਾਨਦਾਰ ਕੋਠੀਆਂ ਬਣਾਈਆਂ। ਹੋਲਕਰ ਇੱਥੇ 2000 ਰੁਪਇਆ ਚੜਾ ਕੇ ਦੀ, ਰਾਜਾ ਰਣਜੀਤ ਸਿੰਘ ਜਦੋਂ ਅੰਮ੍ਰਿਤਸਰ ਆਉਂਦਾ ਤਾਂ ਦਿਨ 'ਚ 2 ਵਾਰ ਮੱਥਾ ਟੇਕਣ ਆਉਂਦਾ, ਚੰਗੀ ਰਕਮ ਦਾਨ ਦਿੰਦਾ। ਭਾਈ ਉਹ ਤੋਂ ਹੋਰ ਪੈਸੇ ਮੰਗਦੇ, ਕਹਿੰਦੇ ਤੈਨੂੰ ਗੁਰੂ ਗੋਬਿੰਦ ਸਿੰਘ ਨੇ ਰਾਜ ਦਿੱਤਾ, ਗੁਰੂ ਦੀ ਰਜਾ ਬਗੈਰ ਇਹ ਨਹੀਂ ਰਹਿਣਾ, ਸਿੱਟ ਦਮੜੇ ਹੋਰ। ਇਹਨਾਂ ਕਾਰਨਾਂ ਕਰਕੇ ਉਹ ਅੰਮ੍ਰਿਤਸਰ 4-5 ਦਿਨ ਤੋਂ ਵੱਧ ਨਹੀਂ ਰਹਿੰਦਾ, ਲਾਹੌਰ ਹੀ ਰਹਿੰਦਾ। ਲਾਹੌਰ ਪੰਜਾਬ ਦੇਸ਼ ਦਾ ਮਹਾਂਨਗਰ। ਮੈਂ 200 ਰੁਪਈਏ ਦਾ ਮੱਥਾ ਟੇਕਿਆ, ਸਿੰਘ ਜਿਸ ਤੇ ਪ੍ਰਸੰਨ ਹੋ ਜਾਣ ਉਹਨੂੰ ਇਹ ਜਿਹੀਆਂ ਸੀਸਾਂ ਦਿੰਦੇ, ਗੁਰੂ ਬਖਸ਼ੇਗਾ ਰਾਜ, ਗੁਰੂ ਗੋਬਿੰਦ ਸਿੰਘ ਤੈਨੂੰ ਵੀ ਇੱਕ ਦੇਸ਼ ਦੇਵੇ। ਮੈਂ ਕੀਰਤਨ ਸੁਣਿਆ, ਬਾਬਾ ਨਾਨਕ ਸ਼ਾਹ ਤੇ ਗੁਰੂ ਗੋਬਿੰਦ ਸਿੰਘ ਦੀ ਰਚਨਾ ਗਾਈ ਕੇ
ਉਹਨਾਂ ਪਾਸ ਸਾਜ, ਰਬਾਬ, ਦਤਾਰਾ, ਸਰੰਦਾ ਤੇ ਤਬਲਾ ਸੀ। ਉਹਨਾਂ ਦੇ ਗਾਣੇ ਨੇ ਰੂਹ ਆਕਾਸ਼ ਤੱਕ ਅੜਾਈ। ਡੇਵਿਡ ਦੇ ਭਜਨਾਂ ਤੋਂ ਬਿਲਕੁਲ ਵੱਖਰੀ ਭਾਸ਼ਾ ਵਿੱਚ ਰਚੇ ਗੀਤ ਦਿਲਾਂ ਅੰਦਰ ਧੂਪ ਪਾਉਂਦੇ ਆ। ਪਤਾ ਨੀ ਕੀ ਗਾਉਂਦੇ ਸੀ, ਪਰ ਮੇਰੀ ਸੋਚ ਅੰਬਰੀ ਉੱਡ ਰਹੀ ਸੀ। ਸਾਰੀ ਬਾਣੀ ਰੱਬ ਦੀ ਉਸਤ ਹੈ। ਇਹ ਰਾਗੀ ਸੰਸਾਰ ਦੇ ਸਭ ਤੋਂ ਵਧੀਕ ਸੁਖੀ ਲੋਕ ਨੇ। 20 ਮਈ 1808 ਨੂੰ ਲਾਹੌਰ ਪੁੱਜਾ ਰਾਜਾ ਕਿਲੇ ਚ ਹੈ, ਜਿਸ ਵਿੱਚ ਨਾ ਕੋਈ ਫੌਜ ਹੈ ਨਾ ਦੁਆਲੀ ਖਾਈ, ਤੋਪਾਂ ਦੀ ਮਾਰ ਤੋਂ ਬਚਣ ਤੇ ਕੋਈ ਪ੍ਰਬੰਧ ਨਹੀਂ, ਗੋਲਾ ਸਿੱਧਾ ਅੰਦਰ ਆ ਸਕਦਾ ਆਰਾਮ ਨਾਲ। ਕਿਲੇ ਨਾਲੋਂ ਇਸ ਨੂੰ ਮਹਿਲ ਕਣਾ ਠੀਕ ਹੈ, ਸ਼ਾਨਦਾਰ ਕੰਧਾਂ ਉਤਰੀ ਸਜਾਵਟ ਮਿਟਦੀ ਜਾ ਰਹੀ ਸੀ। ਮੁਸਲਮਾਨਾਂ ਦੇ ਘਰ ਤੇ ਮਸਜਿਦਾਂ ਸਮੇਂ ਦੇ ਵਿਨਾਸ਼ਕਰ ਹੱਥਾਂ ਨੇ ਢਾ ਦਿੱਤੇ। ਸ਼ਹਿਰ ਨਾਲ ਠਹਿ ਕੇ ਰਾਵੀ ਦਰਿਆ ਲੰਘਦਾ ਹੈ, ਜਿਸਦਾ ਪੁਰਾਣਾ ਨਾਂ ਰਾਵਤੀ ਹੈ। ਰਾਵਤੀ ਸਤਯੁਗ ਵਿੱਚ ਹੋਏ ਇੰਦਰ ਰਾਜੇ ਦੀ ਰਾਣੀ ਸੀ। 8 ਸਾਲ ਪਹਿਲਾਂ ਸ਼ਾਹਜਹਾਂ ਨੇ ਸ਼ਹਿਰ ਵਿੱਚੋਂ 30 ਲੱਖ ਰੁਪਏ ਲੁੱਟ ਕੇ ਗਿਆ, ਜਿਸ ਕਰਕੇ ਵਪਾਰੀ ਉੱਜੜ ਕੇ ਅੰਮ੍ਰਿਤਸਰ ਬਚੇ, ਸੁਰੱਖਿਆ ਬਸ ਗਏ। ਸੁਰੱਖਿਆ ਪੱਖੋਂ ਅੰਮ੍ਰਿਤਸਰ ਠੀਕ ਸ਼ਹਿਰ। 23 ਮਈ ਨੂੰ ਮੈਂ ਮਹਾਰਾਜਾ ਰਣਜੀਤ ਸਿੰਘ ਨੂੰ ਮਿਲਿਆ 1808 ਚ। ਮਹਾਰਾਜ 100 ਫੁੱਟ ਲੰਬੇ ਹਾਲ ਚ ਮਿਲਿਆ, ਜਿੱਥੇ ਸਾਰੇ ਪਾਸੇ ਸੰਗਮਰਮਰ ਤੇ ਰੰਗ ਬਿਰੰਗੇ ਹੋਰ ਕੀਮਤੀ ਪੱਥਰਾਂ ਦੀ ਸਜਾਵਟ ਹੈ। ਮਹਾਰਾਜਾ ਹਲੀਮੀ ਨਾਲ ਮਿਲਿਆ। ਇਸ ਹਾਲ ਨੂੰ ਆਈਨਾ ਮਹਿਲ ਕਹਿੰਦੇ, ਤੇ ਛੱਤ ਚ ਅਣਗਿਣਤ ਸ਼ੀਸ਼ੇ ਜੜੇ ਹੋਏ। ਬਹੁਤ ਸਾਰੇ ਸ਼ੀਸ਼ੇ ਟੁੱਟ ਚੁੱਕੇ ਸੀ। ਮੈਂ ਮਹਾਰਾਜੇ ਨੂੰ ਪੁੱਛਿਆ ਸ਼ੀਸ਼ ਕਿਵੇਂ ਟੁੱਟ ਗਿਆ। ਉਹਨੇ ਦੱਸਿਆ ਕਿ ਸਿੱਖਾਂ ਹੱਥ ਬੰਦੂਕ ਆ ਗਈਆਂ, ਜਦੋਂ ਦਿਲ ਕਰਦਾ ਸਿੰਘ ਬੰਦੂਕਾਂ ਦੇ ਨਿਸ਼ਾਨੇ ਲਾਉਣ ਦੀ ਖੇਡ ਇੱਥੇ ਖੇਡਦੇ ਆ, ਸ਼ੀਸ਼ਿਆਂ ਤੇ ਗੋਲੀ ਮਾਰਦੇ। ਜੇ ਮੈਂ ਮਨਾ ਕਰਦਾ, ਜੇ ਮੈਂ ਨਾ ਮਨਾ ਕਰਦਾ, ਹੁਣ ਸਾਰੀ ਛੱਤ ਦੇ ਸ਼ੀਸ਼ੇ ਫੁੱਟ ਦੇਣੇ। ਹਾਲ ਦੇ ਸਾਹਮਣੇ ਕਰਕੇ ਫੁਆਰਾ ਚੱਲ ਰਿਹਾ ਸੀ। ਤਲਾਅ ਦੇ ਵਿਚਕਾਰ ਉਹਦਾ ਠੰਡਾ ਕਮਰਾ ਸੀ, ਜਿਸ ਵਿੱਚ ਸੋਹਣੀ ਚਿੱਤਰਕਾਰੀ ਦਾ ਕੰਮ ਹੋਇਆ ਸੀ। ਸੰਗਮਰਮਰ ਦਾ ਮਹਿਲ ਬਹੁਤ ਵੱਡਾ, ਜਿਸ ਵਿੱਚ ਰਾਣੀਆਂ ਤੇ ਔਰਤਾਂ ਰਹਿੰਦੀਆਂ। ਰਾਜਾ 27 ਵਰਿਆਂ ਦਾ ਤੇ ਕਾਣਾ ਹੈ, ਦਰਮਿਆਨਾ ਕੱਦ, ਫਰਤੀਲਾ ਜਿਸਮ, ਘੋੜ ਸਵਾਰੀ ਦਾ ਅਜਿਹਾ ਸ਼ਕੀਨ ਹੈ ਹਰ ਸਵੇਰੇ ਬਿਨਾਂ ਨਾਗੇ ਘੋੜਾ ਭਜਾਉਂ। ਬਿਹਾਰ ਵਿੱਚ ਚਲਾਕ, ਜੰਗ ਚ ਬਹਾਦਰ, ਉਸਨੇ ਮੇਰੇ ਤੋਂ ਅਨੇਕਾਂ ਸਵਾਲ ਪੁੱਛੇ। ਜਦੋਂ ਜੰਗ ਵਾਸਤੇ ਕੂਚ ਦਾ ਹੁਕਮ ਹੁੰਦਾ ਹੈ, ਸਭ ਤੋਂ ਅੱਗੇ ਦੁਸ਼ਮਣ ਦੀ ਸੈਨਾ ਚ ਆਪ ਭੱਜ ਕੇ ਮੂਹਰੇ ਜਾਂਦੇ। ਮੈਂ ਉਹਦੇ ਅੱਗੇ ਖਤਰੇ ਦੀ ਗੱਲ ਕਹਿਣ ਲੱਗੇ, ਉਹ ਲੁਕਣਾ ਛਿਪਣਾ ਤੇ ਬਚਨੇ ਬਚਾਉਂਦੇ ਰਹਿਣਾ ਇਹ ਜੀਵਨ ਵਿਅਰਥ ਹੈ, ਉਹ ਹੋਣਾ ਹੋ ਕੇ ਰਹਿਣਾ, ਅਸੀਂ ਨੀ ਚਿੰਤਾ ਕਰਦੇ। ਹਿੰਦੂਆਂ ਵਾਂਗ ਬਾਂਗ ਕਿਸਮਤ ਵਿੱਚ ਯਕੀਨ ਰੱਖਦਾ ਹੈ, ਤੇ ਇਸ ਯਕੀਨ ਵਿੱਚ ਇਸ ਨੂੰ ਬੇਹੱਦ ਬਹਾਦਰ ਬਣਾਇਆ। ਕਿਸਮਤ ਬੰਦੇ ਨੂੰ ਬੁਜਦਲ ਬਣਾਇਆ ਕਰਦੀ ਹੈ। ਵੈਸੇ 29 ਮਈ ਨੂੰ ਲਾਹੌਰ ਦੇ ਖੰਡਰ ਵੀ ਵੇਖੇ, ਮਿੱਟੀ ਚ ਰੁਲਦੀ ਹੋਈ ਸ਼ਾਮ ਦੀ ਉਦਾਸ ਤਸਵੀਰ ਵੇਖੀ। ਕਿਹਾ ਬਲਵਾਨ ਹੈ ਸਮਾਂ, ਜੇ ਜਾਣਨਾ ਹੋਵੇ ਤਾਂ ਕਦੀ ਲਾਹੌਰ ਦੀ ਤਬਾਹੀ ਵੇਖਿਓ। ਮਨ ਡੂੰਘੀ ਉਦਾਸੀ ਚ ਡੁੱਬਦਾ ਹੈ, ਖੰਡਰਾਂ ਤੋਂ ਪਤਾ ਲੱਗਦਾ ਕਦੀ ਬੇਅੰਤ ਰੌਣਕਾਂ ਰੰਗੀਨੀਆਂ ਹੋਣਗੀਆਂ ਜੋ ਮੌਤ ਦੀ ਬੁੱਕਲ ਚ ਜਾ ਬੈਠੀਆਂ। ਹੌਲ ਪੈਂਦਾ, ਇੱਕ ਖੂਨੀ ਲਲਕਾਰ ਸੁਣਾਈ ਦਿੰਦੀ ਹੈ ਜੋ ਮਨੁੱਖੀ ਸੁਪਨਿਆਂ, ਨਕਸ਼ਿਆਂ ਤੇ ਉਦਮਾਂ ਨੂੰ ਪੈਰਾਂ ਹੇਠਾਂ ਦਰੜਦੀ ਹੈ। ਆਕਾਸ਼ ਨਾਲ ਸੂੰਹਦੀਆਂ ਸੋਹਣੀਆਂ ਮਾਤਾਂ ਮਿੱਟੀ ਘੱਟੇ ਚ ਦਮ ਤੋੜ ਰਹੀਆਂ। ਕੁਝ ਚਿਰ ਬਾਅਦ ਇਹਨਾਂ ਨੇ ਇੱਥੇ ਬੱਚੇ ਖੁਸ਼ੇ ਨਿਸ਼ਾਨ ਹੀ ਹੋਣਗੇ। ਮੈਂ ਖੰਡਾਂ ਚ ਤੁਰਦਾ ਗਿਆ, ਇੱਕ ਵੀ ਮਨੁੱਖ ਦੂਰ ਤੱਕ ਨਹੀਂ ਦਿਸਿਆ। ਚਾਰੇ ਪਾਸੇ ਖਮੋਸ਼ੀ ਸੀ। ਰੁਦਨ ਵੇਖਿਆ, ਲਾਹੌਰ ਮਹਾਨਗਰ ਜਿਸ ਨੂੰ ਕਦੇ ਅੱਲਾ ਨੂਰ ਵੀ ਕਿਹਾ ਜਾਂਦਾ, ਇੱਕ ਮਿੱਟੀ ਦਾ ਢੇਰ ਹੈ ਬਸ। ਅੱਜ 2 ਸਾਲ ਦੇ ਸਮੇਂ ਅੰਦਰ ਰਾਜੇ ਨੇ ਜਮਨਾ ਤੋਂ ਲੈ ਕੇ ਸਿੰਧ ਤੱਕ ਦਾ ਇਲਾਕਾ ਕਬਜ਼ੇ ਹੇਠ ਕਰ ਲਿਆ। ਜੇ ਗੁਆਂਢੀ ਮੁਲਕਾਂ ਨੇ ਉਸਨੂੰ ਰੋਕਿਆ ਤਾਂ ਜਲਦੀ ਜਿੱਤ ਹੋ ਜਾਵੇਗਾ। ਹਿੰਦੁਸਤਾਨ ਭਰ ਦੇ ਵਿੱਚੋਂ ਸਾਰੇ ਚੰਗੇ ਯੋਧੇ ਨੌਕਰੀ ਕਰਨ ਉਹਦੇ ਪਾਸ ਆਉਂਦੇ, ਕਿਉਂਕਿ ਉਹਦੀ ਜਿੰਨੀ ਤਨਖਾਹ, ਸਹੂਲਤਾਂ ਤੇ ਹੌਸਲਾ ਅਫਜਾਈ ਹੋਰ ਕਿਤੇ ਨਾ ਮਿਲਦੀ। ਦੇਸ਼ ਦੀ ਸਾਰੀ ਜ਼ਮੀਨ ਸਰਦਾਰਾਂ ਨੂੰ ਦੇ ਦਿੱਤੀ, ਆਪਣੇ ਪਾਸ ਥੋੜੀ ਵੀ ਨਹੀਂ ਰੱਖੀ। ਸਰਦਾਰਾਂ ਪਾਸ ਫੌਜਾਂ ਨੇ, ਰਾਜ ਦੇ 1 ਇਸ਼ਾਰੇ ਤੇ 1 ਲੱਖ ਸੈਨਾ ਆਖੜਦੀ। ਉਹਦੀ ਨਿੱਜੀ ਫੌਜ ਵਿੱਚ 7,000 ਘੋੜਸਵਾਰ, 14,000 ਪੈਦਲ ਹੈ। ਤਨਖਾਹ ਨਗਦ ਵੀ ਮਿਲਦੀ ਹੈ ਅਨਾਜ ਵੱਲੋਂ। ਘੋੜਾ ਕਮਜ਼ੋਰ ਹੋ ਜਾਵੇ, ਸਵਾਰ ਬੁੱਢਾ ਨੂੰ 100 ਰੁਪਈਏ ਤੇ 100 ਮਣ ਦਾਣੇ ਛਮਾਹੀ ਮਿਲਦੇ ਨੇ, ਪਰ ਜੇ ਦੋਵੇਂ ਜਵਾਨ ਹੋਣ ਤਾਂ 100 ਰੁਪਈਆ ਤੇ 200 ਮਣ ਦਾਣੇ ਛਮਾਹੀ। ਖਾਸ ਖੇਤਰਾਂ ਸਿਪਾਹੀਆਂ ਨੂੰ 300 ਰੁਪਈਏ ਤੇ 300 ਮਣ ਦਾਣੇ ਮਿਲਦੇ ਨੇ, ਵਧੀਆ ਤੋਪਖਾਨਾ। ਪੰਜਾਬ 'ਚ ਕਿਸੇ ਨੂੰ ਪੋਰਸ ਦਾ ਜਾਂ ਸਿਕੰਦਰ ਦਾ ਨਾਮ ਨਹੀਂ ਪਤਾ। ਲਾਹੌਰ ਕਿਸਨੇ ਵਸਾਇਆ, ਕਦੋਂ ਵਸਾਇਆ, ਕੋਈ ਨਹੀਂ ਜਾਣਦਾ। ਕੀ ਗਰੀਬ ਕੀ ਅਮੀਰ ਲੋਕ ਸਿਰੇ ਦੇ ਅਨਪੜ੍ਹ ਨੇ, ਊੜਾ ਆੜਾ ਨਹੀਂ ਆਉਂਦਾ। ਮਹਾਰਾਜਾ ਅਜੀਬ ਦਰਿਆ ਦੇ ਲੈ ਕੁਝ ਮਹੀਨੇ ਪਹਿਲਾਂ ਇੱਕ ਬੰਦਾ ਉਹਨੂੰ ਕਤਲ ਕਰਨ ਦੇ ਇਰਾਦੇ ਨਾਲ ਲੰਘ ਆਇਆ। ਤਲਵਾਰ ਮਹਿਲ ਵਿੱਚ ਧੂਲੀ ਪਰ ਫੜਿਆ ਗਿਆ। ਬਜਾਏ ਇਸ ਦੇ ਕੇ ਰਾਜਾ ਨੂੰ ਸਜ਼ਾ ਦਿੰਦਾ, ਸਗੋਂ 50 ਰੁਪਈਏ ਦੇ ਕੇ ਤੁਰਦਾ, ਕਿਹਾ ਜਾ ਭਾਜਾ ਮੌਜ ਲੈ, ਮੈਂ ਨੀ ਤੈਨੂੰ ਪੁੱਛਦਾ ਕਿਉਂ ਮਾਰਨਾ ਤੇ ਕਿਹਨੇ ਭੇਜਿਆ, ਜਾ ਤੁਰ ਜਾ। ਅਸਲ ਪਹਿਲਾਂ ਸ਼ਾਹਜਹਾਂ ਨੇ 3 ਲੱਖ ਦੀ ਸੈਨਾ ਨਾਲ ਭਾਰਤ ਤੇ ਹੱਲਾ ਕੀਤਾ। ਰਣਜੀਤ ਸਿੰਘ ਨੇ ਕੇਵਲ 40,000 ਸੈਨਾ ਨਾਲ ਹਨੇਰੀਆਂ ਰਾਤਾਂ 'ਚ ਅਫਗਾਨ ਵੱਢ ਵੱਢ ਕੇ ਗਰੇ ਲਾ ਤੇ ਇੰਨਾ ਕਤਲੇਆਮ ਹੋਇਆ ਕਿ 100 ਫੁੱਟ ਦੇ ਸ਼ਾਹ ਦਰਿਆ ਪਾਰ ਕਰਕੇ ਕਾਬਲ ਨੂੰ ਭੱਜਿਆ। ਉਸ ਪਿੱਛੋਂ ਸ਼ਾਹ ਨੇ ਇੱਧਰ ਮੂੰਹ ਨਾ ਕੀਤਾ, ਅਫਗਾਨ ਸਿੰਧ ਪਾਰ ਕਰਨ ਨੂੰ ਤਰੇਂਦੇ ਸੀ। ਦੇਸ਼ ਵਿੱਚ ਸਿੱਖ ਸਿੰਘ ਜੱਟ ਤਰਖਾਣ ਰਾਜਪੂਤਾਂ ਦੇ ਕਈ ਜਾਤਾਂ ਦੇ ਲੋਕ ਵੱਸਦੇ ਆ। ਸਿੰਘ 4th ਹਿੱਸਾ ਹੋਣਗੇ ਜਿਨ੍ਹਾਂ ਦੀ ਗਿਣਤੀ ਵੱਧ ਰਹੀ ਹੈ।
रणजीत सिंह पंजाब देश का शेर है, उसके अंथक सिपाही 40-45 मील पेंडा हर रोज महीनिया वधी करते हैं। 20 जून नूं मैं लाहौरों वापस चलिया, भसीन पिंड कोल आके बोड़ हेठा रात कट्टी, एडा बोड़ जिंदगी च मैं नहीं वेख्या, 5000 बंदयां लई तंबू लंघ सकता है इस दे थले एडा बोड़। 5 जुलाई 1808 सुरंदर पुज्जा, शहर उजड़ गया, कदी इह शानदार शहर अफगाना दी वसल सी, हुण कोई बर्ग सिंह इसका मालिक है। अंबा दे बाग ते साफ पानी दे तलाह ने, इत्थों मैं वापस बंगाल का रुख किया, मेरा टूर इउं खत्म होया। यह लिखिया आप जिहड़ा सब तो पहला 1808 दे विच फरंगी ने जद बाननू बन्निया उजाड़न दा, उस समय नू आर्नल्ड मैथ्यू नू भेजा जिहदा नौ उस समय लुकोया होया सी, खुफिया मिशन ते अंग्रेजां ने भेजा सी, पर जिहड़ा उसने लिखिया 200 साल पहला, अज तो 3 पीढ़ियां पहला नक्करदादे दे समय दा पंजाब उन्हें दस्सिया। व्यापारक संदेश मुड़ के आउणा। शुक्रवार नू सैडी मोरियल हॉस्पिटल दे विचों एक मैसेज आया फेसबुक ते मेरे दोस्त ने नाल, जिस च लिखिया होया कि तुहाडी मैनू मदद दी लोड़ है। हुण उहदे च की है, वो लिख रहा है वीर के मेरे पिता जी हस्पताल च दाखल ने, बीमार ने बहुत, इस एसेंशियल विजिटर नू आउण नहीं दे रहे जब जरूरत है, कहिंदे ना वो सुन सकते ने ना आप खा सकते ने, कन्फ्यूज ने, भाषा का ओबियसली अंग्रेजी आउंदी नहीं, 24/7 उन्हां नाल एक बंदा चाहिए घर का। 3 कार्डियक अरेस्ट हो चुके ने पहला, ते हुण उन्हां नूं जागदे रखण, ते पर हुण उह जागदे रखण दे लई कोई उन्हां नूं घर दा जी चाहीदा, गल्लां कर लई, उह घर दे जी नूं रहण नहीं दिंदे। ते वड्डी गल नर्सां तों फीड नहीं होणा क्योंकि उह अख नहीं खोलदे, ते उन्हां तों नर्स नाल गल नहीं, ते आम बजुर्गां वांगू मैं ठीक हाँ, यह उन्हां दी गल है, सानू पता चाहे पेन भी हुंदा वी जां असीं पुछणा गल ठीक है, पर बिहेवियर उन्हां दा सानू दस दिंदा वी इहनूं हुण इहनूं जरूरत। ते पिछले एक महीने तो कहिंदे वी हत्थां नाल ही समझाउंदे ने, असीं समझदे हां। ऑक्सीजन लैवल जिहड़ा डिक्रीज हो गया पिछली रात तो कहिंदे, ते शायद उह वेंटीलेटर ते लाउण, नर्स नू पता ऑक्सीजन लैवल थले जा रहा है, इस करके उसनू उस दे लई जागदा रखना बहुत जरूर है, पर उहदे कोल बजुर्गों कोल पावर है नहीं, ते एक बंदा साडा जे घर दा रह जावे सौखा हो जावे। ये मैसेज नू मैं तुहानू तर्जमा करके दिखा रहा था। हुण उह कहिंदे वी साडे बैड एक्सपीरियंस की होए, एम्पटी ऑक्सीजन का टैंक सी जद उन्होंने कार्डियक अरैसट होया, ते उदे बाद बीपिंग मोनीटर हो रहे सी, ते उस समय भी जद रौला असी पाया ता उस समय कोई उत्थे आया, दा मतलब जे असी कोल आ ता ही फायदा। ते वह कहिंदे वी साडी बेटी मेरी नर्स है, वह कहिंदी वी मैं आपे केयर कर लूं, पर वह गल नहीं मान रहे, वह कहिंदे नो ਤੁਹਾਨੂੰ ਇੱਥੇ ਅਸੀਂ ਅਸੈਂਸ਼ੀਅਲ ਵਿਜ਼ਿਟਰ ਜਿਹੜਾ ਹੈ ਉਹ ਨਹੀਂ ਇੱਥੇ ਰਹਿਣ ਦੇ ਦਿੰਦੇ। ਫਿਰ ਉਹਨਾਂ ਨੇ ਰੌਲਾ ਪਾਇਆ ਪਰਿਵਾਰ ਨੇ, ਉਹਨਾਂ ਨੇ ਰੌਲਾ ਪਾਉਣ ਤੋਂ ਬਾਅਦ ਇੱਕ ਬੰਦਾ ਉੱਥੇ ਛੱਡਤਾ। ਹੁਣ ਉਹ ਕਹਿੰਦਾ ਵੀ ਫਾਦਰ ਮੇਰੇ ਇੱਕ ਚਮਚਾ ਵੀ ਨਹੀਂ ਫੜ ਸਕਦੇ। ਨਰਸ ਆ ਜਿਹੜੀ ਉਹਨਾਂ ਨੇ ਉਹਨੂੰ ਇਕੱਲੇ ਨੂੰ ਇਸ ਤਰ੍ਹਾਂ ਫੀਡ ਨਹੀਂ ਕਰਾਉਣਾ, ਈਵਨ ਦਵਾਈ ਨਹੀਂ ਲੈ ਸਕਦੇ ਉਹ। ਸੋ ਮੇਰੀ ਬੇਟੀ ਜਿਹੜੀ ਨਰਸ ਹੈ ਉਹ ਹਰ ਵਕਤ ਕੋਲ ਰਹਿੰਦੀ ਹੈ, ਉਹ ਆਪਣੇ ਦਾਦੇ ਦਾ ਖਿਆਲ ਰੱਖ ਸਕਦੀ ਹੈ, ਸੇਵਾ ਕਰਨਾ ਚਾਹੁੰਦੇ ਅਸੀਂ ਪਰਿਵਾਰ, ਸਾਨੂੰ ਪਤਾ ਹੈ ਕਿ ਬਜ਼ੁਰਗ ਢਿੱਲੇ ਨੇ, ਬਾਹਲਾ ਲੰਮਾ ਸਮਾਂ ਉਹਨਾਂ ਕੋਲ ਹੈ ਨਹੀਂ। ਸੋ ਜੇ ਈਵਨ ਉਹ ਕਹਿੰਦੇ ਅਸੀਂ ਪੁੱਛਿਆ ਖਾਣਾ ਤਾਂ ਉਹ ਕਹਿੰਦੇ ਅਸੀਂ ਨਹੀਂ ਖਾਣਾ, ਕਹਿੰਦਾ ਉਹਦੇ ਬਾਅਦ ਜਦ ਮੈਂ ਸਬਜ਼ੀ ਦਾਲ ਖੋਲ੍ਹੀ ਤਾਂ ਉਹ ਖਾਣ ਲੱਗ ਗਏ, ਕਹਿੰਦੇ ਸਾਰਾ ਕੁਛ ਉਹਨਾਂ ਨੇ ਖਾ ਲਿਆ। ਸੋ ਪਰਿਵਾਰ ਨੂੰ ਇਹ ਬਹੁਤ ਵੱਡਾ ਜਿਹੜਾ ਹੁਣ ਕੈਥੀਡਰ ਪਾਇਆ ਹੋਇਆ ਪਾਈਪਸ ਨੇ, ਉਹਦੇ ਬਾਅਦ ਹੁਣ ਉਹ ਆਪਣਾ ਜਦ ਆਪਣਾ ਵੱਲੋਂ ਹੱਥ ਮਾਰਦੇ ਆ ਤਾਂ ਕੈਥੀਡਰ ਕੱਢ ਦਿੰਦੇ ਆ,
ਡਾਇਪਰ ਚੇਂਜ ਕਰਨਾ, ਉਹ ਕਹਿੰਦੇ ਸਾਰਾ ਕੁਝ ਨਰਸਾਂ ਕਰਨਗੀਆਂ ਪਰ ਅਸੀਂ ਵੱਧ ਕਰ ਸਕਦੇ। ਸੋ ਇਹਦੇ ਤੇ ਹੁਣ ਗੱਲ ਜਿਹੜੀ ਚੱਲ ਰਹੀ ਹੈ ਉਹ ਇਹ ਚੱਲ ਰਹੀ ਹੈ ਕਿ ਕੀ ਇੱਕ ਅਸੈਂਸ਼ਲ ਸਰਵਿਸ ਦੇ ਲਈ ਇੱਕ ਬੰਦਾ ਘਰ ਦਾ ਕੋਲ ਉਹਨੂੰ ਰੱਖਿਆ ਜਾਵੇ, ਉਹਨੂੰ ਚੈੱਕ ਕਰ ਲਓ, ਉਹਨੂੰ ਮਾਸਕ ਕਹਿ ਦਓ, ਉਹਨੂੰ ਸੈਨੇਟਾਈਜ਼ਰ ਕਹੋ, ਖਿਆਲ ਰੱਖੇ। ਹੁਣ ਬਜ਼ੁਰਗ ਨੂੰ ਸਮਝ ਨਹੀਂ ਆਉਂਦੀ, ਬਜ਼ੁਰਗ ਉਹ ਕਹਿੰਦੇ ਮੁੜ ਮੁੜ ਕੇ ਅੱਖਾਂ ਮੀਚ ਜਾਂਦੇ ਆ, ਅਸੀਂ ਗੱਲਾਂ ਕਰਦੇ ਹਾਂ, ਉਹਨੂੰ ਜਾਗਦੇ ਰੱਖਦੇ ਹਾਂ, ਘਰ ਦਾ ਦਾਲ ਪਾਣੀ ਉਹਨਾਂ ਨੂੰ ਲੈ ਕੇ ਆਉਂਦੇ, ਨਰਸਾਂ ਨੇ ਕਿੱਥੇ ਕਿਹਦੇ ਕੋਲ ਸਮਾਂ ਉਹਨੂੰ ਉਹਨਾਂ ਨੂੰ ਫੀਡ ਕਰਨ ਦਾ, ਚਮਚੇ ਨਾਲ ਦਾਲਾਂ ਤੇ ਸੂਪ ਪਿਲਾਉਣ ਦਾ। ਇਹ ਬਹੁਤ ਵੱਡੀ ਮੁਸ਼ਕਿਲ ਪਿਛਲੇ 4 ਮਹੀਨਿਆਂ ਤੋਂ ਆ ਰਹੀ ਹੈ। ਮੁਸ਼ਕਿਲ ਇਹ ਹੈ ਵੀ ਜਿਹੜੇ ਬਜ਼ੁਰਗ ਨੇ ਹੁਣ ਉਹਨਾਂ ਨੂੰ ਆਖਰੀ ਉਮਰ 'ਚ ਟੱਬਰ ਦਾ ਜੀ ਕੋਈ ਰਹਿਣਾ ਚਾਹੁੰਦਾ ਕੋਲ, ਘਰ ਦੀਆਂ ਬਹੁਤ ਗੱਲਾਂ ਜਿਹੜੇ ਮਾਪੇ ਦੱਸਣਾ ਚਾਹੁੰਦੇ ਆਪਣੇ ਪੁੱਤਰਾਂ, ਪਹਿਲਾਂ ਜਾਣ ਨਹੀਂ ਦਿੰਦੇ, ਜਦੋਂ ਪੂਰੇ ਹੁੰਦੇ ਨੇ ਕਹਿੰਦੇ ਹੁਣ ਚਲੇ ਜਾ, ਹੁਣ ਫਿਰ ਉਹਦੇ ਬਾਅਦ ਜਾ ਕੇ ਕੀ ਕਰਨਾ, ਉਸ ਸਮੇਂ ਫਿਰ ਕੀ ਹੋਊਗਾ, ਉਸ ਸਮੇਂ ਜਦ ਉਹੀ ਬੈੱਡ ਤੇ ਜਿੱਥੇ ਇੱਕ ਬੰਦਾ ਨਹੀਂ ਰਹਿੰਦਾ ਉੱਥੇ 3 ਬੰਦਿਆਂ ਨੂੰ ਤੁਸੀਂ ਭੇਜਦੇ ਹੋ, ਜਾਓ ਆਇਓ ਜਾਇਓ ਹੁਣ ਜਾਇਓ, ਉਸ ਸਮੇਂ COVID-19 ਦਾ ਇਸ਼ੂ ਨਹੀਂ ਹੈ। ਸੋ ਇਹ ਇੱਕ ਵੱਡੀ ਜਿਹੜੀ ਗੱਲ ਕਮਿਊਨਿਟੀ 'ਚ ਚੱਲ ਰਹੀ ਹੈ ਨਾ ਉਹ ਇਹ ਹੈ, ਇਸ ਤਰ੍ਹਾਂ ਹੀ ਮੈਸੇਜ ਉੱਥੋਂ ਕੋਈ ਨਾ, ਮੈਂ ਉਹ ਸਾਰੇ ਮੈਸੇਜ ਫਾਰਵਰਡ ਕਰਤੇ, ਰਵੀ ਕਾਹਲੋ ਉਹਨਾਂ ਨੂੰ ਭੇਜਤੇ, ਹੈਰੀ ਉਹਨਾਂ ਨੂੰ ਜਿੰਨੀ ਉਹਨਾਂ ਨੂੰ ਭੇਜਤੇ, ਰਵੀ ਕਾਹਲੋ ਨੇ ਉਸ 'ਤੇ ਰਿਪਲਾਈ ਕੀਤੀ ਥੈਂਕ ਯੂ, ਅਤੇ ਜਿੰਨੀ ਉਹਨਾਂ ਨੇ ਕਿਹਾ ਮੈਂ ਨਿੱਜੀ, ਕਿਉਂਕਿ ਉਹ ਆਪ ਜਾਂਦੇ ਰਹੇ, ਮਦਰ ਉਹਨਾਂ ਨੇ ਢਿੱਲੇ ਰਹੇ ਉੱਥੇ, ਕਹਿੰਦੇ ਮੈਂ ਕੋਸ਼ਿਸ਼ ਕਰਦੀ ਹਾਂ, ਪਰ ਉਹਨਾਂ ਦਾ ਪ੍ਰੋਟੋਕਾਲ ਆ, ਹੋਸਪਿਟਲ ਆ, ਇੱਥੇ ਤਾਂ ਉਹ ਇੰਡੀਆ ਵਾਂਗੂ ਤਾਂ ਹੈ ਵੀ MLAP ਬਣਿਆ ਬੜਿਆ ਜਾ ਕੇ ਉਹ ਕਹਿੰਦਾ ਵੀ ਆਹ ਕਰੋ ਆਹ ਕਰੋ, ਉਹ ਕਹਿੰਦੇ ਸਾਹਿਬ ਹੁਣੇ ਕਰਦੇ ਹਾਂ, ਇੱਥੇ ਉਸ ਤਰ੍ਹਾਂ ਦਾ ਕੁਛ ਨਹੀਂ ਹੋ ਸਕਦਾ। ਪਰ ਫਿਰ ਵੀ ਸਾਡੇ ਨਾਲੋਂ ਇਹਨਾਂ ਦੀ ਸੁਣੀ ਜਾ ਸਕਦੀ ਹੈ, ਅਸੀਂ ਇਹ ਉਹਨਾਂ ਨਾਲ ਗੱਲ ਕਰ ਸਕਦੇ ਹਾਂ, ਸਰੀ ਮੋਰੀਆ ਹੋਸਪਿਟਲ ਦੇ ਚੀਫ ਮੈਡੀਕਲ ਅਫੀਸਰ ਨਾਲ ਗੱਲ ਕਰ ਸਕਦੇ, ਸਰ ਅਸੀਂ ਕਿੱਥੇ ਜਾ ਸਕਦੇ, ਅਸੀਂ ਕਿੱਥੇ ਜਾ ਸਕਦੇ। 1844-1550 ਇਸ ਵਿਸ਼ੇ ਤੇ ਜੇ ਤੁਹਾਡਾ ਕੋਈ ਸੁਝਾਅ ਹੋਵੇ ਤੁਸੀਂ ਵੀ ਇਸ ਤੇ ਗੱਲਬਾਤ ਕਰੋ ਕਿ ਕੀ ਕੀਤਾ ਜਾਵੇ। ਇਹ ਹੁਣ ਮੈਂ ਕੋਵਿਡ ਤਾਂ ਇਸ ਤਰ੍ਹਾਂ ਹੀ ਰਹਿਣਾ, ਕੋਵਿਡ ਨੂੰ ਚੈੱਕ ਕਰ ਲਓ, ਕੋਵਿਡ ਦੇ ਪ੍ਰਿਕੋਸ਼ਨ ਕਰ ਲਓ, ਬੰਦਾ ਨੋਲ, ਅਸੀਂ ਮਾਪਿਆਂ ਨੂੰ ਆਪਣਿਆਂ ਨੂੰ ਇਕੱਲਾ ਨਹੀਂ ਛੱਡਣਾ ਚਾਹੁੰਦੇ, ਇਹਦਾ ਮਤਲਬ ਇਹ ਹੈ ਵੀ ਮਾਪੇ ਔਖੇ ਹੋਣ ਸੌਖੇ ਹੋਣ ਉਹਨਾਂ ਨੂੰ ਹਸਪਤਾਲ ਨਾ ਲਿਜਾਇਆ ਜਾਵੇ ਜਾਂ ਫਿਰ ਘਰੇ ਸਰਵ ਕਰਵਾ ਕੇ ਉਹਨਾਂ ਨੂੰ। ਮਾਪੇ ਇਕੱਲੇ ਛੱਡੇ ਨਹੀਂ ਜਾ ਸਕਦੇ ਉੱਥੇ, ਨਹੀਂ ਚਾਹੇ ਆਪਣੀਆਂ ਪੰਜਾਬੀ ਡਾਕਟਰ ਪੰਜਾਬੀ ਨਰਸ ਹੈਗੀ ਹੈ, ਪਰ ਉਹਨਾਂ ਕੋਲ ਕਿਹਦੇ ਕੋਲ ਸਮਾਂ ਉੱਥੇ ਕੋਲ ਬਹਿਣ ਦਾ, ਕਿੱਥੇ ਧੀ ਪੁੱਤ ਨੇ ਸਦਾ ਨਾਲ ਰਹਿਣਾ ਮਾਪੇ ਦੇ। ਸਾਡੇ ਕੋਲ ਸੇਵਾ ਦਾ ਜਿਹੜਾ ਸਾਡੇ ਮਨ ਦੇ ਵਿੱਚ ਇੱਕ ਪਿਆਰ ਹੈ ਉਹ ਅਸੀਂ ਪੂਰਾ ਕਰਨਾ ਚਾਹੁੰਦੇ ਹਾਂ। ਇਹ ਪਰਿਵਾਰ ਦਾ ਪਿਛਲੇ ਸ਼ੁੱਕਰਵਾਰ ਤੋਂ ਇਸ ਮੁਸ਼ਕਲ ਦੇ ਵਿੱਚ ਨੇ, ਉਹ ਬਜ਼ੁਰਗ ਢਿੱਲੇ ਨੇ ਬਹੁਤ ਤੇ ਹਸਪਤਾਲ ਰੌਲਾ ਪਾਉਂਦੇ ਨੇ, ਉਹ ਕਹਿੰਦੇ ਅਸੀਂ ਰੌਲਾ ਪਾਉਂਦੇ ਹਾਂ। ਫਿਰ ਹੁਣ ਨਰਸ ਤਾਂ ਨਰਸ ਹੈ, ਨਰਸ ਨੂੰ ਪ੍ਰੋਟੋਕਾਲ ਆ, ਕਹਿੰਦੀ ਮੈਂ ਕੰਮ ਤੇ ਨਹੀਂ ਜਾਂਦੀ, ਮੈਂ ਆਪਣੇ ਦਾਦੇ ਕੋਲ ਰਹਿਣਾ ਚਾਹੁੰਦੀ ਹਾਂ। ਉਹ ਕਹਿੰਦਾ ਤੂੰ ਵੀ ਨਹੀਂ ਰਹਿ ਸਕਦੀ। ਕਰਮਜੀਤ ਸਿੰਘ ਜੀ ਤੁਸੀਂ ਇਹ ਤੇ ਹੋ। ਹਾਂਜੀ ਵੀਰ ਜੀ, ਜਿਹੜੀ ਤੁਸੀਂ ਗੱਲ ਕਰਕੇ ਹਟੇ ਹੋ, ਤੁਸੀਂ ਬਹੁਤ ਡਿਟੇਲ ਚ ਗੱਲ ਕਰਤੀ, ਇਹ ਗੱਲ ਸੈਂਕੜੇ ਪਰਿਵਾਰਾਂ ਨਾਲ ਗਿੱਲ ਸਾਹਿਬ ਰੋਜ਼ ਹੋ ਰਹੀ ਆ। ਸਾਡੇ ਬਜ਼ੁਰਗ ਪਏ ਨੇ ਅੰਤਮ ਸਾਹਾਂ ਤੇ, ਸਾਨੂੰ ਉਹਨਾਂ ਦੇ ਪਰਿਵਾਰ ਨੂੰ ਇਹ ਹੁਕਮ ਨਹੀਂ ਹੈ ਵੀ ਅਸੀਂ ਆਪਦੇ ਪਿਓ ਨੂੰ ਜਾਂਦੇ ਨੂੰ ਆਪਦੀ ਬੁੱਕਲ ਚ ਸਿਰ ਰੱਖ ਕੇ ਉਹਨੂੰ ਤੋਰ ਦਈਏ, ਆਪਦੀ ਮਾਂ ਨੂੰ ਤੋਰ ਦਈਏ। ਤੇ ਉਹ ਤੁਹਾਡੇ ਵਾਲੀ ਗੱਲ ਆ, ਉਹ ਇੰਗਲਿਸ਼ ਨਹੀਂ ਬੋਲਣ ਜਾਣਦੇ ਤੇ ਉੱਥੇ ਨਰਸਾਂ ਸਟਾਫ ਜਿਹੜਾ ਕੰਮ ਕਰਦਾ ਉਹਨਾਂ ਨੂੰ ਪੰਜਾਬੀ ਨਹੀਂ ਆਉਂਦੀ। ਸਾਡੀ ਪਿਛਲੇ ਦਿਨ ਮਾਸੀ ਜੀ ਗੁਜਰੇ ਆ ਜੀ ਇੱਥੇ ਮਿਸ਼ਨ ਤੇ, ਉਹ ਤੁਸੀਂ ਇਹ ਲਾ ਲਓ ਵੀ ਇੰਨਾ ਸਾਨੂੰ ਸਦਮਾ ਹੋਇਆ ਉਸ ਗੱਲ ਦਾ। ਸਵੇਰੇ ਸਾਨੂੰ 7 ਫੋਨ ਆ ਗਿਆ ਵੀ ਜੀ ਆ ਜਾਓ ਰਾਤ ਨੂੰ, ਇਹ ਤਾਂ 4 ਵੈਂਟੀਲੇਟਰ ਲਾਤਾ ਸੀ ਤੁਹਾਡੀ ਮਾਂ ਦੇ, ਤੇ ਹੁਣ ਲਾਉਣਾ ਇਹ ਤਾਂ ਮਰੀ ਵੀ ਆ, ਤਾਂ ਸਾਹ ਇਹਦੇ ਨਾਲ ਲੈਂਦੀ ਆ, ਜੇ ਤੁਸੀਂ ਕਹੋਗੇ ਤਾਂ ਲਾ ਦਿੰਦੇ ਆ, ਜੇ ਕਹੋ ਤਾਂ ਇੱਕ ਅੱਧਾ ਦਿਨ ਰੱਖ ਲੈਂਦੇ ਆ। ਤੇ ਅੰਤ ਨੂੰ ਮੁੱਕੀ ਦੇ ਵੇਲੇ ਸਾਨੂੰ ਸੱਦ ਲਿਆ ਜੀ, ਅਸੀਂ ਸਾਰਾ ਟੱਬਰ ਉੱਥੇ ਖੜੇ। ਫਿਰ ਉਹੀ ਉਸ ਵੇਲੇ ਜਾ ਕੇ ਕੀ ਆ ਜੀ, ਸਾਨੂੰ ਏਡਾ ਸਦਮਾ ਵੀ ਜਾਂਦੀ ਹੋਈ, ਇਹ ਕਿਵੇਂ ਗਈ, ਇਹਦੇ ਕੀ ਦਿਲ ਚ ਗੱਲ ਸੀ, ਇਹਨੇ ਕੀ ਕਹਿਣਾ ਸੀ। ਇਹ ਤਾਂ ਜੀ ਬਹੁਤ ਵੱਡੇ ਅਨਰਥ ਹੋ ਰਿਹਾ ਸਾਡੇ ਨਾਲ, ਬੇਹੱਦ ਉਹ ਮਾਪਿਆਂ ਨਾਲ ਵੀ ਤੇ ਸਾਡੇ ਪਰਿਵਾਰਾਂ ਨਾਲ ਵੀ। ਉਹਦਾ ਆਰ ਪਰਿਵਾਰ ਵਾਲੀ, ਉਹ ਏਡੇ ਵਾਲੀ, ਉਹ ਜਾਂਦੀ ਹੋਈ ਸਾਡੇ ਆਪਦੇ ਦਿਲ ਦੀ ਕੋਈ ਗੱਲ ਬਣਾ ਆਪਦੇ ਪਰਿਵਾਰ ਨਾਲ ਕਰ ਸਕੀ। ਇੱਕ ਪਤਾ ਨੀ ਜੀ ਕੀ ਕਾਨੂੰਨ ਆ, ਤੁਸੀਂ 7 ਟੈਸਟ ਕਰੋ, ਤੁਸੀਂ ਜੋ ਮਰਜ਼ੀ ਪਾਬੰਦੀਆਂ ਲਾਓ, ਪਰ ਉਹਦੇ ਨੂੰਹਾਂ ਪੁੱਤਾਂ ਨੂੰ, ਉਹਦੀਆਂ ਧੀਆਂ ਨੂੰ, ਉਹਦੇ ਪਰਿਵਾਰ ਨੂੰ, ਕਿਸੇ ਨੂੰ ਤਾਂ ਉਹਦੇ ਕੋਲੇ ਬੈਠਣ ਦੇਵੋ। ਫਿਰ ਉੱਥੇ ਸੰਸਕਾਰ ਕਰਨਗੇ ਉੱਥੇ 30 ਬੰਦੇ ਜੀ, ਕਹਿੰਦੇ 31 ਮੰਦਰ ਨੀ ਵੜ ਸਕਦਾ, ਕਹਿੰਦੇ ਸਾਹਿਬ ਉੱਥੇ ਦਰਸ਼ਨ ਕਰਨੇ ਸੀ ਅੰਤਲੇ ਟਾਈਮ, ਅਸੀਂ ਉਹਦਾ ਮੂੰਹ ਵੀ ਨੀ ਦੇਖ ਸਕੇ, ਕਿਉਂ ਉੱਥੇ ਉੱਥੇ ਇਕੱਠ ਨਾ ਕਰਨ ਦਿਓ, ਸਾਨੂੰ ਬੈਠਣ ਨਾ ਦਿਓ, ਬੰਦੇ ਆਉਣ ਉਹਦੇ, ਉਹਨੂੰ ਮੱਥਾ ਟੇਕਣ, ਦਰਸ਼ਨ ਕਰਨ, ਆਪਦੀ ਭਾਵਨਾ ਪ੍ਰਗਟ ਕਰਕੇ ਉਹਦੇ ਨਾਲ ਅੰਤ ਸਮੇਂ ਉਹ ਬਾਹਰ ਨਿਕਲ ਜਾਣ, ਆਪਦੀਆਂ ਕਾਰਾਂ ਚ ਬਹਿ ਕੇ ਤੁਰੇ ਜਾਣ।
ਇੱਥੇ ਸਟੋਰਾਂ ਦੇ ਵਿੱਚ ਤਾਂ ਜਿੰਨੇ ਮਰਜ਼ੀ ਆ ਬੜੀ ਜਾਂਦੇ ਆ, ਕਾਸਕੋ ਦੇ ਵਿੱਚ 100-100 ਬੰਦਾ ਹਰ ਵੇਲੇ, ਉੱਥੇ ਕੋਈ ਪਾਬੰਦੀ ਨਹੀਂ ਹੈ। ਅਸੀਂ ਮੂੰਹ ਦੇਖਣ ਨੂੰ ਤੁਸੀਂ ਅੰਦਰ ਨਾ ਬੈਠਣ ਦੇਵੋ, 10 ਬੰਦੇ ਨਾ ਖੜਨ ਦੇਵੋ, ਪਰ ਤੁਰਿਆ ਜਾਂਦਾ ਬੰਦਾ ਮੱਥਾ ਟੇਕ ਕੇ ਜਾਵੇ, ਨਿਕਲ ਜੇ ਬਾਹਰ ਆਪਦੀ ਗੱਡੀ ਚ ਬੈਠੇ ਆਪਦੇ ਘਰ ਨੂੰ ਵਗ ਜੇ। ਉੱਥੇ ਵੀ ਅਸੀਂ ਰੋਂਦੇ ਕਰਲਾਉਂਦੇ ਰਹਿ ਗਏ, ਉੱਥੇ ਵੀ ਸਾਨੂੰ ਅੱਧਿਓਂ ਵੱਧ ਤਾਂ ਅਸੀਂ ਮੁੜ ਕੇ ਆਏ ਹਾਂ, 100 ਬੰਦਾ ਤਾਂ ਕਿਸੇ ਨੂੰ ਕਹਿੰਦੇ ਜੀ ਨਹੀਂ ਹੋਰ ਨੀ ਜਾ ਸਕਦੇ, ਵੀ ਸਾਨੂੰ ਮੂੰਹ ਹੀ ਦੇਖਣ ਦੇ ਦੋ, ਉੱਥੇ ਕਿਹੜਾ ਅਸੀਂ ਬਹਿਣਾ ਨਹੀਂ ਬਹਿ ਸਕਦੇ। ਕੋਈ ਨਹਾਉਣ ਅੱਗੇ ਆਪਾਂ ਨਹਾਉਣ ਨਹਾਉਣ ਜਾਂਦੇ ਹਾਂ, ਇੱਕ ਦਿਨ ਉਹ ਕਹਿੰਦੇ ਜੀ ਅਸੀਂ ਆਪ ਨਵਾਵਾਂਗੇ, ਅਸੀਂ ਜਾ ਕੇ ਦੇਖਿਆ ਉਹਦੇ ਕੱਪੜੇ ਪਾਤੇ, ਉੱਤੇ ਚੁੰਨੀ ਦੇਤੀ, ਉਹਦੇ ਉਹਨੂੰ ਕਿਹਨੇ ਨਵਾਉਣਾ ਸੀ ਜੀ, ਸਾਡਾ ਬਜ਼ੁਰਗ ਸੀ, ਸਾਡੀਆਂ ਭਾਵਨਾਵਾਂ ਸੀ, ਅਸੀਂ ਉਹਨੂੰ ਇਸ਼ਨਾਨ ਕਰਾਉਣਾ ਸੀ ਅੰਤਲੇ ਸਮੇਂ, ਉਹ ਕਹਿੰਦੇ ਜੀ ਨਹੀਂ ਕੱਪੜੇ ਫੜਾ ਜੋ, ਅਸੀਂ ਤਾਂ ਆਪ ਨਵਾਵਾਂਗੇ, ਜਦੋਂ ਅਸੀਂ ਦੇਖਿਆ ਹੁਣ ਕਿਹਨੇ ਨਵਾਉਣਾ ਕਿਸੇ ਨੂੰ। ਬੇਹੱਦ ਵੱਡਾ ਨਰਥ ਆ ਜੀ, ਬੇਹੱਦ ਵੱਡਾ ਨਰਥ ਆ ਇਹ ਅੰਤਮ ਸਮੇਂ ਬਜ਼ੁਰਗਾਂ ਦਾ ਤੇ ਨਾਲ ਪਰਿਵਾਰਾਂ ਦਾ। ਪਤਾ ਨੀ ਹੁਣ ਇਹਦੀ ਸਾਡੀ ਕਿੱਥੇ ਸੁਣਵਾਈ ਆ ਜੀ, ਕਿਹਨੂੰ ਕਹੀਏ ਧੰਨਵਾਦ ਤੁਸੀਂ ਅੱਜ ਇਹ ਮੁੱਦਾ ਲਿਆਂਦਾ, ਬਹੁਤ ਵੱਡਾ ਦੁੱਖ ਹੈ ਜੀ। ਸਤਿ ਸ੍ਰੀ ਅਕਾਲ। ਇੱਕ ਤਾਂ ਮੈਂ ਬੇਨਤੀ ਕਰਾਂ ਬਜ਼ੁਰਗ ਨੂੰ, ਕੋਸ਼ਿਸ਼ ਕਰੋ ਬਜ਼ੁਰਗਾਂ ਨੂੰ, ਜੇ ਮੂਲੋ ਹੀ ਐਮਰਜੈਂਸੀ ਆ ਹਸਪਤਾਲ ਲਿਜਾਓ, ਬਜ਼ੁਰਗਾਂ ਨੂੰ ਜਾਣ ਨਾ ਦਿਓ ਹਸਪਤਾਲ, ਸਾਂਭੋ। ਇਹ ਮੈਂ ਵੇਖਿਆ ਪਰਿਵਾਰਾਂ ਦੇ ਨਾਲ, ਆਪਣੇ ਖਾਸ ਪਰਿਵਾਰ ਦੇ ਨਾਲ ਹੋਇਆ, 3 ਪੁੱਤ ਉਹਨਾਂ ਦਾ, ਏਡਾ ਵੱਡਾ ਟੱਬਰ, ਜਾਣ ਨੀ ਦਿੱਤਾ ਅੰਦਰ, ਬਾਅਦ ਜਾ ਪੂਰੇ ਹੋ ਗਏ ਹੁਣ ਚਲੇ ਜਾਓ ਅੰਦਰ। ਹੁਣ ਬਾਈ ਜੀ ਵੀ ਇਹੀ ਦੱਸ ਕੇ ਗਿਆ, ਅਸੀਂ ਅਕਸਰ ਬਜ਼ੁਰਗ ਕੋਈ ਗੱਲ ਕਰਨੀ ਚਾਹੁੰਦੇ, ਘਰ ਦਾ ਇੱਕ ਜੀ ਤਾਂ ਹੋਵੇ ਯਾਰ, ਇੱਕ ਨੂੰ ਵੀ ਤੁਸੀਂ ਜਾਣਦੇ ਹੋ, ਟੈਸਟ ਕਰ ਲਓ ਤੁਸੀਂ, ਉਹਦੇ ਮੂੰਹ ਢੱਕ ਦਿਓ, ਬਾਕੀ ਜਗ੍ਹਾ 'ਚ ਵੀ ਲੋਕ ਤੁਰੇ ਹੀ ਫਿਰਦੇ ਆ। ਗਗਨ ਸਿੰਘ 604-349-1313, ਪੰਜਾਬ ਨੂੰ ਡਾਲਰਾਂ ਦਾ ਵਧੀਆ ਰੇਟ, ਰੁਪਈਆਂ ਦੇ ਡਾਲਰ, ਜਿੱਥੇ ਵੀ ਤੁਸੀਂ ਪੰਜਾਬ 'ਚ ਕਹੋ ਰਕਮ ਪਹੁੰਚਦੀ ਹੋਜੂ, ਡਾਲਰ ਇੱਥੇ ਦੇ ਰਹੇ ਹੋ, ਰੇਟ ਪਤਾ ਕਰ ਲਿਓ, ਰੇਟ ਉਦੋਂ ਵਧੀਆ ਹੋਊ, 24 ਘੰਟੇ 'ਚ ਪੈਸੇ ਪੰਜਾਬ ਹੋਣ, ਜਿਹੜੇ ਖਿੱਤੇ 'ਚ ਮਰਜ਼ੀ, ਦੁਆਬੇ 'ਚ, ਮਾਲਵੇ 'ਚ, ਮਾਝੇ 'ਚ, ਦੂਰ ਤੋਂ ਦੂਰ ਹੋਵੇ 24 ਘੰਟੇ ਲੱਗਣੇ ਨੇ, ਸਕੀਮ ਆਪ ਪਹੁੰਚ ਕੇ ਦੇ ਕੇ ਆਊ, ਕੋਈ ਉਲਾਂਭਾ ਨਹੀਂ, ਕੋਈ ਉਂਗਲ ਨਹੀਂ ਕਰਦਾ, ਸੇਵਾ ਪੂਰੀ। ਤੇ ਇੱਥੇ ਡਾਲਰ ਜਿਹੜੇ ਫੜਾਉਣੇ ਨੇ ਉਹ ਵੀ ਪਹੁੰਚਦੇ ਕਰਦੇ ਆਪ। 604-349-1313 ਗਗਨ ਸਿੰਘ ਪੰਜਾਬ ਫੋਰੈਕਸ, 604-349-1313, 604-349-1313 ਗਗਨ ਸਿੰਘ। ਪੀਲ ਫਾਈਨੈਂਸ਼ੀਅਲ, ਕੁਲਦੀਪ ਸਿੰਘ ਗਿੱਲ ਰੂਮੀ, ਗੁਰਜੋਤ ਸਿੰਘ ਗਿੱਲ ਰੂਮੀ। ਟਰੱਕ ਟ੍ਰੇਲਰ ਡੰਪ ਟਰੱਕ ਲੈਣਾ, ਕੋਈ ਮਸ਼ੀਨਰੀ ਲੈਣੀ ਆ, ਪੇਵਿੰਗ ਦਾ ਕੰਮ ਕਰਨਾ ਸ਼ੁਰੂ, ਐਕਸਕਵੇਟਿੰਗ ਦਾ ਕਰਨਾ ਹੈ, ਕੰਕਰੀਟ ਦਾ ਕੋਈ ਪੰਪ ਲੈਣਾ, ਕੰਕਰੀਟ ਦੇ ਮਿਕਸਰ ਲੈਣੇ ਨੇ, ਕੋਈ ਕੰਪਰੈਸ਼ਰ ਲੈਣਾ, ਐਕਸਕਵੇਟਰ ਲੈਣਾ, ਡੋਜ਼ਰ ਲੈਣਾ, ਲੋਡਰ ਲੈਣਾ, ਗੱਲ ਕੀ ਵੱਡੀ, ਹੈਵੀ ਤੋਂ ਹੈਵੀ ਮਸ਼ੀਨਰੀ, ਟਰੱਕ ਟ੍ਰੇਲਰ ਡੰਪ ਟਰੱਕ, ਲੋ ਬੈਲ ਟ੍ਰੇਲਰ, ਰੀਫਰ ਟ੍ਰਾਂਸਫਰ, ਕੱਖ, ਜਿਹੜੀ ਕੋਈ ਚੀਜ਼, ਜਿਹੜੀ ਇਕਵਿਪਮੈਂਟ ਹੈ, ਲੋਨ ਤੁਹਾਨੂੰ ਕਰਕੇ ਦੇਣਗੇ। 604-503-6769 ਪੀਲ ਫਾਈਨੈਂਸ਼ੀਅਲ। ਸਾਡੀ ਜਸਵਿੰਦਰ ਕੌਰ ਜੀ ਲਾਈਨ ਨੰਬਰ 3, ਸਾਹਿਬ ਮਹਿੰਦਰ ਸਿੰਘ ਜੀ ਲਾਈਨ ਨੰਬਰ 4। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੜੀ ਦਰਦਨਾਕ ਕਹਾਣੀ ਹੈ ਸਾਡੇ ਬਜ਼ੁਰਗਾਂ ਦੀ, ਜਿਹੜੀ ਬਾਈ ਜੀ ਨੇ ਐਕਸਪਲੇਨ ਕੀਤੀ ਹੈ। ਮੈਂ ਤਾਂ ਹੋਰ ਤਾਂ ਮੈਂ ਕੁਝ ਨਹੀਂ ਕਹਿ ਸਕਦਾ, ਮੈਂ ਇੱਕ ਸੁਝਾਅ ਦੇ ਸਕਦਾ ਵੀ ਆਪਣੇ 18-19 MP ਹੈ ਤੇ ਕਿਉਂ ਨੀ ਇਸ ਪ੍ਰੋਟੋਕਾਲ ਵਿੱਚ ਇਹ ਪ੍ਰੋਵੀਜ਼ਨ ਰਖਵਾ ਦਿੰਦੇ ਕਿ ਸਾਡਾ ਇੱਕ ਜੀ ਤਾਂ ਉੱਥੇ ਰਹੇ। ਇਹ ਸਾਰਿਆਂ ਤੋਂ ਮੇਰਾ ਖਿਆਲ ਹੈ ਵੀ ਇਹ ਜੇ ਅਸੀਂ ਕਰ ਸਕੀਏ ਤਾਂ ਸਾਡੀ ਕਮਿਊਨਿਟੀ ਵਾਸਤੇ ਇੱਕ ਕੰਮ ਦੀ ਗੱਲ ਹੋਏਗੀ, ਚੰਗੀ ਗੱਲ ਹੋਏਗੀ। ਦੂਸਰਾ ਜਿਹੜਾ ਤੁਸੀਂ ਹੁਣੇ ਪੰਜਾਬ ਦੀ ਕਹਾਣੀ ਉਹ ਬੰਗਾਲੀ ਅਫਸਰ ਦੀ ਸੁਣਾਈ ਆ, ਮੈਂ ਵੀ ਪਟਿਆਲੇ ਸੈਂਟਰਲ ਲਾਇਬ੍ਰੇਰੀ 'ਚ ਤੇ ਪੰਜਾਬੀ ਯੂਨੀਵਰਸਿਟੀ ਲਾਇਬ੍ਰੇਰੀ 'ਚ ਇੱਕ ਕਿਤਾਬ ਪੜ੍ਹੀ ਸੀ, ਉਹ ਲੇਖਕ ਦਾ ਨਾਮ ਮੈਂ ਭੁੱਲ ਗਿਆ, ਕੋਈ ਫਰਾਂਸੀਸੀ ਹੈ, ਜਰਨੀ ਥਰੂ ਪੰਜਾਬ। ਉਹ ਪਿਸ਼ਾਵਰ ਤੋਂ ਚੱਲ ਕੇ ਇੱਥੋਂ ਦੀ ਹੁੰਦਾ ਹੋਇਆ ਖੰਨੇ ਕੋਲ ਕਿਸੇ ਨਿਹੰਗ ਰਾਹੀਂ ਕੀਤੇ ਗਏ ਨਿਆਂ ਦਾ ਜ਼ਿਕਰ ਕਰਦਾ। ਜੇ ਤੁਹਾਨੂੰ ਕਿਤੇ ਮਿਲ ਜੇ ਤੁਸੀਂ ਸੰਪਰਕ ਕਰੋ ਤੇ ਉਹ ਕਿਤਾਬ ਜ਼ਰੂਰ ਪੜ੍ਹ ਕੇ, ਉਹ ਵੀ ਕਹਾਣੀ ਸੁਣਾਉਣ ਵਾਲੀ ਹੈ, ਸਾਡੀ ਕੌਮ ਵਾਸਤੇ ਬੜੇ ਫਖਰ ਦੀ ਗੱਲ ਹੈ ਜੋ ਕੁਛ ਉਹਨੇ ਲਿਖਿਆ। ਤੁਹਾਡਾ ਬਹੁਤ ਬਹੁਤ ਧੰਨਵਾਦ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੁਣ ਗੱਲ ਇਹ ਹੈ ਜੀ ਬਈ, ਮੈਂ ਮੰਨਦਾ ਵੀ ਤੁਸੀਂ ਚਾਹੁੰਦੇ ਨੀ ਕੋਈ ਬਾਹਰੋਂ ਵਾਇਰਸ ਆ ਜਾਵੇ ਅੰਦਰ, ਏਅਰ ਹੋਸਪਿਟਲ ਚ ਖਰਾਬੀ ਹੋ ਜਾਵੇ, ਪਰ ਜਿਹੜੀਆਂ ਭਾਵਨਾਵਾਂ ਇਮੋਸ਼ਨਸ ਨੇ ਉਹ ਪਲੈਟਿਵ ਕੇਅਰ ਦੇ ਵਿੱਚ ਬਜ਼ੁਰਗਾਂ ਨੂੰ ਲਿਜਾ ਕੇ ਇੱਥੇ ਨੀਲੀ ਕਰ ਦਿਓ ਜੀ, ਇੱਥੇ ਹਰੀ ਕਰ ਦਿਓ ਬੱਤੀ, ਇਹਨਾਂ ਨੂੰ ਪੇਨ ਨਾ ਹੋਣ ਦੇਵੋ, ਪਰ ਬਜ਼ੁਰਗ ਚਾਹੁੰਦੇ ਆ ਵੀ ਸਾਡਾ ਧੀ ਪੁੱਤ ਕੋਈ ਹੋਵੇ ਜਿਹਨੂੰ ਕੁਝ ਦੱਸ ਕੇ ਜਾਣ, ਉਮਰ ਆ ਗਈ ਜਾਣਾ, ਇਹ ਸੱਚ ਹੈ। ਤੇ ਸੁਣਨ ਵਾਲੇ ਵੀ ਕੋਸ਼ਿਸ਼ ਕਰੋ ਬਜ਼ੁਰਗਾਂ ਨੂੰ ਘਰੇ ਰੱਖੋ, ਕੋਸ਼ਿਸ਼ ਕਰੋ ਵੱਧ ਤੋਂ ਵੱਧ ਉਹਨਾਂ ਦੀ ਦਵਾਈ ਜਿਹੜੀ ਉਹ ਉਮਰ ਦੇ ਹਿਸਾਬ ਨਾਲ ਉੱਥੇ ਵੀ ਉਹੀ ਮਿਲਣੀ ਆ। ਹਾਂ, ਕੁਛ ਅਜਿਹਾ ਹੋ ਗਿਆ ਜਿਹਦੇ ਵਿੱਚ ਉਹ ਹੁਣ ਲਾਈਫ ਸਪੋਰਟ ਤੇ ਆ ਜਾਂ ਕੋਈ ਇਹੋ ਜਿਹੀ ਗੱਲ ਆ, ਤਾਂ ਉਹ ਤਾਂ ਤੁਹਾਡੇ ਹੱਥ 'ਚ ਨਹੀਂ ਹੈ, ਪਰ ਵੱਧ ਤੋਂ ਵੱਧ ਕੋਸ਼ਿਸ਼ ਕਰਕੇ ਕੋਲ ਰੱਖੋ, ਉਹਨਾਂ ਦੀ ਸੇਵਾ ਕਰੋ। ਸੋ ਇਹ ਜਿਹੜਾ ਇਸ਼ੂ ਹੈ, ਮਤਲਬ ਪੇਨ ਬਹੁਤ ਜ਼ਿਆਦਾ ਹੈ ਜਦ ਬੰਦੇ ਨੂੰ ਉੱਥੇ ਜਿਹੜਾ ਬੈਠਾ
ਕਿ ਮੈਂ ਯਾਰ ਮੇਰਾ ਮਾਪਾ ਅੰਦਰ ਤੜਫਦਾ ਜਾਣ ਨਹੀਂ ਦਿੰਦੇ। ਫਿਰ ਹੁਣ ਅੱਗੇ ਸੰਸਕਾਰ ਦੀ ਸਹੂਲਤ ਹੈ, ਉਹ ਕਹਿੰਦੇ ਵੀ ਇੰਨੇ ਬੰਦੇ ਜਾਓ, ਇਹ ਤੋਂ ਵੱਧ ਨਹੀਂ ਆ ਸਕਦੇ, ਤੁਸੀਂ ਮੱਥਾ ਟੇਕਣ ਵੀ ਨਹੀਂ ਆ ਸਕਦੇ, ਵਿੱਚ ਦੀ ਲੰਘ ਵੀ ਸਕਦੇ, ਚਿਹਰਾ ਵੀ ਨਹੀਂ ਵੇਖਣ, ਮੂੰਹ ਵੀ ਨਹੀਂ ਵੇਖਣ ਆ ਸਕਦੇ, ਨਲਾ ਨਹੀਂ ਸਕਦੇ। ਬਹੁਤ ਅਲੱਗ ਅਲੱਗ ਜਿਹੜੇ ਇਸ਼ੂ ਨੇ ਜਿਹਦੇ ਤੇ ਇਹ ਕੰਮ ਕਰਨ ਦੀ ਜ਼ਰੂਰਤ ਹੈ, ਤੇ ਇਹਦੇ ਤੇ ਤੁਹਾਡੀ ਗੱਲਬਾਤ ਤੁਸੀਂ ਕੋਈ ਕਰਨੀ ਚਾਹੋ 1-844-247-1550 ਵਪਾਰਕ ਸੰਦੇਸ਼ ਵਾਪਸ ਆਉਣਾ ਜੀ। ਸ਼ਾਹ ਹਰਮੇਕ ਸਿੰਘ ਜੀ ਤੁਸੀਂ ਏਅਰ ਤੇ ਹੋ। ਸਤਿ ਸ੍ਰੀ ਅਕਾਲ ਗਿੱਲ ਸਾਹਿਬ। ਸਤਿ ਸ੍ਰੀ ਅਕਾਲ ਵੀਰ ਜੀ। ਅੱਛਾ ਗਿੱਲ ਸਾਹਿਬ, ਇੱਦਾਂ ਆ, ਦੇਖੋ ਤੁਸੀਂ ਵੀ ਹੁਣ ਥੋੜਾ ਜਿਹਾ ਮੈਂਸ਼ਨ ਕਰ ਦਿੱਤਾ ਆ, ਹੁਣ ਆਪਾਂ ਨੂੰ ਨਾ ਦੇਖੋ, ਮੇਰੀ ਵੀ ਮਾਤਾ ਅਸਾਲ ਕੋਈ ਪਹਿਲੇ 95 ਚ ਡੈਥ ਹੋਈ ਆ, ਇੱਥੇ ਮੈਂ 7 ਸਾਲ ਬੈਠਦੀ ਰਹੀ ਬੇਚਾਰੀ, 3 ਸਾਲ ਤਾਂ ਆਪੇ ਉਹਦੇ ਡੈਪਰ, ਆਪੇ ਹੀ ਖਾਣਾ ਖਿਲਾਇਆ, ਸਾਰਾ ਕੁਛ ਕੀਤਾ, ਜਿਹਨੂੰ ਵੀ ਜਦੋਂ ਵੀ ਹੋਸਪਿਟਲ ਕਿਤੇ ਗਈ ਆ, 2 ਦਿਨ ਆਫਿਸ, 3 ਦਿਨ ਉਹਨੇ ਨਾਲ ਹੀ ਵਾਪਸ ਲੈ ਕੇ ਆਈਦੇ। ਉਹ ਕਿਹਾ ਵੀ ਉਹਨਾਂ ਨੇ ਐਂਡ ਤੇ ਆ ਗਏ ਵੀ ਤੈਨੂੰ ਇਹਨੂੰ ਕੁਛ ਨੀ, ਸਭ ਟੈਸਟ ਸਹੀ ਆ, ਕਦੇ ਵੀ ਕੁਛ ਨੀ ਹੋ ਸਕਦਾ, ਏਜ ਆ ਗਈ, ਮੈਨੂੰ ਕਹਿੰਦੇ ਇਹਨੂੰ ਇੱਥੇ ਹੀ ਛੱਡ ਜਾਓ। ਮੈਂ ਕਹਿੰਦਾ ਛੱਡਣੀ ਨੀ, ਨਾ ਵਾਪਸ ਘਰ ਲੈ ਕੇ ਆਏ ਆ, ਘਰੇ ਹੀ ਰੱਖੀ ਆ, ਜਿੱਦਾਂ ਘਰੇ ਨਲਾਈ ਆ, ਘਰੇ ਡੈਪਰ ਆਪ ਚੇਂਜ ਕੀਤੇ ਆ, ਘਰੇ ਆਪ ਮੂੰਹ ਚ ਬੁਰਕੀਆਂ ਪਾਈਆਂ, ਘਰੇ ਕੇਸੀ ਆਪ ਨਲਾਇਆ। ਉਹ ਕਹਿੰਦੇ ਨਲਾ ਨੀ ਸਕਦੇ, ਸਰੀਰ ਬਹੁਤ ਸਪੰਜ ਬਾਤ ਦੇ ਦਿਓ। ਮੈਂ ਕਿਹਾ ਜੋ ਦੇਣਾ ਤੁਸੀਂ ਦਓ, ਅਸੀਂ ਆਪਣੀ ਥੱਲੀ ਨਾਲ, ਮੈਂ ਤਾਂ ਵਾਈਫ ਨੇ ਕਰਦੇ ਰਹੇ ਆ, ਬੇਟੀ ਸੀ ਮੇਰੀ, ਪਰ ਅਸੀਂ ਜੋ ਕੀਤਾ ਉਹਨੂੰ ਘਰੇ ਹੀ ਕੀਤਾ, ਘਰੇ ਹੀ ਕਰਨ ਦੀ ਕੋਸ਼ਿਸ਼ ਕੀਤੀ, ਉਹਨੂੰ ਛੱਡਿਆ ਨਹੀਂ ਹੋਏ, ਉੱਥੇ ਮੈਂ ਹੋਸਪਿਟਲ ਛੱਡਿਆ ਵਾ। ਨੋ, ਜਿੱਦਣ ਐਮਰਜੈਂਸੀ ਗਈ ਆ, 2-4 ਵਾਰੀ ਕਿਤੇ ਗਈ ਆ, ਉਦੋਂ ਨਾਲ ਹੀ ਵਾਪਸ ਲੈ ਆਉਣੀ, 1-2 ਦਿਨ ਟੈਸਟ ਕਰਾ ਕੇ ਆਪਣੇ ਘਰੇ ਟਾਈਮ ਲਾਇਆ, ਇੱਥੇ ਬੈੱਡ ਹੋਸਪਿਟਲ ਦਾ ਮਿਲ ਜਾਂਦਾ, ਸਾਰੇ ਟੈਸਟ, ਕੁੜੀਆਂ ਪੰਜਾਬੀ ਆ ਜਾਂਦੀਆਂ ਖਾਣਾ ਖਵਾਉਣ ਵਾਲੀਆਂ, ਕੁੜੀਆਂ ਨਰਸ ਪੰਜਾਬੀ ਸਪੀਕਿੰਗ ਚ ਮੰਗ ਲਓ, ਉਹ ਦੇ ਦਿੰਦੇ ਆ, ਤੇ ਸਾਰਾ ਕੁਛ ਗਿੱਲ ਆਪ ਹੀ ਕੀਤਾ। ਉਹ ਕਹਿੰਦਾ ਪੂਰੀ ਨਾਲ ਹੱਥਾਂ ਚ ਹੱਥ ਫੜਿਓ ਤੇ ਵਾਈਫ ਦੇ, ਤਾਂ ਮੇਰੇ ਰਾਤ ਨੂੰ 11-12 ਵਜੇ ਜਾਣੀ ਕਿ ਦੇ ਲਓ 4-5 ਸਾਲ ਲਏ, ਨਾਲੇ ਬਹਿ ਕੇ ਪੂਰੇ ਹੋ ਗਏ ਵਿਚਾਰੇ। ਸੋ ਇਹ ਵੀ ਤੁਸੀਂ ਆਪਣਾ ਟਾਈਮ ਕੱਢੋ, ਫਿਰ ਉਹਨੇ ਜੋਬਾਂ ਤੋਂ ਵੀ ਛੁੱਟੀਆਂ ਕਰਨੀਆਂ ਪੈਣੀਆਂ, ਕੋਈ ਬੰਦਾ ਲਾਉਣਾ ਪੈਣਾ ਜੀ, ਆਪਾਂ ਕੰਮ ਕਾਜ ਤਾਂ ਛੱਡਣੇ ਨਹੀਂ, ਤਾਂ ਡਿਮਾਂਡ ਕਰੀ ਜਾਣੀ, ਉਹ ਵੀ ਥੋੜੇ ਜਿਹਾ ਆਪਣੇ ਦੀ ਗਲਤ ਹੈ, ਸਿਸਟਮ ਨਾਲ ਕੋਪਰੇਟ ਕਰਨਾ ਚਾਹੀਦਾ ਆਪਾਂ ਨੂੰ। ਸਤਿ ਸ੍ਰੀ ਅਕਾਲ ਜੀ। ਧੰਨਵਾਦ ਜੀ। ਅਮਰਜੀਤ ਸਿੰਘ ਲਾਈਨ ਨੰਬਰ 4। ਹੈਲੋ, ਸਤਿ ਸ੍ਰੀ ਅਕਾਲ ਬਾਈ ਜੀ। ਸਤਿ ਸ੍ਰੀ ਅਕਾਲ ਜੀ। ਹਾਂਜੀ, ਆਪਣੇ ਬਾਈ ਜੀ, ਗੁਰਬਾਣੀ ਕਹਿੰਦੀ ਆ ਕਿ ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਕਰਮ ਆਪਣੇ ਆ। ਹੁਣ ਮੈਂ ਸੁਣ ਰਿਹਾ ਸੀ ਕਹਾਣੀ, ਤੁਸੀਂ ਦੱਸ ਰਹੇ ਹੋ ਗੱਲਾਂ ਬਾਤਾਂ, ਇੱਕ ਬਜ਼ੁਰਗ ਇਸ ਤਰ੍ਹਾਂ ਹੀ, ਉਹਦਾ ਬੁਢਾਪਾ ਕਾਫੀ ਖਰਾਬ ਹੋਇਆ, ਉਹਦੇ ਸਰੀਰ ਦੇ ਕੁਛ ਇੱਥੇ ਗਲ ਨਾ ਫੜ ਲੱਗ ਗਏ, ਮਤਲਬ ਮੁਸ਼ਕ ਮਾਰਨ ਲੱਗ ਗਿਆ ਸੀ ਉਹਦੇ ਕੋਲੋਂ, ਉਹਦੀ ਡੈਥ ਹੋਈ। ਤੇ ਮਤਲਬ ਵਧੀਆ ਇੱਜ਼ਤਦਾਰ ਪਰਿਵਾਰ ਦਾ ਬੰਦਾ ਸੀ, ਇੰਡੀਆ ਦੀ ਗੱਲ ਹੀ ਇਹ। ਤੇ ਮਤਲਬ ਸਾਰੇ ਲੋਕ ਹੈਰਾਨ ਸੀ ਵੀ ਐਡਾ ਇੱਜ਼ਤਦਾਰ ਘਰਾਣੇ ਦਾ ਰਸੂਕ ਵਾਲਾ ਬੰਦਾ ਵੀ, ਮੇਰਾ ਇਹਦਾ ਅੰਤ ਇੰਨਾ ਭਿਆਨਕ ਕਿਉਂ ਹੋਇਆ। ਉਹ ਕੁਛ ਸਾਲਾਂ ਬਾਅਦ ਅਸੀਂ ਕਿਤੇ ਹੋਰ ਬੈਠੇ ਸੀ, ਉੱਥੇ ਗੱਲਾਂ ਚੱਲੀਆਂ, ਉੱਥੇ ਕੋਈ ਬਜ਼ੁਰਗ ਸੀਗਾ ਪੁਰਾਣਾ, ਜਿਹੜਾ ਉਹਦੇ ਉਹ ਬਜ਼ੁਰਗ ਨੂੰ ਜਾਣਦਾ ਸੀ, ਉਹਨੇ ਦੱਸਿਆ, ਕਹਿੰਦਾ ਇਹ ਉਹ ਬੰਦਾ ਵਾ ਜਿਹਨੇ 1947 ਚ ਮੁਸਲਮਾਨਾਂ ਨੂੰ, ਧੀਆਂ ਭੈਣਾਂ ਨੂੰ ਜਾਂ ਬੰਦਿਆਂ ਨੂੰ, ਜਵਾਕਾਂ ਨੂੰ ਗਾਜਰਾਂ ਮੂਲੀਆਂ ਕੱਢਿਆ ਸੀ ਇਹ ਬੰਦੇ ਨੇ। ਸੋ ਕਈ ਵਾਰ ਆਪਾਂ ਸੋਚ ਲੈਣਾ ਕਿ ਹੁਣ ਐਵੇਂ ਹੋ ਰਿਹਾ ਸਾਡੇ ਬਜ਼ੁਰਗ ਨਾਲ, ਇਹਦੇ ਵਿੱਚ ਨੀ ਅਮਰਜੀਤ ਸਿੰਘ ਜੀ, ਇਹ ਮੈਂ ਸਹੂਲਤ ਦੀ ਗੱਲ ਕਰਦਾ, ਮੈਂ ਕਿਸੇ ਦੀ ਕਿਸਮਤ ਦੀ ਗੱਲ ਨੀ ਕਰਦਾ, ਮੈਂ ਸਿਸਟਮ ਦੇ ਵਿੱਚ ਇਹ ਗੱਲ ਕਹਿ ਰਿਹਾ ਵੀ ਉੱਥੇ ਸੇਵਾਵਾਂ ਜਿਹੜੀਆਂ ਨੇ ਉਹ ਦੇਣੀ ਚਾਹੀਦੀਆਂ। ਕਿਸਮਤ ਕਿਸੇ ਦੀ ਕੀ ਆ, ਮੈਂ ਉਹ ਨੀ ਗੱਲ ਕਰਦਾ, ਜਿਹੜਾ ਇਹ ਦੋਸ਼ ਨੇ ਜਾਂ ਉਹਨੇ ਕਿਸਮਤ ਕੋਈ ਕੀਤਾ, ਮੈਂ ਉਹਦੀ ਗੱਲ ਨੀ, ਮੈਂ ਗੱਲ ਕਰ ਰਿਹਾ ਕਿ ਜਦ ਕੋਈ ਉਹ ਜਵਾਕ ਜਲਾ ਤਾਂ ਉਹਨੇ ਜੰਮੇ ਹੀ ਆ ਨਾ, ਜੇ ਕੋਈ ਕਿਸੇ ਨੇ ਕੁਛ ਕੀਤਾ ਉਹਨੂੰ ਸੇਵਾਵਾਂ ਜਿਹੜੀਆਂ ਨੇ ਉਸ ਦੀ ਗੱਲ ਹੋ ਰਹੀ ਹੈ। ਲਾਈਨ ਨੰਬਰ 5 ਚਰਨ ਔਜਲਾ ਜੀ। ਹੈਲੋ, ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਬੰਦਾ ਅੰਦਰ ਜ਼ਰੂਰ ਜਾਣ ਦੇਣਾ ਚਾਹੀਦਾ ਆ, ਜੇ ਉਹਨੂੰ ਉੱਥੇ ਨਹੀਂ ਸੌਣ ਦੇਣਾ, ਨਹੀਂ ਰਹਿਣ ਦੇਣਾ, ਵੱਖਰੀ ਗੱਲ ਆ, ਰੋਟੀ ਖਾਣ ਨੂੰ ਸਭ ਕਾਹੇ ਨੂੰ ਅੰਦਰ ਜਾਣ ਦੇਣਾ ਚਾਹੀਦਾ। ਬਾਕੀ ਜਿਹੜੀ ਫਿਊਨਰ ਹਾਲ ਦੀ ਗੱਲ ਆ, ਜੇ ਉਹਨਾਂ ਦੇ 30 ਬੰਦਿਆਂ ਦੀ ਲਿਮਟ ਆ, 20 ਬੰਦੇ ਬਹਿ ਜਾਣ, 25 ਬਹਿ ਜਾਣ, 5 ਮਗਰੋਂ 5 ਬੰਦੇ 25 ਅੰਦਰ ਬੈਠੇ ਆ, ਕੱਲਾ ਕੱਲਾ ਜਾਵੇ, ਉਹਨਾਂ ਦੀ ਸ਼ਕਲ ਦੇਖ ਕੇ ਮੱਥਾ ਟੇਕ ਕੇ ਆਵੇ, ਇਹ ਅਲਾਊ ਕਰਨਾ ਚਾਹੀਦਾ। ਤੇ ਫਿਰ ਉਹਨਾਂ ਨੂੰ ਹਾਰਿਆਂ ਦਾ ਧੱਕਾ ਆ, ਬਹੁਤ ਚਟਲਾ ਲਾ। ਥੈਂਕ ਯੂ, ਥੈਂਕ ਯੂ। ਰੀਅਰ ਫਾਇਰ ਪਲੇਸ 604-593-5393, rearfireplace.ca ਇਹ ਵੈਬਸਾਈਟ ਹੈ। ਰੀਅਰ ਫਾਇਰ ਪਲੇਸ ਤੋਂ ਤੁਸੀਂ ਹਰ ਕਿਸਮ ਦੀ ਫਾਇਰ ਪਲੇਸ, ਜਿਹੜੀ ਇਲੈਕਟ੍ਰਿਕ ਜਾਂ ਗੈਸ, ਉਹ ਲੈ ਸਕਦੇ ਹੋ। ਬਹੁਤ ਵੱਡਾ ਸ਼ੋਰੂਮ ਹੈ ਤੇ ਉੱਥੇ ਲੱਗੀਆਂ ਹੋਈਆਂ ਤੁਸੀਂ ਇਹ ਫਾਇਰ ਪਲੇਸ ਵੇਖ ਸਕਦੇ ਹੋ। ਉਸ ਤੋਂ ਬਾਅਦ ਪੂਲ ਟੇਬਲ ਕੋਈ ਲੈਣਾ,
ਉਸ ਤੋਂ ਨਾਲ ਹੀ ਮਸਾਜ ਚੇਅਰ, ਬਾਹਰ ਦੀ ਕੋਈ ਕਿਚਨ ਸੈੱਟ ਕਰ ਰਹੇ ਹੋ, ਬਾਹਰ ਵੀਕਿਊ ਤੇ ਸ਼ੈਂਡਲੀਅਰ ਜਿਹੜੇ ਕਸਟਮ ਮੇਡ ਖਾਸ ਸ਼ੈਂਡਲੀਅਰ ਨੇ ਤੁਹਾਡੇ, 604-593-5393। ਝੂੰਬਰ ਜਿਹੜੇ ਬਣਾਉਂਦੇ ਆ ਬਹੁਤ ਵਧੀਆ ਬਣਾਉਂਦੇ ਆ। ਰੀਅਰ ਫਾਇਰ ਪਲੇਸ, ਰੀਅਰ ਫਾਇਰ ਪਲੇਸ ਡੋਟ ਸੀ ਏ 604-593-5393, ਐਨੁਅਲ ਵੇਟ 128। ਸਟੀਲ ਇਜ ਕੰਸਟਰਕਸ਼ਨ, ਰਾਜਦੀਪ ਸਿੰਘ, 604-4-18-15-15, ਯੂਨਿਟ 13-124-84-82 ਐਵਨਿਊ ਦਫ਼ਤਰ ਹੈ। ਕੋਈ ਤੁਸੀਂ ਰੈਸਟੋਰੈਂਟ ਬਣਾਉਣਾ, ਕੋਈ ਮੈਡੀਕਲ ਬਿਲਡਿੰਗ ਬਣਾਉਣੀ ਹੈ, ਕੋਈ ਟੈਨੈਂਟਸ ਦੇ ਲਈ ਕੋਈ ਇੰਪਰੂਵਮੈਂਟ ਕਰਨੀ ਹੈ, ਸਟੀਲ ਸਟੱਡ ਫਰੇਮਿੰਗ ਪੂਰਾ ਨਵਾਂ, ਵਾਰੰਟੀ ਪੂਰੀ ਕਮਰੀ ਦੇਣਗੇ, ਡਿਜ਼ਾਇਨ ਖੁਦ ਕਰ ਦਿੰਦੇ ਆ, ਕੁਝ ਵੀ ਤੁਸੀਂ ਸਰਵਿਸ ਲੈਣੀ ਹੈ, 604-4-18-15-15। ਆਫਿਸ ਬਿਲਡਿੰਗ ਕੋਈ ਬਣਾ ਰਹੇ ਹੋ ਸ਼ੈਲ ਦੇ ਅੰਦਰ ਤਾਂ ਸਟੀਲ ਸਟੱਡ ਫਰੇਮਿੰਗ ਦਾ ਕੰਮ, 604-418-1515। ਰਾਜਦੀਪ ਸਿੰਘ, ਸਟੀਲ ਏਜ ਕੰਸਟਰਕਸ਼ਨ। ਸਾਹਿਬ ਅਵਤਾਰ ਸਿੰਘ, ਲਾਈਨ ਨੰਬਰ 4। ਅਵਤਾਰ ਸਿੰਘ ਜੀ, ਇੱਕ ਮੈਂ ਹੋਰ ਗੱਲ ਜਾਂਦੇ ਜਾਂਦੇ ਕਰਨੀ ਚਾਹੁੰਦਾ ਇਹ ਵਿਸ਼ਾ ਤੋਂ ਬਾਅਦ, ਉਹ ਇਹ ਹੈ ਵੀ ਜਦ ਤੁਸੀਂ ਅਮਰੀਕਾ ਤੋਂ ਮੁੜ ਕੇ ਆਉਂਦੇ ਹੋ ਨਾ ਕੈਨੇਡਾ ਦੇ ਬਾਰਡਰ ਤੇ, ਥੋੜਾ ਬਹੁਤ ਹੁਣ ਖਿਆਲ ਰੱਖਣ ਦੀ ਲੋੜ ਹੈ। ਹੁਣ ਲੇਟਲੀ ਕੀ ਹੋਇਆ, ਕੁਝ ਸਾਡੇ ਟਰੱਕਰਸ ਗੈਸ ਦੀਆਂ ਗੈਲਣਾਂ ਭਰ ਕੇ ਟਰੱਕ ਦੇ ਬਾਹਰ ਵਾਲੇ ਬਾਕਸ ਚ ਰੱਖ ਕੇ ਲਿਆ ਰਹੇ ਨੇ, ਜਿਹੜਾ ਕਿ ਬਿਲਕੁਲ ਹੀ ਡੇਂਜਰਸ ਹੈ। ਤੁਹਾਡਾ ਇੰਸ਼ੋਰੈਂਸ ਵੀ ਕਵਰ ਨਹੀਂ ਕਰਨਾ ਜੇ ਉਹ ਗੈਸ ਦੀਆਂ ਬਾਹਰਲੇ ਬੰਨੇ ਰੱਖੀਆਂ ਹੋਈਆਂ ਗੈਲਣਾਂ ਦੇ ਵਿੱਚ ਕਿਸੇ ਨੇ ਗੱਡੀ ਮਾਰਤੀ ਤੇ ਟ੍ਰੇਲਰ ਨੂੰ ਤੁਹਾਡੇ ਨੂੰ ਅੱਗ ਲੱਗ ਗਈ, ਦਵਾਨੀ ਨਹੀਂ ਤੁਹਾਨੂੰ ਕਿਸੇ ਨੇ ਦੇਣੀ। ਜੇ ਹੁਣ ਗੱਡੀਆਂ 8 ਸਿਲੰਡਰ ਲੈ ਲਈਆਂ, ਉਹ ਲੈਣ ਤੋਂ ਪਹਿਲਾਂ ਖਿਆਲ ਰੱਖੋ ਵੀ ਉਹਦੀ ਗੈਸ ਵੀ ਪਾਉਣੀ। ਅਮਰੀਕਾ ਲਿਜਾਂਦੇ ਰਹੇ ਆਪਾਂ, ਸਾਰੇ ਗੈਸਾਂ ਪਾਉਂਦੇ ਰਹੇ ਹਾਂ, ਪਰ ਜੇ ਹੁਣ ਆਪਾਂ ਨੂੰ ਇਹ ਮੁਸ਼ਕਲ ਆ ਗਈ ਕਿ ਆਪਾਂ ਉਹਦੇ ਤੇ ਜਾਣ ਦਾ ਆਪਾਂ ਨੂੰ ਔਖਾ, ਤਾਂ ਇਹ ਜ਼ਰੂਰ ਅਸੀਂ ਖਿਆਲ ਰੱਖੀਏ ਕਿ ਅਸੀਂ ਗੈਸ ਵਗੈਰਾ ਉੱਥੋਂ, ਇੱਕ ਜਾਂ ਤੁਸੀਂ ਅਸੈਂਸ਼ੀਅਲ ਸਰਵਿਸ ਦੇ ਵਿੱਚੋਂ ਜਿਹੜੇ ਰੂਟ ਤੇ ਗਏ ਹੋਏ ਹੋ, ਉਸ ਰੂਟ ਦੇ ਰਾਹੀਂ ਹੀ ਤੁਸੀਂ ਮੁੜ ਕੇ ਆਉਣਾ। ਜੇ ਤੁਸੀਂ ਕਹੋ ਮੈਂ ਟਰੱਕ ਰੋਕ ਕੇ ਆਲੇ ਦੁਆਲੇ ਕਿਤੇ ਚਲੇ ਗਿਆ, ਆਲੇ ਦੁਆਲੇ ਮੈਂ ਕੋਈ ਸ਼ਾਪਿੰਗ ਕਰਨ ਚਲ ਗਿਆ, ਇਹ ਨਹੀਂ ਹੋ ਸਕਦਾ। ਇਹਦਾ ਸਿੱਧਾ ਰੂਲ ਇਹ ਆ, ਸਿੱਧੇ ਰੂਟ ਤੋਂ ਸਿੱਧੇ ਆਉਣਾ, ਤੇ ਰਾਹ ਦੇ ਵਿੱਚੋਂ ਕੋਈ ਸਮਾਨ ਤੁਸੀਂ ਲੈ ਕੇ ਆਓਗੇ ਉਹਦਾ ਵੀ ਓਬਜੈਕਸ਼ਨ। ਹਾਂ, ਉਹ ਗੈਸ ਸਟੇਸ਼ਨ ਜਿੱਥੋਂ ਗੈਸ ਪਵਾਈ ਹੈ, ਡੀਜ਼ਲ ਪਵਾਇਆ, ਉੱਥੋਂ ਤੁਸੀਂ ਕੁਛ ਵੀ ਲੈ ਲਿਆ, ਉਸਦੀ ਕੁਝ ਉਹਦੀ ਰਸੀਟ ਕੋਲ ਰੱਖੋ। ਪਰ ਹੁਣ ਉਹ ਕਰਦੇ ਕੀ ਆ, ਅਸੀਂ ਚਾਰ ਚਾਰ ਤੁਸੀਂ ਵੱਡੀਆਂ ਗੈਲਣਾਂ ਜਿਹੜੀਆਂ ਜੈਰੀ ਕੈਨ ਲੈ ਜਾਂਦੇ ਹੋ, ਉਧਰੋਂ ਭਰ ਕੇ ਟ੍ਰੇਲਰ ਦੇ ਬਾਹਰਲੇ ਬਾਕਸ ਚ ਲੈ ਕੇ ਆਉਂਦੇ, ਉਹ ਬਹੁਤ ਡੇਂਜਰਸ ਹੈ। ਬਾਰਡਰ ਆਫੀਸਰ ਨੇ ਮੈਨੂੰ ਚੇਂਜ ਦੱਸਿਆ ਵੀ ਇਹ ਦੱਸੋ ਮੁੰਡਿਆਂ ਨੂੰ, ਹੁਣ ਉਹ ਚੈੱਕ ਕਰਨ ਲੱਗ ਗਏ ਤੁਹਾਨੂੰ, ਕਹਿੰਦੇ ਖੜਾ ਦਾ ਇੱਥੇ ਤੇਰੇ ਬਾਕਸੇ ਦੇਖਣੇ। ਇਸਦਾ ਖਾਸ ਖਿਆਲ ਰੱਖੋ, ਗਲਤ ਕੰਮ ਕਾਹਦੇ ਲਈ ਕਰਦੇ ਹੋ ਤੁਸੀਂ, ਕੀ 20-50 ਲੀਟਰ ਗੈਸ ਨਾਲ ਕੀ ਬਣਜੂ ਤੁਹਾਡਾ। ਸੇਮ ਫਾਸਟ ਵੇ ਜਿਹੜੀ ਆ, ਫਾਸਟ ਵੇ ਲਈ ਜਿਹੜੀ ਤੁਹਾਡੀ ਬਾਉਂਡਡ ਜਿਹੜਾ ਮਟੀਰੀਅਲ ਜਿਹੜਾ ਤੁਹਾਡਾ ਲੋਡ ਆ, ਫਾਸਟ ਵੇ ਚਾਹੀਦਾ, ਡਰਾਈਵਰ ਫਾਸਟ ਵੇ ਚਾਹੀਦਾ, ਕੰਪਨੀ ਫਾਸਟ ਵੇ ਚਾਹੀਦੀ ਹੈ, ਬ੍ਰੋਕਰ ਫਾਸਟ ਵੇ ਚਾਹੀਦਾ, ਤਾਂ ਤੁਸੀਂ ਫਾਸਟ ਵੇ ਅਡੈਪਟ ਕਰ ਸਕਦੇ। ਦੂਜੇ ਟਰੱਕ ਫਾਸਟ ਵੇ ਚ ਨਹੀਂ ਜਾ ਸਕਦੇ, ਜਦ ਇੱਧਰੋਂ ਜਦ ਅਮਰੀਕਾ ਨੂੰ ਜਾਂਦੇ। 8 ਐਵਨਿਊ ਤੱਕ ਲੱਗ ਜਾਂਦੀ ਹੈ ਲਾਈਨ, ਤੇ ਤੁਸੀਂ ਜਿਹੜੇ ਨਾਨ ਫਾਸਟ ਵੇ ਵਾਲੇ ਨੇ ਉਹ ਫਾਸਟ ਵੇ ਚ ਫਸਾ ਕੇ ਬਹਿ ਜਾਂਦੇ ਨੇ। ਤਾਂ ਇਹ ਥੋੜੀਆਂ ਜਿਹੀਆਂ ਚੀਜ਼ਾਂ ਦਾ ਖਿਆਲ ਰੱਖੋ ਪਲੀਜ਼। ਸਰਦਾਰ ਜਗਜੀਤ ਸਿੰਘ, ਲਾਈਨ ਨੰਬਰ 2। ਹਾਂਜੀ, ਸਰਦਾਰ ਹਰਜੀਤ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਬਹੁਤ ਵਧੀਆ ਪ੍ਰੋਗਰਾਮ ਸੁਣ ਰਿਹਾ ਸੀਗਾ, ਤੇ ਪਰ ਅੱਜ ਅਸੀਂ ਲਾਸਟ ਤੇ ਗੱਲ ਕੀਤੀ ਹੈਗੀ ਆ ਆਪਣੇ ਗੇਲਣਾ ਲਿਆਉਣ ਦੀ ਨਾ, ਮੈਂ ਕਿਹਾ ਚਲੋ ਇਹ ਚ ਥੋੜਾ ਜਿਹਾ ਆਪਣਾ ਪਰਸਨਲ ਐਕਸਪੀਰੀਅੰਸ ਐਡ ਕੀਤਾ ਜਾਵੇ ਜੀ। ਸੋ ਕੋਈ ਮੁਸ਼ਕਲ ਨਹੀਂ ਹੈ ਗੱਡੀਆਂ ਲੈਣ ਤੋਂ ਪਹਿਲਾਂ, ਆਪਾਂ ਸਾਰੇ ਆਪਾਂ ਆਪਣੇ ਆਪ ਨੂੰ ਵੀ ਜਾਣਦੇ ਹਾਂ, ਆਪਣੇ ਸਾਰੇ ਲੋਕਾਂ ਨੂੰ ਵੀ ਜਾਣਦੇ ਹਾਂ। ਇਹ ਸਿਰਫ ਤੇ ਸਿਰਫ ਮੇਰਾ ਇਹ ਐਕਸਪੀਰੀਅੰਸ ਹੈ ਜੀ, ਥੋੜਾ ਜਿਹਾ ਆਪਣੀ ਨੀਅਤ ਨੂੰ ਕੈੜਾ ਕਰਨ ਦੀ ਲੋੜ ਆ, ਕੋਈ ਫਰਕ ਨਹੀਂ ਪੈਂਦਾ ਵਾ, ਥੋੜੀ ਬਹੁਤੀ ਗੈਸ ਉੱਪਰ ਥੱਲੇ ਹੁੰਦੀ ਰਹਿੰਦੀ ਆ, ਇਹ ਪਰਸਨਲ ਐਕਸਪੀਰੀਅੰਸ ਆ, ਕੋਈ ਲੋੜ ਨਹੀਂ। ਜਿਹੜਾ ਅਲੀਗਲ ਕੰਮ ਆ ਉਹ ਅਲੀਗਲ ਹੀ ਆ ਜੀ, ਉਹ ਨਾ ਆਪਾਂ ਗੱਡੀ ਦੇ ਵਿੱਚ ਹੀ ਪਵਾ ਕੇ ਲਿਆ ਸਕਦੇ ਹਾਂ, ਜਿਹੜੀਆਂ ਗੇਲਣਾਂ ਭਰ ਕੇ ਅਸੀਂ ਲੈ ਆਉਂਦੇ ਹਾਂ ਤੇ ਉਹ ਬਿਲਕੁਲ ਨਹੀਂ ਲਿਆਉਣ ਦਿੰਦੇ ਜੀ, ਬਿਲਕੁਲ ਵੀ ਨਹੀਂ ਲਿਆਉਣ ਦਿੰਦੇ। ਪਰ ਲਈ ਆਉਂਦੇ ਆ ਤੁਸੀਂ, ਚੱਕੀ ਆਉਂਦੇ ਆ ਥੋੜੇ ਥੋੜੇ ਪੈਸਿਆਂ ਦੇ ਕਰਕੇ, ਨਿੱਕੀਆਂ ਨਿੱਕੀਆਂ ਗੱਲਾਂ ਦੇ ਕਰਕੇ ਨਹੀਂ ਇਹ ਕੰਮ। ਦੂਜਾ ਮੈਂ ਇਹ ਗੱਲ ਕਹਿਣੀ ਸੀਗੀ ਵੀ ਚਲੋ ਜਦੋਂ ਥੋੜੀ ਜਿਹੀ ਢਿੱਲ ਸੀਗੀ ਤੇ ਆਪਾਂ ਹੁਣ ਹੋਰ ਲੋਕ ਨਹੀਂ ਆਉਂਦੇ, ਸਾਰੇ ਲੋਕ ਚਾਹੁੰਦੇ ਆ, ਤੁਹਾਡੇ ਰਿਸ਼ਤੇਦਾਰ ਚਾਹੁੰਦੇ ਆ ਭਾਈ ਸਾਡੇ ਲਈ
मखनी लिया दियो साडे लिए आ लिया दियो चीज लिया दियो या वटावर बटर लिया दियो ये भी अपा सब जाना बंद किया होया है ते मुड़ के 14-14 दिनों लिए बैठा गए अंदर ही घरे सारे वीर भरावान नू सुन वाले नू यही बेनती आ कि तुसी जा रहे हो तुहाडी जॉब आ जॉब नू जॉब समझ के जाओ किते रुकण दी लोड़ नहीं हैगी ते आपदा काम करो ते आओ घर नू मुड़ के जी वाहेगुरू जी का खालसा वाहेगुरू जी की फतह वाहेगुरू अपने सरी दी कंपनी ना दो बनी फिर मगर पक्की रविंदर सिंह जी जनेतपुरा लाइन नंबर 4 भाई जी जसविंदर सिंह जी हां जी हां जी हां जी दसो जी हां जी मैं हरजीत सिंह जी मेरा कमेंट जेड़ा पहला ना हॉस्पिटल दे बारे गल हुई सी ओदे बारे है क्विक जी ठीक है आप सारे का अपना परिवार कमाओ हों अपन सारा कुछ करना चाहिए करना पे बारे एक गल हस्पताल अपने को कोरोना की सिचुएशन आके अपने को अपने को आखिरी हीला है जे हस्पताल किसी ना किसी तरीके वायरस फैल गया तो आप अंदाजा लाओ असि भज के कितने जावे तो इस करके जे उन्होंने कोई पाबंदियां ऐड कीतियां कोई वर्कआउट हो सकता भी हेल्थ ऑफिशियल की सलाह के नाल तो इस करके इस गल नू प्लीज सारे समझो भी जिदा तुसी भी कहा घरे रख के जिनी केयर हो सके तो हो सके वो चंगी गल आ पर जे हस्पताल आले अपने आप नू बहुत बचा रहे उहदा मतलब इह आ ते अपने सारिआं वास्ते आखरी हीला हस्पताल आ जे ओह लोक नाका हस्पताल ते हो गए सिख ते सारा काम खराब धन्नवाद जी सर जी कार रैली जिहड़ी यूटीए दी हो रही है इस एतवार नू 7 सितंबर नू ਸਰੀ ਗੁਰਦੁਆਰਾ ਸਾਹਿਬ ਤੋਂ ਚੱਲਣੀ ਹੈ ਕਾਰ ਰੈਲੀ ਤੇ ਕਮਿਸ਼ਨਰ ਦੇ ਜਿਹੜਾ ਬੀਸੀ ਕੰਟੇਨਰ ਟਰੱਕਿੰਗ ਦਾ ਕਮਿਸ਼ਨਰ ਹੈ ਉੱਥੇ ਚੜ ਜਾਣੀ ਹੈ ਕਮਿਸ਼ਨਰ ਵੱਲੋਂ ਮਿਸਬਿਹੇਵ ਜਿਹੜਾ ਕੀਤਾ ਜਾਂਦਾ ਟਰੱਕਿੰਗ ਦੇ ਵਿੱਚ ਇਹਨਾਂ ਦੇ ਕੰਟੇਨਰ ਟਰੱਕਰਸ ਨਾਲ ਉਸ ਦੇ ਬਾਰੇ ਰੋਸ ਰੈਲੀ ਹੈ ਲੇਬਰ ਡੇ ਤੇ ਇਸ ਸੋਮਵਾਰ 7 ਸਤੰਬਰ ਇਹ ਸੀ ਅੱਜ ਦਾ ਪ੍ਰੋਗਰਾਮ ਜੀ ਅਖੀਰ ਦੇ ਵਿੱਚ ਸੱਜਣ ਅਦੀਬ ਦੇ ਗੀਤ ਦੇ ਦੋ ਬੋਲ ਤੇ ਕੱਲ੍ਹ ਨੂੰ 11 ਵਜੇ ਮੁੜਦਾ ਰੱਬ ਰੱਖ